ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿੱਕ ਪੰਜਾਬੀ ਪੋਡਕਾਸਟ ਤੇ ਹਰ ਵਾਰ ਦੀ ਤਰ੍ਹਾਂ ਅੱਜ ਵਾਰ ਵੀ ਇੱਕ ਬਹੁਤ ਹੀ ਇੰਟਰਸਟਿੰਗ ਐਂਡ ਬਹੁਤ ਹੀ ਇੱਕ ਜ਼ਰੂਰੀ ਟੌਪਿਕ ਹੈ ਜਿਹਦੇ ਲਈ ਆਪਾਂ ਗੈਸਟ ਨੂੰ ਇਨਵਾਈਟ ਕੀਤਾ ਜਿਨ੍ਹਾਂ ਦਾ ਨਾਮ ਹੈ ਰਗੂ ਬਹਿਲ ਜੀ ਜੋ ਕਿ ਫਾਊਂਡਰ ਨੇ ਕੇਅਰ ਫਾਰ ਆਟイズਮ ਫਾਊਂਡੇਸ਼ਨ ਦੇ ਜੋ ਕਿ ਆਪਣਾ ਆਲਰੇਡੀ ਇੱਕ ਬਹੁਤ ਵੱਡਾ ਸੈਂਟਰ ਜਿਹੜਾ ਹੈ ਜਲੰਧਰ ਚਲਾ ਰਹੇ ਨੇ ਐਂ ਲੁਧਿਆਣਾ ਵੀ ਇੱਕ ਸੈਂਟਰ ਲੈ ਕੇ ਆ ਰਹੇ ਨੇ ਇਸ ਸੈਂਟਰ ਦੇ ਬਾਰੇ ਆਪਾਂ ਬਾਤੋ ਗੱਲ ਕਰਦੇ ਹਾਂ ਪਰ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਕੀਤੀ ਗਈ ਹੈ ਇਸ ਪੋਡਕਾਸਟ ਉਹ ਹੈ ਆਟイズਮ ਦੇ ਬਾਰੇ ਹੁਣ ਆਟイズਮ ਦੇ ਲੋਕਾਂ ਦੇ ਦਿਮਾਗ 'ਚ ਅਲੱਗ-ਅਲੱਗ ਨੋਸ਼ਨ ਬਨੇ ਹੋਏ ਆ ਅਲੱਗ-ਅਲੱਗ ਗੱਲਾਂ ਬਣੀ ਹੋਈਆਂ ਨੇ ਕਿ ਉਹਨਾਂ ਦੇ ਬੱਚੇ ਨੂੰ ਇਹ ਹੈ ਉਹ ਹੈ ਇਹ ਸਾਰੇ ਮਿਸਕਨਸੈਪਸ਼ਨਸ ਨੇ ਜਿਹੜੇ ਕਿ ਸਾਡਾ ਬੱਚਾ ਸਹੀ ਨਹੀਂ ਹੈ ਉਹਨੂੰ ਇਹ ਪ੍ਰੋਬਲਮ ਹੈ ਇਹ ਸਾਰੀ ਮਿਸਕਨਸੈਪਸ਼ਨਸ ਨੂੰ ਦੂਰ ਕੀਤਾ ਰਗੂਬੈਲ ਜੀ ਨੇ ਜੋ ਕਿ ਆਪ ਇੱਕ ਸਪੈਸ਼ਲ ਚਾਈਲਡ ਦੇ ਸਪੈਸ਼ਲ ਪੇਰੈਂਟ ਨੇ ਤੇ ਮੇਰੀ ਕੋਸ਼ਿਸ਼ ਰਹੇਗੀ ਕਿ ਜੋ ਵੀ ਇੱਕ ਆਮ ਬੰਦੇ ਨੂੰ ਇੱਕ ਸਵਾਲ ਪੇ ਦੇ ਜਵਾਬ ਪਤਾ ਹੋਣੇ ਚਾਹੀਦੇ ਨੇ ਉਹ ਸਾਰੇ ਸਵਾਲ ਜਿਹੜੇ ਆ ਉਹ ਮੈਂ ਸਪੌਡਕਾਸਟ ਤੋਂ ਉਹਨਾਂ ਤੋਂ ਪੁੱਛਣ ਜਾਊਂਗਾ ਤੇ ਜੇ ਤੁਹਾਨੂੰ ਵੀ ਲੱਗਦਾ ਕਿ ਇਸ ਪੌਡਕਾਸਟ ਤੋਂ ਬਾਅਦ ਕੀ ਕੁਝ ਇਹੋ ਜਿਹਾ ਸਵਾਲ ਨੇ ਤਾਂ ਤੁਸੀਂ ਡਾਇਰੈਕਟਲੀ ਵੀ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ ਬਹੁਤ ਹੀ ਇੱਕ ਵਧੀਆ ਇਨੀਸ਼ੀਏਟਿਵ ਲੈ ਕੇ ਆਏ ਨੇ ਲੋਕਾਂ ਲਈ ਤਾਂ ਚਲੋ ਪਹਿਲੇ ਇਹਨਾਂ ਨਾਲ ਪਾ ਸਵਾਲ ਜਵਾਬ ਸ਼ੁਰੂ ਕਰਦੇ ਆ ਤਾਂ ਪੌਡਕਾਸਟ ਸ਼ੁਰੂ ਕਰੀਏ ਸਤਿ ਸ਼੍ਰੀ ਅਕਾਲ ਰਗੂ ਜੀ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮਤਲਬ ਇਹਨੇ ਸ਼ਾਰਟ ਨੋਟਿਸ ਤੇ ਆਏ ਐਂਡ ਸਾਡੀ ਹਮੇਸ਼ਾ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿੰਨੇ ਵੀ ਜਿਹੜੇ ਇੰਪੋਰਟੈਂਟ ਟਾਪਿਕਸ ਨੇ ਜਿਹੜੇ ਇਹੋ ਜਿਹੇ ਟਾਪਿਕਸ ਆ ਜਿਹੜੇ ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਉਸ ਉਸ ਫੀਲਡ ਦੇ ਕਿਸੇ ਨਾ ਕਿਸੇ ਐਕਸਪਰਟ ਨੂੰ ਆਪਾਂ ਇਨਵਾਈਟ ਕਰੀਏ ਐਂਡ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ ਸਰ ਪਹਿਲਾਂ ਤਾਂ ਤੁਹਾਡਾ ਥੈਂਕ ਯੂ ਕਿ ਇਸ ਟਾਪਿਕ ਵਾਸਤੇ ਤੁਸੀਂ ਸ਼ਾਰਟ ਨੋਟਿਸ ਕੀ ਕਦੀ ਵੀ ਕਹੋ ਸਾਡਾ ਕਰਮ ਹੈ ਹਮੇਸ਼ਾ ਸਾਨੂੰ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਲੋਗਾ ਤੱਕ ਇਹ ਇਨਫੋਰਮੇਸ਼ਨ ਪਹੁੰਚਾ ਪਾਈਏ ਕਿਉਂਕਿ ਇਹਦੀ ਸੋਸਾਇਟੀ ਨੂੰ ਬਹੁਤ ਜ਼ਿਆਦਾ ਲੋਡ ਹੈ ਬਿਕੋਜ਼ ਇਹਦੀ ਵਾਦੀ ਰੇਸ਼ੋ ਦੇਖ ਕੇ ਹਰ ਬੰਦੇ ਨੂੰ ਇਹਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਜੀ ਸੋ ਇਹਦਾ ਦਾ ਕੋਈ ਆਲਵੇਸ ਵੈਲਕਮ ਸਰ ਆਲਵੇਸ ਬਹੁਤ ਬਤਾਨਾ ਤੁਹਾਡਾ ਸਭ ਤੋਂ ਪਹਿਲੇ ਆਪਾਂ ਸ਼ੁਰੂ ਕਰਦੇ ਹਾਂ ਕਿ ਜਿੱਦਾਂ ਮੈਨੂੰ ਪਤਾ ਚੱਲਿਆ ਕਿ ਤੁਸੀਂ ਵੀ ਇੱਕ ਆਟਿਸਟਿਕ ਬੱਚੇ ਦੇ ਹੀ ਪੇਰੈਂਟ ਹੋ ਜੀ ਥੋੜਾ ਜਿਹਾ ਸਮਝਾਓਗੇ ਕਿ ਇਹ ਕਿੱਦਾਂ ਸ਼ੁਰੂ ਹੁੰਦੀ ਹੈ ਪ੍ਰੋਬਲਮ ਜਾਂ ਕਿੱਦਾਂ ਪਤਾ ਚੱਲਦਾ ਹੈ ਇਹ ਇਹ ਪ੍ਰੋਬਲਮ ਹੈ ਵੀ ਹੈ ਕਿ ਨਹੀਂ ਹੈ ਜਾਂ ਇਹਨੂੰ ਕਿੱਦਾਂ ਆਪਾਂ ਕਲਾਸੀਫਾਈ ਕਰੀਏ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਡਰ ਲੱਗਦਾ ਕਿ ਮੈਂ ਕੁਝ ਗਲਤ ਸ਼ਬਦ ਯੂਜ਼ ਕਰਕੇ ਮੈਂ ਅਗਲੇ ਬੰਦੇ ਨੂੰ ਥੇਸ ਨਾ ਪਹੁੰਚਾਵਾਂ ਤਾਂ ਥੋੜਾ ਜਿਹਾ ਮੈਨੂੰ ਕਰੈਕਟ ਕਰੋਗੇ ਕਿ ਕਿੱਦਾਂ ਮੈਨੂੰ ਤਾਂ ਇੱਕ ਐਡਰੈਸ ਵੀ ਕਰਨਾ ਚਾਹੀਦਾ ਐਂਡ ਸੈਕੰਡਲੀ ਕਿ ਤੁਹਾਡੀ ਲਾਈਫ ਦੇ ਵਿੱਚ ਇਹ ਕਿੱਦਾਂ ਸਟਾਰਟ ਹੋਇਆ ਇਹਦੇ ਬਾਰੇ ਕਿੱਦਾਂ ਤੁਹਾਡਾ ਸ਼ੁਰੂ ਹੋਇਆ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਟਿਜ਼ਮ ਬਾਰੇ ਦੱਸਣਾ ਚਾਹਾਂਗਾ ਕਿਉਂਕਿ ਬਹੁਤ ਸਾਰੇ ਪੇਰੈਂਟਸ ਇੱਦਾ ਦਿੰਦੇ ਨੇ ਜਿਹੜਾ ਅੱਜ ਆਟਿਜ਼ਮ ਦਾ ਨਾਮ ਐਸਜੀ ਨੂੰ ਸੁਣ ਕੇ ਬਹੁਤ ਘਬਰਾ ਜਾਂਦੇ ਨੇ ਮੈਂ ਉਹਨਾਂ ਪੇਰੈਂਟਸ ਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜਾ ਆਟイズਮ ਹੈ ਨਾ ਇਹਦੇ ਵਿੱਚ ਦੋ ਤਰ੍ਹਾਂ ਦੇ ਲੋਕ ਤੁਹਾਨੂੰ ਦੇਖਣ ਨਹੀਂ ਮਿਲਣਗੇ ਜੀ ਇਹ ਆਟイズਮ ਦੇ ਉਹ ਬੱਚੇ ਨੇ ਜਿਹੜੇ ਅੱਜ ਸੈਲੀਬ੍ਰਿਟੀ ਬਣ ਕੇ ਬੈਠੇ ਹੋਏ ਨੇ ਜੀ ਸੋ ਜਿਨ੍ਹਾਂ ਨੂੰ ਦੁਨੀਆ ਫਾਲੋ ਕਰਦੀ ਹੈ ਹੂੰ ਸੋ ਇਹ ਆਟイズਮ ਦੇ ਉਹ ਬੱਚੇ ਨੇ ਜਿਹੜੇ ਅੱਜ ਵੀ ਘਰਾਂ ਦੇ ਵਿੱਚ ਕੈਦ ਨੇ ਉੱਥੇ ਉਸ ਬੱਚੇ ਦਾ ਕੋਈ ਕਸੂਰ ਨਹੀਂ ਹੈ ਕਸੂਰ ਉਸ ਸੋਸਾਇਟੀ ਦਾ ਜਾਂ ਉਸ ਅਵੇਅਰਨੈਸ ਦਾ ਹੈ ਕਿ ਜਿਹੜੀ ਲੋਕਾਂ ਤੱਕ ਨਹੀਂ ਹੈ ਹੂੰ ਸੋ ਆਮ ਤੌਰ ਤੇ ਹਮੇਸ਼ਾ ਅਸੀਂ ਕਹਿੰਨੇ ਆ ਜਿਹੜਾ ਆਟイズਮ ਹੈ ਨਾ ਸੋ ਉਹਨੂੰ ਅਗਰ ਬੈਟਰ ਕਰਨਾ ਹੈ ਤੇ ਉਹਦੇ ਵਾਸਤੇ ਸਭ ਤੋਂ ਜਿਹੜੀ ਐਵੀਡੈਂਸ ਬੇਸਡ ਹੁਣ ਤੱਕ ਚੀਜ਼ ਹੈ ਉਹ ਹੈ ਕਿ अर्ली ਇੰਟਰਵੈਂਸ਼ਨ ਕਿ ਬੱਚੇ ਦਾ ਡਾਇਗਨੋਸ ਜਲਦੀ ਹੋ ਜਾਏ ਜੀ ਕਿਉਂਕਿ ਜਿਹੜਾ ਆਟイズਮ ਹੈ ਇਹ ਕੋਈ ਬਿਮਾਰੀ ਨਹੀਂ ਹੈ ਠੀਕ ਹੈ ਇਹ ਕੰਡੀਸ਼ਨ ਹੈ ਸੋ ਆਟイズਮ ਜਰਨਲੀ ਸਾਡੀਆਂ ਦੋ ਚੀਜ਼ਾਂ ਨੂੰ ਇਫੈਕਟ ਕਰਦਾ ਹੈ ਬਹੁਤ ਸਾਰੇ ਪੇਰੈਂਟਸ ਦੇ ਕੁਐਸਚਨ ਹੁੰਦੇ ਨੇ ਕਿ ਮੇਰਾ ਬੱਚਾ ਜੀ ਸਭ ਕੁਝ ਨਾਰਮਲੀ ਕਰਦਾ ਹੈ ਖਾਣਾ ਪੀਣਾ ਵੀ ਬਿਲਕੁਲ ਠੀਕ ਹੈ ਉਹ ਮੇਰੇ ਨਾਲ ਪਿਆਰ ਵੀ ਕਰਦਾ ਹੈ ਮੈਂ ਉਹਨੂੰ ਕਹਿੰਨੀ ਆ ਕਿਸ ਘਰੋ ਕਿਸ ਵੀ ਕਰਦਾ ਹੈ ਮੈਂ ਉਹਨੂੰ ਕਹਿੰਨੀ ਆ ਮੇਰੇ ਨਾਲ ਆ ਆਪਾਂ ਨੱਚੀਏ ਟੱਪੀਏ ਖੇਲੀਏ ਉਹ ਸਭ ਕੁਝ ਕਰਦਾ ਹੈ ਬਟ ਉਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਆਟイズਮ ਹੈ ਮੈਂ ਉਹਨਾਂ ਨੂੰ ਹਮੇਸ਼ਾ ਜਨਰਲੀ ਇੱਕ ਚੀਜ਼ ਸਮਝਾਉਣਾ ਕਿ ਆਟイズਮ ਜਿਹੜੀ ਹੈ ਨਾ ਇਹ ਸਾਡੀਆਂ ਦੋ ਚੀਜ਼ਾਂ ਨੂੰ ਇਫੈਕਟ ਕਰਦੀ ਹੈ ਸਭ ਤੋਂ ਪਹਿਲਾਂ ਇਹ ਸਾਡੀ ਇਫੈਕਟ ਕਰਦੀ ਹੈ ਕਮਿਊਨੀਕੇਸ਼ਨ ਨੂੰ ਦੂਸਰਾ ਸਾਡੇ ਬਿਹੇਵੀਅਰ ਨੂੰ ਸੋ ਆਟਿਜ਼ਮ ਦੇ ਬੱਚਿਆਂ ਦੇ ਵਿੱਚ ਹੁੰਦਾ ਕੀ ਹੈ ਕਿ ਇਹ ਬਹੁਤ ਜ਼ਿਆਦਾ ਕਮਿਊਨੀਕੇਸ਼ਨ ਦੇ ਵਿੱਚ ਪਰਫੈਕਟ ਨਹੀਂ ਹੁੰਦੇ ਮਤਲਬ ਇਹਨਾਂ ਨੂੰ ਆਪਣੀ ਗੱਲ ਸਮਝਾਉਣ ਦੇ ਵਿੱਚ ਜਾਂ ਤੁਹਾਡੀ ਸਮਝਣ ਦੇ ਵਿੱਚ ਥੋੜਾ ਜਿਹਾ ਐਫਰਟ ਜ਼ਿਆਦਾ ਕਰਨਾ ਪੈਂਦਾ ਹੂੰ ਸੋ ਇਸ ਲਈ ਉਹ ਸਾਡੇ ਕਮਿਊਨੀਕੇਸ਼ਨ ਨੂੰ ਇਫੈਕਟ ਕਰਦਾ ਹੈ ਦੂਸਰਾ ਹੁੰਦਾ ਸਾਡੇ ਬਿਹੇਵੀਅਰ ਨੂੰ ਇਫੈਕਟ ਕਰਦਾ ਹੈ ਸੋ ਜਦੋਂ ਮੈਂ ਕਮਿਊਨੀਕੇਟ ਹੀ ਨਹੀਂ ਪ੍ਰੋਪਰ ਕਰ ਪਾ ਰਿਹਾ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਪਾ ਰਿਹਾ ਤੁਹਾਨੂੰ ਦੱਸ ਨਹੀਂ ਪਾ ਰਿਹਾ ਤੁਹਾਡੀ ਸਮਝ ਨਹੀਂ ਪਾ ਰਿਹਾ ਤੇ ਮੇਰੇ ਬਿਹੇਵੀਅਰ ਬਣਨੇ ਸ਼ੁਰੂ ਹੋ ਜਾਂਦੇ ਨੇ ਜੀ ਸੋ ਜਰਨਲੀ ਆਟਿਜ਼ਮ ਇਹਨਾਂ ਦੋਨਾਂ ਚੀਜ਼ਾਂ ਨੂੰ ਇਫੈਕਟ ਕਰ ਠੀਕ ਹੈ ਪਰ ਇਹਦੇ ਵਾਸਤੇ ਸਮਝਣਾ ਜ਼ਰੂਰੀ ਹੈ ਕਿ ਆਟਿਜ਼ਮ ਹੁੰਦਾ ਕੀ ਹੈ ਜਨਰਲੀ ਅਸੀਂ ਗੱਲ ਕਰਦੇ ਹਾਂ ਜਿਹੜਾ 6 ਕੁ ਮਹੀਨੇ ਦਾ ਬੱਚਾ ਹੈ ਨਾ ਉਹਦੇ ਕੋਲ ਕੁਝ ਵਰਡ ਹੁੰਦੇ ਨੇ ਜਿਵੇਂ ਉਹ ਬੈਬਲਿੰਗ ਕਰਨ ਲੱਗ ਪੈਂਦਾ ਜੀ 12 ਕੁ ਮਹੀਨੇ ਦਾ ਬੱਚਾ ਕੁਝ ਵਰਡ ਬੋਲਣ ਲੱਗ ਪੈਂਦਾ ਜਿਵੇਂ ਮੰਮਾ ਪਾਪਾ ਦਾਦਾ ਦੁੱਦੂ ਮੰਮ ਇਸ ਤਰੀਕੇ ਦੇ ਨਾਲ 18 ਤੋਂ 24 ਮਹੀਨੇ ਦਾ ਬੱਚਾ ਉਹਦੇ ਕੋਲ ਕੁਝ ਵਰਡਸ ਆ ਜਾਂਦੇ ਨੇ ਜਿਵੇਂ ਮੰਮਾ ਮੰਮ ਮਮਾ ਦੁੱਧੂ ਪਪਾ ਕਾਰ ਸਮਥਿੰਗ ਇਸ ਤਰੀਕੇ ਦੇ ਨਾਲ ਡਬਲ ਵਰਡ ਨਾਲ ਜੀ ਗੱਲ ਕਰਨਾ ਸ਼ੁਰੂ ਕਰ ਦਿੰਦੇ ਨੇ ਸੋ ਜਿਹੜੇ ਸਾਡੇ ਆਟਿਜ਼ਮ ਦੇ ਬੱਚੇ ਹੁੰਦੇ ਆ ਇਹਨਾਂ ਦੇ ਵਿੱਚ ਦਿੱਕਤ ਕੀ ਹੁੰਦੀ ਹੈ ਕਿ ਇਹ ਇਹਨਾਂ ਕੋਲ ਸ਼ਬਦ ਹੋਣ ਦੇ ਬਾਵਜੂਦ ਵੀ ਇਹ ਕਮਿਊਨੀਕੇਟ ਨਹੀਂ ਕਰ ਪਾਉਂਦੇ ਜਾਂ ਇਹਨਾਂ ਦੀ ਸਪੀਚ ਬਹੁਤ ਡਿਲੇ ਹੁੰਦੀ ਹੈ ਠੀਕ ਹੈ ਜਿਵੇਂ 6 ਮਹੀਨੇ 12 ਮਹੀਨੇ 1.5 ਸਾਲ ਤੋਂ 2 ਸਾਲ ਸੋ ਬੱਚੇ ਦੇ ਆ ਚੀਜ਼ਾਂ ਵਰਡਸ ਆ ਜਾਂਦੀਆਂ ਨੇ ਸਾਡੇ ਆਟਿਜ਼ਮ ਦੇ ਬੱਚਿਆਂ ਦੇ ਕੋਲ ਇਹ ਥੋੜਾ ਘੱਟ ਹੁੰਦਾ ਹੈ ਜ਼ਿਆਦਾਤਰ ਦੇਖਿਆ ਜਾਂਦਾ ਹੈ ਪਰ ਸਰ ਇਹੋ ਇਨਾ ਚੀਜ਼ਾਂ ਪਰਫੈਕਟ ਨਹੀਂ ਹੋ ਪਾਂਦੇ ਪਰ ਸਰ ਇਹਨੂੰ ਆਧਾਰਤਾ ਨਹੀਂ ਮੰਨ ਸਕਦੇ ਕਿ ਨਹੀਂ ਕਿਉਂਕਿ ਕੁਝ ਬੱਚੇ ਐਦਾਂ ਦੇ ਵੀ ਹੁੰਦੇ ਜਿਹੜੇ ਬੋਲਣਾ ਹੀ ਬੜਾ ਲੇਟ ਸ਼ੁਰੂ ਕਰਦੇ ਆ ਬਹੁਤ ਕਾਮਨ ਹੈ ਆਟイズਮ ਨੂੰ ਦੇਖਣ ਲਈ ਮੈਂ ਤੁਹਾਨੂੰ ਇਹਦੇ ਵਿੱਚ ਬਰੀਫ ਕਰ ਰਿਹਾ ਸੀ ਇਹ ਤਿੰਨ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਹੈ ਜੀ ਫਸਟ ਪਹਿਲੀ ਹੁੰਦੀ ਹੈ ਸਪੀਚ ਡਿਲੇ ਹੋਣਾ ਜਾਂ ਸਪੀਚ ਹੁੰਦੇ باوجود ਵੀ ਕਮਿਊਨੀਕੇਟ ਨਾ ਕਰ ਪਾਣਾ ਜੀ ਦੂਸਰੀ ਹੁੰਦੀ ਹੈ ਆਪਣਾ ਸੋਸ਼ਲ ਡੈਫਿਸਿਟ ਕਿ ਬੱਚਾ ਆਪਣੇ ਆਪ ਚ ਹੈਲੋ ਨਹੀਂ ਬਾਏ ਨਹੀਂ ਮਤਲਬ ਕੁਲਣਾ ਮਿਲਣਾ ਨਹੀਂ ਸੋ ਤੁਹਾਨੂੰ ਆਈ ਕੰਟੈਕਟ ਕਰਕੇ ਤੁਹਾਡੇ ਨਾਲ ਗੱਲ ਨਹੀਂ ਕਰਨੀ ਤੋਂ ਆਪਣੇ ਨਾਮ ਦੇ ਪੁਕਾਰਨ ਤੇ ਰਿਸਪੌਂਡ ਨਹੀਂ ਕਰਨਾ ਸੋ ਮਤਲਬ ਬੱਚੇ ਸੋਸ਼ੀਅਲੀ ਨਹੀਂ ਹੋ ਪਾਉਂਦੇ ਜੀ ਸੋ ਤੀਸਰਾ ਹੁੰਦਾ ਸਟੀਰੀਓ ਟਿਪੀਕਲ ਬਿਹੇਵੀਅਰ ਜਿਹਦੇ ਵਿੱਚ ਕਿ ਕੁਝ ਅਲੱਗ ਜਿਹਾ ਬਿਹੇਵ ਕਰਨਾ ਜਿਵੇਂ ਆਲਵੇਜ਼ ਰੌਕਿੰਗ ਬਿਹੇਵੀਅਰ ਰੱਖਣਾ ਟਿੱਕ ਕੇ ਨਾ ਬੈਠਣਾ ਠੀਕ ਹੈ ਅਗਰੈਸਿਵ ਰਹਿਣਾ ਚੋ ਕੱਲੇ ਰਹਿਣਾ ਪਸੰਦ ਕਰਨਾ ਕ੍ਰੈਂਕੀ ਹੋਣਾ ਖਾਣ ਵਾਲੀ ਚੀਜ਼ਾਂ ਨੂੰ ਖਾਣ ਤੋਂ ਪਹਿਲਾਂ 스ਮੈਲ ਕਰਨਾ ਹਮ ਹਮ ਗੋਲ ਗੋਲ ਕੁੰਮਦੇ ਰਹਿਣਾ ਟਵਾਈਜ਼ ਨਾਲ ਖੇਲਣ ਦੀ ਬਜਾਏ ਉਹਨੂੰ ਗੋਲ-ਗੋਲ ਘੁਮਾਉਂਦੇ ਰਹਿਣਾ ਜਾਂ ਲਾਈਨ 'ਚ ਲਗਾਉਂਦੇ ਰਹਿਣਾ ਉਹ ਟਵਾਈਜ਼ ਨੂੰ ਖੇਲਣ ਦੇ ਬਜਾਏ ਮੂੰਹ ਦੇ ਵਿੱਚ ਪਾ ਲੈਣਾ ਸੋ ਕਿਸੇ ਵੀ ਅਲੱਗ ਤਰ੍ਹਾਂ ਦੀ ਸਾਊਂਡ ਨੂੰ ਸੁਣ ਕੇ ਕੰਨਾਂ ਨੂੰ ਬੰਦ ਕਰ ਲੈਣਾ ਜਾਂ ਕੰਨਾਂ ਦੇ ਵਿੱਚ ਉਂਗਲੀਆਂ ਪਾ ਲੈਣਾ ਟੂ ਵਾਕਿੰਗ ਕਰਨਾ ਪੰਜਿਆਂ ਦੇ ਬਾਰ ਚੱਲਣਾ ਮਤਲਬ ਇਹਦਾ ਵੀ ਬਹੁਤ ਸਾਰੇ ਅਲੱਗ-ਅਲੱਗ ਅਲੱਗ-ਅਲੱਗ ਸਿੰਪਟਮਸ ਹੁੰਦੇ ਨੇ ਜੀ ਜਰਨਲੀ ਤੁਸੀਂ ਦੇਖਦੇ ਹੋ ਕਿ ਅਸੀਂ ਇੱਕ ਛੋਟੇ ਸਾਲ ਦੇ ਬੱਚੇ ਨੂੰ ਬੁਲਾਣੇ ਆ ਜਾਂ ਉਹਨੂੰ ਇੱਕ ਅਲੱਗ ਜੀ ਸਾਊਂਡ ਕਰਕੇ ਦਿੰਨੇ ਆ ਤੇ ਸਾਡੇ ਵੱਲ ਕੋਟ ਮਤਲਬ ਸਾਡੇ ਵੱਲ ਦੇਖਦਾ ਆਈ ਕੰਟੈਕਟ ਕਰਦਾ ਅਟੈਂਸ਼ਨ ਬੰਦ ਸੋ ਸਾਡੇ ਬੱਚੇ ਜਿਹੜੇ ਏਐਸਡੀ ਦੇ ਹੁੰਦੇ ਨੇ ਉਹ ਥੋੜੇ ਜੇ ਇਸ ਚੀਜ਼ ਦੇ ਵਿੱਚ ਇੰਟਰਸਟ ਨਹੀਂ ਲੈਂਦੇ ਤੁਸੀਂ ਉਹਨਾਂ ਨੂੰ ਅਲੱਗ ਜੀ ਕੋਈ ਸਾਊਂਡ ਜਾਂ ਮਿਊਜ਼ਿਕ ਦਿੰਦੇ ਹੋ ਤੇ ਉਹਦੇ ਵਿੱਚ ਵੀ ਉਹ ਉਹਨਾਂ ਨੂੰ ਸੁਣ ਕੇ ਜਾਂ ਤੇ ਕੰਨ ਬੰਦ ਕਰਨ ਲੱਗ ਪੈਂਦੇ ਨੇ ਜਾਂ ਉਹ ਕੰਨਾਂ ਦੇ ਉੱਤੇ ਹੱਥ ਰੱਖ ਲੈਂਦੇ ਨੇ ਹੂੰ ਸੋ ਜਨਰਲੀ ਬੱਚਾ ਉਹਨਾਂ ਸਾਊਂਡਸ ਵੱਲ ਅਟਰੈਕਟ ਹੁੰਦਾ ਸੋ ਇਦਾਂ ਦੇ ਕੁਝ ਸਿੰਪਟਮਸ ਇਹਨੂੰ ਤਿੰਨ डोमेन ਦੇ ਵਿੱਚ ਬੇਸਿਕਲੀ ਦੇਖਿਆ ਜਾਂਦਾ ਹੈ ਜੀ ਸਮਝ ਗਿਆ ਜਨਰਲੀ ਇਹ ਵੀ ਹੁੰਦਾ ਹੈ ਕਿ ਨੋਰਮਲ ਬੱਚੇ ਵੀ ਇਦਾਂ ਦੀ ਚੀਜ਼ਾਂ ਬਹੁਤ ਕਰਦੇ ਨੇ ਬਟ ਉੱਥੇ ਚੈੱਕ ਕਰਨਾ ਪੈਂਦਾ ਹੈ ਕਿ ਉਹਦੀ ਫ੍ਰੀਕੁਐਂਸੀ ਕਿੰਨੀ ਹੈ ਜੀ ਬੱਚਾ ਸਰ ਕਿੰਨੀ ਫ੍ਰੀਕੁਐਂਸੀ ਚ ਕਰ ਰਿਹਾ ਹੈ ਇਹ ਜਿਦਾਂ ਤੁਸੀਂ ਦੱਸਿਆ ਕਿ ਖਾਣੇ ਨੂੰ स्मੈਲ ਕਰਨਾ ਹੈ ਨਾ ਇਹ ਵੈਸੇ ਰੀਜ਼ਨ ਕੀ ਹੁੰਦਾ ਹੈ ਕਿ ਬੱਚਾ ਕਿਉਂ ਕਰ ਰਿਹਾ ਹੈ ਡਰ ਨਹੀਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਨਾ ਕੁਝ ਸੈਂਸਰੀ ਇਸ਼ੂਸ ਹੁੰਦੇ ਨੇ ਜਿਵੇਂ ਇੱਕ ਟੇਸਟ ਬਰਡ ਵੀ ਸਾਡਾ ਇੱਕ ਸੈਂਸਰੀ ਹੈ ਉਹਨਾਂ ਦੇ ਟੇਸਟ ਬਰਡਸ ਡਿਵੈਲਪ ਨਹੀਂ ਹੁੰਦੇ ਉਹ ਆਟੋਮੈਟਿਕਲੀ ਜਲਦੀ ਡਵੈਲਪ ਨਹੀਂ ਹੁੰਦੇ ਬਟ ਸਮੈਲ ਦੇ ਪਹਿਲੇ ਆ ਜਾਂਦੇ ਹਾਂ ਉਹ ਐਕਚੁਅਲੀ ਕੀ ਹੈ ਸਮੈਲ ਕਰਕੇ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆ ਕਿ ਕੀ ਹੈ ਸੋ ਉਹ ਜਨਰਲੀ ਉਹਦੇ ਟੇਸਟ ਬਰਡਸ ਡਵੈਲਪ ਨਾ ਹੋਣ ਦੀ ਵਜ੍ਹਾ ਨਾਲ ਉਹ ਸੈਂਸਰੀ ਇਸ਼ੂਸ ਹੋਣ ਦੀ ਵਜ੍ਹਾ ਨਾਲ ਉਹ ਕਈ ਵਾਰੀ ਐਦਾਂ ਦੀ ਚੀਜ਼ਾਂ ਕਈ ਬਿਹੇਵੀਅਰ ਸਾਡੇ ਬੱਚੇ ਇਹਨਾਂ ਸੈਂਸਰੀ ਇਸ਼ੂ ਦੀ ਵਜ੍ਹਾ ਨਾਲ ਵੀ ਕਰਦੇ ਆ ਜਿਵੇਂ ਅੱਖਾਂ ਨੂੰ ਐਦਾਂ ਕਿਨਾਰੇ ਤੇ ਜਾ ਕੇ ਦੇਖਣਾ ਸੋ ਹੈਂਡ ਫਲੈਪਿੰਗ ਕਰਦੇ ਰਹਿਣਾ ਠੀਕ ਹੈ ਸੋ ਮਨਨ ਕਈ ਇਹਦੇ ਸਿੰਪਟਮਸ ਨੇ ਸੋ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਬੇਸਿਕ ਚੀਜ਼ਾਂ ਨੂੰ ਸਮਝ ਕੇ ਇਤੋਂ ਇੱਕ ਬੇਸਿਕ ਆਈਡੀਆ ਜਾਂ ਲਗਾਇਆ ਜਾ ਸਕਦਾ ਹੈ ਕਿ ਬੱਚਾ ਐਸਜੀ ਵਿੱਚ ਫਾਲ ਕਰਦਾ ਹੈ ਕਿ ਨਹੀਂ ਕਰਦਾ ਠੀਕ ਹੈ ਜਿਹੜਾ ਤੁਸੀਂ ਸਟੀਰੀਓ ਟਿਪੀਕਲ ਬਿਹੇਵੀਅਰ ਦੀ ਗੱਲ ਕੀਤੀ ਜਿਹੜੀ ਜਨਰਲੀ ਆਪਾਂ ਮੂਵੀਜ਼ 'ਚ ਵੀ ਦਿਖਾਉਂਦੇ ਆ ਹਨਾ ਜੀ ਜੀ ਇਹ ਇਹ ਕਿੰਨਾ ਜ਼ਿਆਦਾ ਵੈਸੇ ਸਟੀਰੀਓ ਟਿਪੀਕਲ ਹੈ ਕਿ ਆ ਕਿ ਨਹੀਂ ਕੋਈ ਬਿਲਕੁਲ ਉਹ ਬਿਹੇਵੀਅਰ ਨਹੀਂ ਵੀ ਦਿਖਾਉਂਦੇ ਤਾਂ ਵੀ ਆਟਿਸਟਿਕ ਹੁੰਦੇ ਨੇ ਇਹਨੂੰ ਐਸਲੀ ਐ ਐਸਜੀ ਕਿਹਾ ਜਾਂਦਾ ਹੈ ਆਟਿਜ਼ਮ ਸਪੈਕਟਰਮ ਡਿਸਆਰਡਰ ਬਿਕੋਜ਼ ਇਹ ਇੱਕ ਸਪੈਕਟਰਮ ਹੈ ਇਹ ਤਿੰਨੋਂ ਡੋਮੇਨ ਚੋਂ ਬੱਚਾ ਕਿਤੇ ਵੀਕ ਵੀ ਹੋ ਸਕਦਾ ਹੈ ਕਿਤੇ ਪਰਫੈਕਟ ਵੀ ਹੋ ਸਕਦਾ ਹੈ ਸੋ ਮਤਲਬ ਬੱਚੇ ਦੀ ਸਪੀਚ ਬਹੁਤ ਅੱਛੀ ਹੋ ਸਕਦੀ ਹੈ ਬਟ ਉਹ ਸੋਸ਼ੀਅਲੀ ਨਹੀਂ ਹੈ ਤੇ ਉਹਦੇ ਸਟੀਰੀਓਟਿਪੀਕਲ ਬਿਹੇਵੀਅਰ ਨਹੀਂ ਉਹ ਤਾਂ ਵੀ ASD ਚ ਆਂਦਾ ਸੋ ਬੱਚੇ ਦੇ ਵਿੱਚ ਸਟੀਰੀਓਟਿਪੀਕਲ ਬਿਹੇਵੀਅਰ ਨਹੀਂ ਹੈ ਬਟ ਸਪੀਚ ਨਹੀਂ ਹੈ ਔਰ ਸੋਸ਼ੀਅਲੀ ਨਹੀਂ ਹੈ ਉਹ ਤਾਂ ਵੀ ASD ਦੇ ਵਿੱਚ ਆਂਦਾ ਸੋ ਮਤਲਬ ਇਨ੍ਹਾਂ ਤਿੰਨਾਂ ਡੋਮੇਨਸ ਦੇ ਵਿੱਚੋਂ ਬੱਚਾ ਕਿਤੇ ਵੀ ਫਾਲ ਕਰਦਾ ਹੈ ਤੋ ਉਹ ਸਪੈਕਟਰਮ ਦੇ ਵਿੱਚ ਆਂਦਾ ਹੈ ਜੀ ਉਹਨੂੰ ਉੱਥੋਂ ਮਤਲਬ ਅਸੀਂ ਸਰਟੀਫਾਈਡ ਨਹੀਂ ਕਰਦੇ ਜੀ ਉਸ ਤੋਂ ਬਾਅਦ ਕੁਝ ਜਰਨਲ ਅ ਅਸੈਸਮੈਂਟਸ ਹੁੰਦੀਆਂ ਨੇ ਜਿਹੜੀਆਂ ਕਿ ਮਾਪੇ-ਬਾਪ ਦੇ ਨਾਲ ਡਿਸਕਸ ਕਰਨ ਤੋਂ ਬਾਅਦ ਕਿਉਂਕਿ ਬੱਚਾ ਬਹੁਤ ਜ਼ਿਆਦਾ ਵਰਬਲ ਨਹੀਂ ਹੁੰਦਾ ਬੱਚਾ ਆਪਣੀਆਂ ਸਾਰੀਆਂ ਚੀਜ਼ਾਂ ਨਹੀਂ ਬਤਾ ਪਾਂਦਾ ਤੇ ਅਸੀਂ ਪੇਰੈਂਟਸ ਦੇ ਨਾਲ ਇੱਕ ਅਸੈਸਮੈਂਟ ਕਰਦੇ ਹਾਂ ਜਿਹਦੇ ਵਿੱਚ ਬੱਚੇ ਦਾ ਡੀਕਿਊ ਐਸਕਿਊ ਕੀਤਾ ਜਾਂਦਾ ਜਿਹਨੂੰ ਡਵੈਲਪਮੈਂਟ ਕੁਐਸਚਨਰ ਕਹਿੰਦੇ ਆ ਤੇ ਸੋਸ਼ੀਅਲ ਸੋਸ਼ੀਅਲੀ ਕੁਐਸਚਨਰ ਕਹਿੰਦੇ ਆ ਉਹਦੇ ਤੋਂ ਇੱਕ ਸਕੋਰ ਨਿਕਲ ਕੇ ਆਉਂਦਾ ਜਿੱਥੋਂ ਪਤਾ ਚੱਲ ਪਾਂਦਾ ਕਿ ਬੱਚੇ ਦਾ ਆਟਿਜ਼ਮ ਲੈਵਲ ਕੀ ਹੈ ਠੀਕ ਹੈ ਸੋ ਉਹ ਸਾਰੀਆਂ ਚੀਜ਼ਾਂ ਤੋਂ ਬਾਅਦ ਬੱਚੇ ਨੂੰ ਅਸੀਂ ਦੱਸਿਆ ਜਾ ਸਕਦਾ ਉਹ ਪ੍ਰੋਫੈਸ਼ਨਲ ਜਿਹੜੇ ਨੇ ਉਹਨੂੰ ਸਰਟੀਫਾਈਡ ਕਰਦੇ ਨੇ ਜਾਂ ਦੱਸਦੇ ਨੇ ਕਿ ਹਾਂ ਉਹਦੇ ਵਿੱਚ ਆਰਟਿਜ਼ਮ ਦੀ ਪ੍ਰੋਬਲਮ ਹੈ ਤੇ ਉਹ ਕਿੰਨੀ ਹੈ ਕਿ ਸਕੇਲ ਤੱਕ ਠੀਕ ਹੈ ਜਿੱਦਾਂ ਅਗਰ ਆਪਾਂ 1 ਤੋਂ 10 ਇੱਕ ਵਾਰ ਲਈ ਫੋਰ ਐਗਜ਼ਾਮਪਲ ਇੱਕ ਆਪਾਂ ਲੈ ਲੰਨੇ ਆ ਤੇ ਜਿਹੜੀ ਇੱਕ ਹੁੰਦਾ ਕਿ ਜਿਹਦੇ ਵਿੱਚ ਕਿਸੇ ਦੀ ਵੀ ਤੁਸੀਂ ਸਮਝ ਲਓ ਸੁਪਰਵੀਜ਼ਨ ਦੀ ਲੋੜ ਨਹੀਂ ਆ ਹਮ ਠੀਕ ਹੈ ਪਹਿਲੇ ਤਾਂ ਮੈਨੂੰ ਕਰੈਕਟ ਕਰ ਦਿਓ ਇੱਥੇ ਵੀ ਜਿੱਦਾਂ ਮੈਨੂੰ ਲੱਗਦਾ ਕਿ ਜਿਹੜੇ ਵਰਸਟ ਕੇਸ ਹੁੰਦੇ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਲੈਵਲ ਉੱਪਰ ਹੋਏਗਾ ਉਹਨਾਂ ਚ ਹਰ ਟਾਈਮ ਇੱਕ ਸੁਪਰਵੀਜ਼ਨ ਚਾਹੀਦੀ ਉਹਨਾਂ ਨੂੰ ਹੈਨਾ ਤੇ ਕਿੰਨਾ ਸਕੇਲ ਹੁੰਦਾ ਹੈ ਕਿ ਜਿੱਦੇ ਸੁਪਰਵੀਜ਼ਨ ਦੀ ਲੋਡ ਇੱਕ ਸਰਟਨ ਪੁਆਇੰਟ ਆਫ ਟਾਈਮ ਤੱਕ ਲੋਡ ਨਹੀਂ ਪੈਂਦੀ ਸਰ ਇਹਦੇ ਨਾਲ ਬਿਹੇਵੀਅਰਸ ਇਹਦੇ ਨਾਲ ਡਿਪੈਂਡ ਕਰਦਾ ਹੈ ਬੱਚੇ ਦੀ ਏਜ ਦੇ ਉੱਤੇ ਔਰ ਉਹਦੀ ਸੇਵਿਅਰਿਟੀ ਦੇ ਠੀਕ ਹੈ ਇਹਦੇ ਕੋਈ ਪਰਸੈਂਟੇਜ ਨਹੀਂ ਹੁੰਦੀ ਹੈ ਠੀਕ ਹੈ ਤੁਸੀਂ ਸਮਝਣਾ ਕਿ ਮੈਂ ਜਨਰਲੀ ਅਸੀਂ ਕਹਿੰਦੇ ਆ ਕਿ ਛੋਟਾ ਬੱਚਾ ਹੈ ਫਾਰ ਇਗਜ਼ਾਮਪਲ ਕਿ ਬੱਚਾ 3 ਸਾਲ ਦਾ ਹੈ ਜਾਂ 2 ਸਾਲ ਦਾ ਉਹਨੂੰ ਤੁਸੀਂ ਫੜ ਕੇ ਕੰਟਰੋਲ ਕਰ ਸਕਦੇ ਹੋ ਜੀ ਜੇ ਬੱਚਾ ਹੈ ਹੀ 15 ਸਾਲ ਦਾ ਜਾਂ 20 ਸਾਲ ਦਾ ਉਹਨੂੰ ਤੁਸੀਂ ਫੜ ਕੇ ਕੰਟਰੋਲ ਨਹੀਂ ਕਰ ਸਕਦੇ ਜੀ ਸੋ ਉਹਦੇ ਵਿੱਚ ਡਿਫਰੈਂਸ ਹੈ ਨਾ ਸupervision depend ਕਰਦਾ ਹੈ ਤੁਹਾਡੀ ਬੱਚੇ ਦੀ ਟ੍ਰੇਨਿੰਗ ਕਿੰਨੀ ਹੋ ਰਹੀ ਹੈ ਜੀ ਜਨਰਲੀ ਅਸੀਂ ਪੇਰੈਂਟਸ ਨੂੰ ਸਮਝਾਉਂਦੇ ਰਹਿੰਨੇ ਆ ਕਿ ਇੱਕ ਏਜ ਹੁੰਦੀ ਹੈ ਸਰਟਨ ਏਜ ਤੱਕ ਤੇ ਤੁਸੀਂ ਬੱਚੇ ਨੂੰ ਫੜ ਕੇ ਕੰਟਰੋਲ ਕਰ ਸਕਦੇ ਹੋ ਹੂੰ ਉਸ ਤੋਂ ਬਾਅਦ ਤੁਸੀਂ ਉਹਨੂੰ ਫੜ ਕੇ ਕੰਟਰੋਲ ਨਹੀਂ ਕਰ ਸਕਦੇ ਅਗਰ ਉਸ ਬੱਚੇ ਦੀ ਟ੍ਰੇਨਿੰਗ ਉਦੋਂ ਤੱਕ ਨਹੀਂ ਹੋਏਗੀ ਸੋ ਜਿਹੜੀ ਤੁਹਾਨੂੰ ਮੈਂ ਚੀਜ਼ ਦੱਸੀ ਹੈ ਕਿ ਫਿਰ ਮਜਬੂਰ ਹੋ ਜਾਂਦਾ ਪੇਰੈਂਟਸ ਉਹਨੂੰ ਘਰ ਦੇ ਵਿੱਚ ਰੱਖਣ ਲਈ ਜੀ ਉਹਦੇ ਬਿਹੇਵੀਅਰਸ ਉਦੋਂ ਤੱਕ ਬਣ ਚੁੱਕੇ ਹੁੰਦੇ ਨੇ ਮੈਂ ਤੁਹਾਨੂੰ ਇਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਆਟਿਜ਼ਮ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ ਇੱਕ ਜਿਹੜੇ ਕੀ ਉਹਨੂੰ ਸਮਝ ਕੇ ਉਹਦੇ ਪੇਰੈਂਟਸ ਅਕਸੈਪਟ ਕਰਕੇ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਸੋ ਜਦੋਂ ਅਸੀਂ ਜਰਨਲੀ ਛੋਟੀ ਐਜਸ ਬੱਚੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਉਹ ਕਿਉਂਕਿ ਇਹ ਕੋਈ ਬਿਮਾਰੀ ਤੇ ਹੈ ਨਹੀਂ ਇੱਕ ਕੰਡੀਸ਼ਨ ਹੈ ਜੀ ਜਰਨਲੀ 1.5 ਸਾਲ ਤੇ ਬੱਚੇ ਤੇ ਸਿੰਪਟਮ ਦਿਖਣੇ ਸ਼ੁਰੂ ਹੋ ਜਾਂਦੇ ਠੀਕ ਹੈ ਜੀ ਤੇ ਜੇ ਮੈਂ ਇਹ ਬਿਮਾਰੀ ਨਹੀਂ ਹੈ ਸੋ ਬਿਮਾਰੀ ਜੀ ਕੀ ਹੁੰਦਾ ਹੈ ਕਿ ਹਾਂ ਮੈਨੂੰ ਪਤਾ ਜੀ ਇਹ ਬਿਮਾਰੀ ਹੈ ਡਾਕਟਰ ਦੀ ਜ਼ਰੂਰਤ ਹੈ ਇੱਕ ਕੰਡੀਸ਼ਨ ਹੈ ਜੀ ਜਦੋਂ 1.5 ਸਾਲ ਤੇ ਡਾਇਗਨੋਸ ਹੋ ਜਾਂਦਾ ਹੈ ਅਗਰ ਉੱਥੇ ਹੀ ਬੱਚੇ ਦੇ ਨਾਲ ਕੰਮ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਕੰਡੀਸ਼ਨ ਧੀਰੇ 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 ਖਤਮ ਹੋਣੀ ਸ਼ੁਰੂ ਹੋ ਜਾਂਦੀ ਕਿਉਂ ਕਿਉਂਕਿ ਉਹ ਦੋ ਚੀਜ਼ਾਂ ਨੂੰ ਇਫੈਕਟ ਕਰ ਰਹੀ ਹੈ ਇੱਕ ਕਮਿਊਨੀਕੇਸ਼ਨ ਨੂੰ ਦੂਸਰਾ ਬਿਹੇਵੀਅਰ ਨੂੰ ਤੇ ਉਹ ਦੋਨੋਂ ਚੀਜ਼ਾਂ ਉਸ ਸੇਜ ਦੇ ਵਿੱਚ ਕਮ ਹੋ ਜਾਂਦੇ ਕਿਉਂ ਹੁੰਦਾ ਕਿਉਂਕਿ ਉਸ ਸੇਜ ਦੇ ਵਿੱਚ ਜਿਹੜਾ ਬੱਚੇ ਦਾ ਬ੍ਰੇਨ ਹੁੰਦਾ ਉਹ 100% ਬਣ ਰਿਹਾ ਹੁੰਦਾ ਜੀ ਬੱਚੇ ਦੀ ਲਰਨਿੰਗ ਕੈਪੈਸਿਟੀ ਜਿਹੜੀ 100% ਹੁੰਦੀ ਹੈ ਜੀ ਸੋ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਉਹ ਬ੍ਰੇਨ ਕ੍ਰਿਸਟਲਾਈਜ਼ ਹੁੰਦਾ ਰਹਿੰਦਾ ਹੈ। ਗਾਟ ਇਟ ਤੇ ਉਹ ਬਿਹੇਵੀਅਰ ਵੀ ਜਿਹੜਾ ਉਹ ਧੀਰੇ 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 ਪੱਕਦਾ ਜਾਂਦਾ ਹੈ। ਠੀਕ ਹੈ ਜੀ। ਸੋ ਇਸ ਲਈ ਜਰਨਲੀ ਕਿਹਾ ਜਾਂਦਾ ਹੈ ਕਿ ਛੋਟੀ ਇਸੀ ਅਗਰ ਕਮ ਹੋਣਾ ਸ਼ੁਰੂ ਹੋ ਜਾਏਗਾ ਤੇ ਉਹ ਕੰਡੀਸ਼ਨ ਧੀਰੇ 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 ਘਟ ਜਾਂਦੀ ਹੈ। ਐਂਡ ਉਹ ਜੇ ਓਵਰ ਨਾਈਟ ਹੋ ਰਿਹਾ ਜੇ ਉਹ ਨਹੀਂ ਹੋ ਰਿਹਾ ਤੇ ਉਹ ਬਿਹੇਵੀਅਰ ਵੱਧਦਾ ਜਾਏਗਾ। ਸੋ ਲੈਵਲ ਧੀਰੇ 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 ਅਪ ਹੁੰਦਾ ਜਾਏਗਾ। ਓਕੇ। ਸੋ ਸਭ ਤੋਂ ਵੱਡੀ ਚੀਜ਼ ਹੈ ਵੀ ਕਿ ਉਸ ਏਜ ਦੇ ਵਿੱਚ ਬੱਚੇ ਦੇ ਨਾਲ ਜੈਨੂਮਨ ਕਮ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ? ਹਮਮ। ਪ੍ਰੋਫੈਸ਼ਨਲ ਕਿਹੜੇ ਨੇ ਜਿਹ ਕੀ ਜੈਨੂਨਲੀ ਪ੍ਰੋਫੈਸ਼ਨਲ ਹੈ ਵੀ ਇਹ ਕਿ ਕੋਈ ਫਰੈਸ਼ਰ ਹੀ ਕੰਮ ਕਰੀ ਜਾ ਰਹੇ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਡਿਪੈਂਡ ਕਰਦਾ ਜੀ ਬਾਇਓਲੋਜੀਕਲ ਲੈਵਲ ਤੇ ਅਗਰ ਦੇਖੇਗੇ ਜੀ ਬਾਇਓਲੋਜੀਕਲ ਲੈਵਲ ਤੇ ਇੱਕ ਨਾਨ ਆਟਿਸਟਿਕ ਬੱਚੇ ਔਰ ਇੱਕ ਆਟਿਸਟਿਕ ਬੱਚੇ ਚ ਕੀ ਡਿਫਰੈਂਸ ਕੀ ਹੁੰਦਾ ਅਗਰ ਬੇਸਿਕ ਬੇਸਿਕ ਸਮਝਾਵਾਂ ਬਾਇਓਲੋਜੀਕਲ ਪੁਆਇੰਟ ਆਫ View ਨਾਲ ਇਹਦੀ ਮੈਂ ਤੁਹਾਨੂੰ ਬੜੀ ਇੱਕ ਅੱਛੀ ਐਗਜ਼ਾਮਪਲ ਦਿਆਂਗਾ ਇਹਦੀ ਐਗਜ਼ਾਮਪਲ ਹੈ ਵੀ ਤੁਸੀਂ ਆਪਾਂ ਦੋ ਫੋਨ ਮਾਰਕੀਟਸ ਨੇ ਇੱਕ ਆਈਫੋਨ ਹੈ ਇੱਕ ਐਂਡਰੌਇਡ ਠੀਕ ਹੈ ਸੋ ਦੋਨਾਂ ਚੋਂ ਕਿਹੜਾ ਫੋਨ ਸਹੀ ਹੈ ਔਰ ਕਿਹੜਾ ਗਲਤ ਹੈ ਦੋਨੋਂ ਆਪਣੇ ਅਲਗ-ਅਲਗ ਤਰੀਕੇ ਦੇ ਦੋਨੋਂ ਹੀ ਸਹੀ ਨੇ ਠੀਕ ਹੈ ਬਸ ਐਵੇਂ ਕਿ ਦੋਨਾਂ ਦੇ ਫੀਚਰ ਆਪਣੇ ਆਪਣੇ ਨੇ ਓਕੇ ਦੋਨਾਂ ਦਾ ਡਿਵੈਲਪਿੰਗ ਪਲੇਟਫਾਰਮ ਆਪਣਾ ਆਪਣਾ ਠੀਕ ਹੈ ਨਾਰਮਲ ਬੱਚੇ ਚ ਕੀ ਹੈ ਨਾਰਮਲ ਬੱਚਾ ਹਰ ਚੀਜ਼ ਨੂੰ ਆਪਣੇ ਆਪ ਹੀ ਸਿੱਖ ਲੈਂਦਾ ਹੈ ਜੀ ਮੇਰੇ ਬੱਚੇ ਨੂੰ ਉਹ ਚੀਜ਼ ਸਮਝਣ ਦੇ ਵਿੱਚ ਜਾਂ ਸਮਝਾਉਣ ਦੇ ਵਿੱਚ ਥੋੜੀ ਜਿਹੀ ਦਿੱਕਤ ਹੁੰਦੀ ਹੈ ਜੀ ਬਟ ਦੋਨਾਂ ਦੇ ਫੀਚਰ ਆਪਣੇ ਨੇ ਜੀ ਉਹਦੇ ਚ ਨਾਰਮਲ ਬੱਚਾ ਇੱਕ ਚੀਜ਼ ਨੂੰ ਕਰੇਗਾ ਤੇ ਉਹਦੇ ਵਿੱਚ 에ਰਰ ਕਰ ਵੀ ਸਕਦਾ ਹੈ। ਬਟ ਜਿਹੜੇ ਸਪੈਸ਼ਲ ਬੱਚੇ ਹੁੰਦੇ ਨੇ ਜਦੋਂ ਇੱਕ ਚੀਜ਼ ਨੂੰ ਕਰਨ ਲੱਗ ਪੈਂਦੇ ਨੇ ਤੇ ਫਿਰ ਬਹੁਤ ਪਰਫੈਕਟਲੀ ਕਰ ਦਿੰਦੇ ਨੇ। ਬਿਕੋਜ਼ ਉਹਨਾਂ ਨੂੰ ਇੱਕ ਫੋਕਸ ਚਾਈਲਡ ਕਿਹਾ ਜਾਂਦਾ ਹੈ। ਜੀ। ਮੈਂ ਇੱਥੇ ਕਿਸੇ ਬੱਚੇ ਨੂੰ ਅੰਡਰਐਸਟੀਮੇਟ ਨਹੀਂ ਕਰ ਰਿਹਾ। ਪਰ ਮੈਂ ਵੈਸੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੇਰਾ ਬੱਚਾ ਜਿਹੜਾ ਨਾ ਉਹ ਸਪੈਸ਼ਲ ਚਾਈਲਡ ਹੈ। ਜੀ। ਉਹਦੇ ਨਾਮ ਦੇ ਨਾਲ ਸਪੈਸ਼ਲ ਲੱਗਾ ਆਇਆ ਹੈ। ਜੀ। ਸੋ ਸਪੈਸ਼ਲ ਐਵੇਂ ਨਹੀਂ ਲੱਗ ਜਾਂਦਾ। ਜੀ। ਸਪੈਸ਼ਲ ਉਹਦੇ ਵਿੱਚ ਕੋਈ ਸਪੈਸ਼ਲ ਹਿਡਨ ਬਹੁਤ ਸਾਰੇ ਟੈਲੈਂਟ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਸਪੈਸ਼ਲ ਕਿਹਾ ਜਾਂਦਾ ਹੈ ਬਸ ਉਹ ਸਪੈਸ਼ਲ ਟੈਲੈਂਟ ਨੂੰ ਐਕਸਪਲੋਰ ਕਰਨਾ ਪੈਂਦਾ ਉਹ ਇਹ ਕਹਿ ਸਕਦੇ ਹੋ ਕਿ ਅੱਸੀ ਹਾਲੇ ਉਸ ਲੈਵਲ ਤੇ ਨਹੀਂ ਪਹੁੰਚੇਗੀ ਆਪਾਂ ਉਹਨਾਂ ਦੀ ਜਿਹੜੀ ਕੈਪੇਬਿਲਿਟੀਆਂ ਆ ਉਹ ਦੇਖ ਪਾਈਏ ਐਗਜੈਕਟਲੀ ਮੈਂ ਹਮੇਸ਼ਾ ਦੱਸਦਾ ਜੀ ਕੀ ਹੁੰਦਾ ਮੇਰਾ ਜਿਹੜਾ ਬੱਚਾ ਹੈ ਨਾ ਸਪੈਸ਼ਲ ਬੱਚਾ ਉਹ ਆਲਮੋਸਟ ਉਹ ਆਪਣੀ ਗਲਤੀ ਦੇ ਨਾਲ ਪਿੱਛੇ ਨਹੀਂ ਰਹਿੰਦਾ ਉਹ ਪਿੱਛੇ ਰਹਿ ਜਾਂਦਾ ਹੈ ਅਵੇਅਰਨੈਸ ਦੀ ਕਮੀ ਦੀ وجہ ਨਾਲ ਜਿਸ ਦੇ ਵਾਸਤੇ ਅਸੀਂ ਅੱਜ ਤੁਹਾਡੇ ਕੋਲ ਆਏ ਆ ਅਸੀਂ ਚਾਹੁੰਦੇ ਆ ਕਿ ਸਮੇਂ ਰਹਿੰਦੇ ਲੋਕਾਂ ਨੂੰ ਅਵੇਅਰ ਕਰ ਦਿੱਤਾ ਜਾਵੇ ਜੇ ਅਵੇਅਰਨੈਸ ਪੂਰੀ ਹੋ ਜਾਏਗੀ ਨਾ ਤਾਂ ਬੱਚਾ ਕਦੀ ਪਿੱਛੇ ਨਹੀਂ ਰਹੇਗਾ ਜੀ ਕਿਉਂ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਇੱਕ ਨਾਰਮਲ ਬੱਚੇ ਤੇ ਸਪੈਸ਼ਲ ਬੱਚੇ 'ਚ ਫਰਕ ਕੀ ਹੈ ਕਿ ਉਹ इजीली ਹਰ ਚੀਜ਼ ਨੂੰ ਅ세ਸੇਬਲ ਕਰ ਲੈਂਦਾ ਮੇਰੇ ਬੱਚੇ ਨੂੰ ਥੋੜੀ ਜੀ ਕਠਿਨਾਈ ਹੁੰਦੀ ਹੈ ਬਟ ਉਹ ਕਠਿਨਾਈ ਹੋਣ ਦੇ ਬਾਅਦ ਜਦੋਂ ਉਹਨੂੰ ਕਰ ਲੈਂਦਾ ਤੇ ਫਿਰ ਜਿੰਨਾ ਪਰਫੈਕਟਲੀ ਉਹ ਕਰਦਾ ਫਿਰ ਕੋਈ ਨਹੀਂ ਕਰ ਪਾਂਦਾ ਸੋ ਜਦੋਂ ਤੁਸੀਂ ਐਂਡਰੋਇਡ ਨੂੰ ਠੀਕ ਕਰਾਣ ਜਾਓਗੇ ਨਾ ਤੁਹਾਨੂੰ ਮਾਰਕੀਟ 'ਚ ਬਹੁਤ ਸਾਰੇ ਰਿਪੇਅਰ ਵਾਲੇ ਮਿਲਣਗੇ ਬਟ ਜਦੋਂ ਐਪਲ ਨੂੰ ਠੀਕ ਕਰਾਣ ਜਾਂਦੇ ਨੇ ਨਾ ਸਾਨੂੰ ਰੇਅਰ ਲੋਕ ਮਿਲਦੇ ਨੇ ਸੋ ਸਪੈਸ਼ਲ ਚੀਜ਼ ਲਈ ਫਿਰ ਉਹਨਾਂ ਨੂੰ ਸਮਝਣਾ ਥੋੜਾ ਜਿਹਾ ਮੁਸ਼ਕਿਲ ਹੈ ਬਟ ਜਦੋਂ ਸਮਝ ਆ ਜਾਂਦਾ ਨਾ ਫਿਰ ਉਹ ਤੁਹਾਡੇ ਲਈ ਰਸਤਾ ਕੋਈ ਮੁਸ਼ਕਿਲ ਨਹੀਂ ਹੈ ਜੀ ਸਰ ਅਪਾ ਇਹ ਜਨਰਲ ਹੀ ਦੇਖਦੇ ਆ ਕਿ ਬਹੁਤ ਵਾਰ ਕਈ ਵੀ ਜਾਂਦੀ ਹੈ ਗੱਲ ਕਿ ਜਿਹੜੇ ਸਪੈਸ਼ਲ ਚਾਈਲਡ ਹੁੰਦੇ ਨੇ ਜਿੰਨੇ ਵੀ ਉਹਨਾਂ ਚ ਕਦੀ ਨਾ ਕਦੀ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਇੱਕ ਰੀਅਰ ਟੈਲੈਂਟ ਨਿਕਲ ਆਂਦਾ ਜਿਹੜਾ ਬਹੁਤ ਰੇਅਰ ਹੁੰਦਾ ਇਹ ਐਕਚੁਅਲ ਜਿਦਾ ਹੁੰਦਾ ਵਾ ਜਾਂ ਇਹ ਇਹ ਵੀ ਇੱਕ ਸਟੀਰੀਓਟਿਪੀਕਲ ਗੱਲ ਬਣਾਈ ਗਈ ਹੈ ਸਰ ਇਹਦੇ ਚ ਨਾ ਕੀ ਹੈ ਉਹਦਾ ਇੱਕ ਮੇਜਰ ਜਿਹੜਾ ਮਤਲਬ ਰੀਜ਼ਨ ਹੈ ਉਹ ਇਹ ਵੈ ਕਿ ਇਹ ਬੱਚੇ ਨਾ ਫੋਕਸਡ ਟਾਈਲਡ ਹੁੰਦੇ ਨੇ ਠੀਕ ਹੈ ਬਹੁਤ ਤਰ੍ਹਾਂ ਦੇ ਇਹਨਾਂ ਬੱਚਿਆਂ ਚ ਕਈ ਤਰ੍ਹਾਂ ਦੇ ਮਤਲਬ ਵਾਕਏ ਸਪੈਸ਼ਲ ਫੀਚਰ ਪਾਈ ਵੀ ਜਾਂਦੇ ਨੇ ਜਿੱਦਾਂ ਇੱਕ ਸੈਵਨਥ ਅਬਿਲਟੀ ਕਰਕੇ ਬੱਚੇ ਹੁੰਦੇ ਨੇ ਸਾਡੇ ਕੋਲ ਮੇਰੇ ਸੈਂਟਰ ਚ ਇੱਕ ਬੱਚਾ ਹੈ ਉਹਨੂੰ ਤੁਸੀਂ ਕੋਈ ਵੀ ਡੇਟ ਪੁੱਛ ਲਓ ਕੋਈ ਵੀ ਕੁਝ ਪੁੱਛ ਲਓ ਉਹ 1 ਮਿੰਟ ਤੋਂ ਪਹਿਲਾਂ ਦੱਸ ਦਿੰਦਾ ਅੱਛਾ ਬਟ ਇਹ ਰੇਅਰ ਹੁੰਦੇ ਨੇ 1 ਪਰਸੈਂਟ ਹੁੰਦੇ ਨੇ ਬਟ ਇਹਨਾਂ ਚ ਇੱਕ ਸਪੈਸ਼ਲ ਪਾਵਰ ਕੀ ਹੁੰਦੀ ਹੈ ਇਹ ਇੱਕ ਇੱਕ ਸਮੇਂ ਚ ਜਿਹੜਾ ਕੰਮ ਕਰ ਰਿਹਾ ਨਾ ਉਹਦੇ ਲਈ ਫੁੱਲ ਡੈਡੀਕੇਟਿਡ ਹੁੰਦੇ ਨੇ ओके जनरली ਜਦੋਂ ਕਹਿੰਦੇ ਨੇ ਕਿ ਤੁਸੀਂ ਵੀ ਉਹਨੂੰ ਫੁੱਲ ਫੋਕਸਡ ਹੋ ਕੇ ਕੰਮ ਕਰੋਗੇ ਨਾ ਤੇ ਤੁਸੀਂ ਵੀ ਉਹਨੂੰ ਪਰਫੈਕਟਲੀ ਕਰ ਲੋਗੇ ਹੂੰ ਸੋ ਮੇਰੇ ਕੋਲ ਇੱਕ ਥੋੜੇ ਦਿਨ ਪਹਿਲਾਂ ਇੱਕ ਬੱਚਾ ਆਇਆ ਉਹਦੇ ਪੇਰੈਂਟਸ ਬੈਠੇ ਸੀ ਉਹ ਲੁਧਿਆਣੇ ਤੋਂ ਹੀ ਬੱਚਾ ਹੈ ਹੂੰ ਉਹ ਪੇਰੈਂਟ ਮੇਰੇ ਨਾਲ ਬੈਠੇ ਨੇ ਤੇ ਉਹਨਾਂ ਦੇ ਬੱਚੇ ਨੂੰ ਭੁੱਖ ਲੱਗੀ ਹੈ ਮੈਂ ਉਹਨੂੰ ਇੱਕ ਬਨਾਣਾ ਦੇ ਰਿਹਾ ਹਾਂ ਹੂੰ ਸੋ ਬਨਾਣਾ ਖਾ ਕੇ ਉਹ ਛਿਲਕੇ ਨੂੰ ਅੱਜ ਫੜ ਕੇ ਤੇ ਲੱਭ ਰਿਆ ਰੂਮ ਦੇ ਵਿੱਚ ਡਸਟਬਿਨ ਲੱਭ ਰਿਆ ਠੀਕ ਹੈ ਕਿਉਂਕਿ ਉਹਨੂੰ ਇਹ ਪਤਾ ਹੈ ਕਿ ਮੈਂ ਛਿਲਕਾ ਡਸਟਬਿਨ ਦੇ ਵਿੱਚ ਹੀ ਪਾਣਾ ਹੈ ਜੀ ਜਰਨਲੀ ਸਪੈਸ਼ਲ ਨਾਰਮਲ ਬੱਚਾ ਉਹ ਛਿਲਕਾ ਕਿਤੇ ਵੀ ਰੱਖ ਸਕਦਾ ਸੀ ਇਹਨੂੰ ਆਪਾਂ ਜਦੋਂ ਜਰਨਲੀ ਆਪਾਂ ਕਹਿੰਦੇ ਨੂੰ OCD ਹੈ ਬੰਦੇ ਨੂੰ ਜਾਂ ਕੁਝ ਕਹਿੰਦੇ ਨਾ ਤਾਂ ਇੱਕ ਵਰਡ ਯੂਜ਼ ਕਰਦੇ ਆ ਕਿ ਡਿਫਰੈਂਟ ਕਾਈਂਡ ਦੇ ਬਿਲਕੁਲ ਡਿਜ਼ੀਜ਼ ਹੈਗੀਆਂ ਨੇ ਜਿਨੂੰ ਅਸੀਂ ਸਾਈਕੀਟਰੀ ਦੇ ਵਿੱਚ ਕਿੰਤੇ ਆ ਜਾਂ ਇੱਕ ਸਾਈਕੋਲੋਜੀ ਦੇ ਵਿੱਚ ਆ ਜਾਂਦੀਆਂ ਨੇ ਇਹ ਮੇਰੇ ਬੱਚੇ ਦੀ ਪਰਫੈਕਸ਼ਨ ਹੈ ਕਿਉਂਕਿ ਉਹਨੂੰ ਇੱਕ ਚੀਜ਼ ਸਿਖਾ ਦਿੱਤੀ ਗਈ ਹੈ ਕਿ ਇਹ ਡਸਟਬਿਨ ਦੇ ਵਿੱਚ ਪਾਣਾ ਹੈ ਜਦੋਂ ਇੱਕ ਉਹ ਬਿਹੇਵੀਅਰ ਨੂੰ ਅਡਾਪਟ ਕਰ ਲੈਂਦੇ ਨੇ ਫਿਰ ਉਹਦੇ ਪੱਟੀ ਉਹਦੇ ਪ੍ਰਤੀ ਉਹ ਪਾਰਟਿਕੂਲਰ ਹੋ ਜਾਂਦੇ ਨੇ ਓਕੇ ਮੇਰੇ ਬੱਚੇ ਦੇ ਨਾਲ ਬਹੁਤ ਵਾਰੀ ਇਦਾਂ ਹੁੰਦਾ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਜਿਹੜੇ ਬੱਚੇ ਨਾ ਜ਼ਿਆਦਾਤਰ ਅਵੇਅਰਨੈਸ ਨਾਲ اور ਪੇਰੈਂਟਸ ਦੀ ਗਲਤੀ ਦੇ ਨਾਲ ਪਿੱਛੇ ਰਹਿੰਦੇ ਨੇ ਹੂੰ ਜੇ ਪੇਰੈਂਟਸ ਕੀ ਹੁੰਦਾ ਕਿ ਜਦੋਂ ਬੱਚੇ ਦਾ ਡਾਇਗਨੋਸ ਹੋ ਜਾਂਦਾ ਨਾ ਏਵਰੀ ਪੇਰੈਂਟਸ ਉਹਨੂੰ ਉਸੇ ਪ੍ਰਿਜ਼ਮ ਦੇ ਨਾਲ ਦੇਖਦਾ ਜੀ ਮੈਂ ਇਹਦੀਆਂ ਬਹੁਤ ਸਾਰੀ ਆਪਣੇ ਵੀਡੀਓਜ਼ ਦੇ ਵਿੱਚ ਬਹੁਤ ਸਾਰੀ ਇੰਟਰਵਿਊਜ਼ ਦੇ ਵਿੱਚ ਦੱਸਿਆ ਵੀ ਹੈ ਜੀ ਕੀ ਹੁੰਦਾ ਕਿ ਉਸ ਵੇਲੇ ਸਾਡੇ ਦਿਮਾਗ 'ਚ ਪਤਾ ਕੀ ਹੋ ਜਾਂਦਾ ਯਾਰ ਇਹ ਸਪੈਸ਼ਲ ਹੈ ਜੀ ਅਸੀਂ ਉਹਨੂੰ ਅੰਡਰ ਐਸਟੀਮੇਟ ਕਰਨ ਲੱਗ ਪਏ ਨੇ ਜੀ ਇਹਦੀ ਇੱਕ ਮੈਂ ਪਿੱਛੇ ਵੀ ਡਿਸਕਸ ਕੀਤਾ ਸੀਗਾ ਕਿ ਮੇਰੇ ਬੇਟੇ ਦੇ ਬਰਥਡੇ ਤੇ ਕਿਸੇ ਨੇ ਉਹਨੂੰ ਇੱਕ ਵਾਰੀ ਕੜੀ ਦਿੱਤੀ ਮੇਰੇ ਦੋਸਤ ਨੇ ਠੀਕ ਹੈ ਸੋ ਕੜੀ ਜਦੋਂ ਦੇਖ ਕੇ ਗਿਆ ਤੇ ਮੈਂ ਉਹ ਆਪਣੇ ਵਾਈਫ ਨੂੰ ਕਹ ਰਿਹਾ ਯਾਰ ਨਦੀ ਬ੍ਰਾਂਡਡ ਆਇਆ ਹੈ ਕਿਹੜਾ ਇੰਨੇ ਕਿਹੜਾ ਟਾਈਮ ਦੱਸਣਾ ਅਸੀਂ ਉਹ ਕੜੀ ਅੱਗੇ ਕਿਸੇ ਨੂੰ ਗਿਫਟ ਦੇ ਦਿੰਨੇ ਆ ਜੀ ਮੇਰੇ ਵਾਈਫ ਨੂੰ ਗੁੱਸਾ ਲੱਗਾ ਬਟ ਮੈਂ ਉਹ ਹੀ ਪੈਰੈਂਟਸ ਦੀ ਜਿਹੜੀ ਨਲਾਕੀ ਮੇਰੀ ਨਲਾਕੀ ਕਿ ਮੈਂ ਉਹਨੂੰ ਅੰਡਰ ਐਸਟੀਮੇਟ ਕਰੀ ਜਾ ਰਿਹਾ ਮੈਨੂੰ ਲੱਗਦਾ ਇੰਨੇ ਕਿਹੜਾ ਦੇਖਣਾ ਅੱਜ ਮੇਰਾ ਬੱਚਾ ਹਰ ਘੜੀ ਦੇਖ ਕੇ ਟਾਈਮ ਦੱਸਦਾ ਹੈ ਰਿਸਟ ਵਾਚ ਦੇਖ ਕੇ ਵੀ ਦੱਸਦਾ ਹੈ ਵਾਲ ਕਲੋਕ ਕੇ ਵੀ ਦੱਸਦਾ ਹੈ ਵਾਲ ਕਲੋਕ ਦੇਖ ਕੇ ਵੀ ਦੱਸਦਾ ਹੈ ਉਹਨੇ ਨਹੀਂ ਕਿਹਾ ਸੀ ਕਿ ਪਾਪਾ ਮੈਂ ਟਾਈਮ ਨਹੀਂ ਦੇਖ ਸਕਦਾ ਹੂੰ ਉਹਨੂੰ ਅੰਡਰ ਐਸਟੀਮੇਟ ਕੀਤਾ ਕਿ ਮੈਂ ਇਵਨ ਮੈਂ ਦੇਖ ਰਿਹਾ ਕਿ ਜਿਹੜਾ ਉਹਨੂੰ ਗਿਫਟ ਦੇ ਕੇ ਜਾ ਰਿਹਾ ਉਹ ਨਹੀਂ ਉਹਨੂੰ ਅੰਡਰ ਐਸਟੀਮੇਟ ਕਰ ਰਿਹਾ ਉਹ ਤੇ ਬਲਕਿ ਮੋਟੀਵੇਟ ਕਰ ਰਿਹਾ ਹੋਰ ਅੱਗੋਂ ਉਹਨੂੰ ਕੌਣ ਅੰਡਰ ਐਸਟੀਮੇਟ ਕਰ ਰਿਹਾ ਉਹਦਾ ਫਾਦਰ ਜੀ ਸੋ ਜਰਨਲੀ ਜ਼ਿਆਦਾਤਰ ਸਪੈਸ਼ਲ ਬੱਚਿਆਂ ਦੇ ਵਿੱਚ ਕੇਸ ਇਸੇ ਇਦਾਂ ਹੀ ਹੁੰਦਾ ਕਿ ਪੇਰੈਂਟਸ ਹੀ ਉਹਨਾਂ ਨੂੰ ਜਦੋਂ ਉਹਨਾਂ ਲਈ ਕੋਈ ਚੀਜ਼ ਕਰਨੀ ਛੱਡੋ ਯਾਰ ਮੈਂ ਉਸ ਪੇਰੈਂਟਸ ਨੂੰ ਮੈਸੇਜ ਦੇਣਾ ਚਾਹਨਾ ਨਹੀਂ ਇਹ ਮੈਨੂੰ ਸਮਝ ਨਹੀਂ ਸੀ ਮੈਂ ਗਲਤੀਆਂ ਕੀਤੀਆਂ ਨੇ ਸੋ ਤੁਹਾਡੇ ਅੱਗੇ ਰਿਕੁਐਸਟ ਕਰਦਾ ਕਿ ਤੁਸੀਂ ਇਹ ਗਲਤੀਆਂ ਨਹੀਂ ਕਰਨੀਆਂ ਮੇਰਾ ਬੱਚਾ ਸਭ ਕੁਝ ਕਰਦਾ ਮੈਂ ਤੁਹਾਨੂੰ ਬਹੁਤ ਸਾਰੀ ਵੀਡੀਓਜ਼ ਸ਼ੇਅਰ ਕਰਾਂਗਾ ਤੁਸੀਂ ਇਸ ਪੋਡਕਾਸਟ ਦੇ ਵਿੱਚ ਕਨੈਕਟ ਕਰੋ ਕਿ ਅੱਜ ਕਿਹੜਾ ਕੰਮ ਹੈ ਜਿਹੜਾ ਸਹੀਮ ਆਪਣੇ ਆਪ ਨਹੀਂ ਕਰਦਾ ਜੀ ਉਹ ਅੱਜ ਪਿੱਛੇ ਰਹਿ ਗਿਆ ਨਾ ਉਦੀ ਸਭ ਤੋਂ ਵੱਡੀ ਗਲਤੀ ਜਾਂ ਸਭ ਤੋਂ ਵੱਡੀ ਜਿਹੜੀ ਮਿਸਟੇਕਸ ਹੈ ਨਾ ਉਹ ਮੈਮ ਜੀ ਉਹਦਾ ਫਾਦਰ ਉਹਦੀ ਮਦਰ ਨਹੀਂ ਸੀ ਉਹਦੀ ਮਦਰ ਬਹੁਤ ਡੈਡੀਕੇਟਿਡ ਸੀ ਹਮ ਉਹਨੇ ਬਹੁਤ ਜ਼ੋਰ ਲਾਇਆ ਪਰ ਉਹੀ ਹੈ ਕਿ ਇਕੱਲੇ ਬੰਦੇ ਦੇ ਬਸ ਦਾ ਕੰਮ ਹੀ ਨਹੀਂ ਹੈ ਇਹ ਪੂਰੀ ਫੈਮਿਲੀ ਦਾ ਕੰਮ ਹੈ ਜੀ ਸੋ ਜਦ ਤੱਕ ਪੂਰੀ ਫੈਮਿਲੀ ਉਹਨੂੰ ਸਪੋਰਟ ਨਹੀਂ ਕਰੇਗੀ ਨਾ ਉਹ ਸਾਰੀਆਂ ਚੀਜ਼ਾਂ ਨਹੀਂ ਹੋ ਪਣਗੀਆਂ ਮੈਂ ਇੱਥੇ ਇੱਕ ਚੀਜ਼ ਹੋਰ ਦੱਸਾਂ ਇਹ ਪੇਰੈਂਟਸ ਨੂੰ ਇਹ ਮੈਸੇਜ ਇਸ ਲਈ ਦੇਣਾ ਚਾਹਣਾ ਜੇ ਅਸੀਂ ਉਹਨਾਂ ਨੂੰ ਅਕਸੈਪਟ ਨਹੀਂ ਕਰਦੇ ਆ ਪਹਿਲਾਂ ਤੇ ਅਸੀਂ ਸੋਸਾਇਟੀ ਤੋਂ ਕਿਵੇਂ ਐਕਸੈਪਟ ਕਰ ਸਕਦੇ ਆ ਕਿ ਉਹ ਉਹਨਾਂ ਨੂੰ ਸਪੋਰਟ ਕਰਨੀ ਹੈ ਜੀ ਅਸੀਂ ਆਪ ਉਹਨਾਂ ਨੂੰ ਅੰਡਰ ਐਸਟੀਮੇਟ ਕਰਦੇ ਆ ਅਸੀਂ ਆਪ ਉਹਨਾਂ ਲਈ ਹਰ ਚੀਜ਼ ਕੰਪਰੋਮਾਈਜ਼ਿੰਗ ਚ ਕਰਦੇ ਆ ਤੇ ਅਸੀਂ ਸੋਸਾਇਟੀ ਕੋ ਐਕਸੈਪਟ ਕਰਦੇ ਆ ਕਿ ਉਹਨੂੰ ਐਕਸੈਪਟ ਕਰ ਜੀ ਹਾਊ ਕੈਨ ਪੋਸੀਬਲ ਐਗਜੈਕਟਲੀ ਹੋਰ ਕਿਤੇ ਨਾ ਕਿਤੇ ਲੋਡ ਤਾਂ ਸਿਰਫ ਘਰ ਦੇ ਨਾਲ ਤੱਕ ਨਹੀਂ ਆ ਪੂਰੀ ਸੋਸਾਇਟੀ ਨੂੰ ਹੀ ਐਕਸੈਪਟ ਕਰਨਾ ਪਿਆ ਸਰ ਇਹਦੀ ਤਾਂ ਹੀ ਤਾਂ ਹੀ ਬੱਚਾ ਐਕਚੁਅਲ ਜੀ ਫੀਲ ਕਰੇਗਾ ਕਿ ਹਾਂ ਉਹ ਵੀ ਬਾਕੀਆਂ ਵਾਂਗੂ ਹੀ ਹੈ ਯੈਸ ਅਸੀਂ ਮਿਲ ਕੇ ਹੀ ਉਹਨੂੰ ਫੀਲ ਕਰਾ ਰਹੇ ਹਾਂ ਕਿ ਨਹੀਂ ਨਹੀਂ ਤੂੰ ਅਲੱਗ ਹੈ ਉਹਦੀ ਐਗਜ਼ੈਂਪਲਸ ਹੈ ਸਾਡੇ ਬਹੁਤ ਸਾਰੇ ਸਕੂਲਸ ਨੇ ਸਾਡੇ ਬਹੁਤ ਸਾਰੇ ਇੰਸਟੀਟਿਊਟ ਨੇ ਜਿਹੜੇ ਕੀ ਕਹਿੰਦੇ ਨੇ ਜੀ ਇਹ ਬੱਚਾ ਸਪੈਸ਼ਲ ਹੈ ਅਸੀਂ ਲੈਣਾ ਨਹੀਂ ਹੈ ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸਾਂ ਮੇਰੇ ਬੱਚੇ ਲਈ ਬਹੁਤ ਸਾਰੀਆਂ ਚੀਜ਼ਾਂ ਆਈਆਂ ਮੈਂ ਉਹਨੂੰ ਸਵਿਮਿੰਗ ਸਿਖਾਉਣਾ ਚਾਹੁੰਦਾ ਸੀ ਸ਼ਹਿਰ 'ਚ ਕੋਈ ਪੂਲ ਹਲੋ ਨਾ ਕਰੇ ਕਿਉਂ ਕਿਉਂਕਿ ਉਹ ਸਪੈਸ਼ਲ ਹੈ ਬਟ ਹਾਂ ਉਹਦੇ ਲਈ ਪਹਿਲਾਂ ਮੈਨੂੰ ਸਵਿਮਿੰਗ ਸਿੱਖਣੀ ਪਈ ਮੈਂ 3 ਮਹੀਨੇ ਲਾ ਕੇ ਸਵਿਮਿੰਗ ਸਿੱਖੀ ਮੇਰਾ ਬੱਚਾ 3 ਦਿਨ 'ਚ ਸਿੱਖ ਗਿਆ ਮੈਨੂੰ 3 ਮਹੀਨੇ ਉਹ ਬੱਚਾ 3 ਦਿਨਾਂ ਚ ਸਿੱਖ ਗਿਆ 3 ਦਿਨਾਂ ਚ ਮੈਂ ਅੱਜ ਵੀ ਸਿੱਖ ਕੇ 8 ਫੁੱਟ ਤੱਕ ਜਾਣ ਨੂੰ ਕਈ ਵਾਰੀ ਮੈਂ ਘਬਰਾ ਜਾਂਦਾ ਉਹ ਉਤਰਦਾ ਹੀ 8 ਫੁੱਟ ਤੋਂ ਹੈ ਵੈਰੀ 3rd ਡੇ ਉਸ ਬੱਚੇ ਨੇ ਸਾਰੇ ਲਾਈਫਗਾਰਡ ਉਤਾਰ ਕੇ ਸੁੱਟ ਦਿੱਤੇ ਔਰ ਉਹ ਇੰਡੀਪੈਂਡੈਂਟਲੀ ਸਵਿਮ ਕਰ ਰਿਹਾ ਹੈ ਜੀ ਸੋ ਫਿਰ ਉਸ ਵੇਲੇ ਸਾਰਾ ਪੂਲ ਦੇਖ ਕੇ ਹੈਰਾਨ ਹੈ ਸਾਰੇ ਕੋਚ ਦੇਖ ਕੇ ਹੈਰਾਨ ਨੇ ਇਹ ਉਹਨਾਂ ਦੇ ਹਿਡਨ ਟੈਲੈਂਟ ਨੇ ਇਹ ਉਹਨਾਂ ਦੀ ਹਿਡਨ ਪਾਵਰ ਹੈ ਬਿਕੋਜ਼ ਅਸੀਂ ਉਹਨਾਂ ਨੂੰ ਹਰ ਫੀਲਡ ਦੇ ਵਿੱਚ ਨਾ ਐਸਵੇਲੇ ਅੰਡਰ ਐਸਸੀਮੇਟ ਕਰ ਜਾਂਦੇ ਆ ਜੀ ਸੋ ਮੇਰੇ ਪੋਡਕਾਸਟ ਜਾਂ ਮੇਰੇ ਵੀਡੀਓ ਬਣਾਉਂਦਾ ਇਹੀ ਕ ਰੀਜ਼ਨ ਹੈ ਕਿ ਹੁਣ ਮੈਂ ਲੋਕਾਂ ਤੱਕ ਇਹ ਮੈਸੇਜ ਪਹੁੰਚਾਉਣਾ ਚਾਹਨਾ ਜੀ ਨਿਆ ਰੈਲੀ ਹੋਪ ਕੀ ਇਹ ਮੈਸੇਜ ਆਏ ਲੋਕਾਂ ਤੱਕ ਇਹ ਆਈਫੋਨ ਨੇ ਐਪਰੀਸ਼ੀਅਸ ਨਹੀਂ ਮਹਿੰਗੇ ਜ਼ਰੂਰ ਨੇ ਜ਼ੋਰ ਜ਼ਰੂਰ ਲੱਗਦਾ ਪਰ ਇਹ ਸਭ ਕੁਝ ਉਹ ਕਰ ਸਕਦੇ ਨੇ ਜੋ ਇੱਕ ਨਾਰਮਲ ਨਿਆਣਾ ਵੀ ਕਰਦਾ ਜੀ ਬਸ ਸਾਨੂੰ ਉਹਨਾਂ ਨੂੰ ਸਪੋਰਟ ਕਰਨੀ ਪੈਂਦੀ ਹੈ ਜੀ ਸਾਨੂੰ ਉਹਨਾਂ ਨੂੰ ਸਮਝਣਾ ਪਏਗਾ ਉਹਨਾਂ ਨਾਲ ਕਮਿਊਨੀਕੇਟ ਬਣਾਉਣਾ ਪਏਗਾ ਫਾਈਨ ਟਿਊਨਿੰਗ ਕਰਨੀ ਪਏਗੀ ਮੇਰੇ ਕੋਲ ਲਿਖਵਾ ਕੇ ਲੈ ਲਓ ਕਿ ਅਗਰ ਤੁਸੀਂ ਟਾਈਮਲੀ ਉਸ ਬੱਚੇ ਨੂੰ ਡਾਇਗਨੋਸ ਕਰ ਲੈਂਦੇ ਹੋ ਉਹਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਉਹਨੂੰ ਸਹੀ ਪ੍ਰੋਫੈਸ਼ਨਲਸ ਮਿਲ ਜਾਂਦੇ ਨੇ ਉਹਨੂੰ ਸਹੀ ਸੈਟਅਪ ਮਿਲ ਜਾਂਦਾ ਹੈ ਬੱਚਾ ਬਹੁਤ ਹੱਦ ਤੱਕ ਬਿਹਤਰ ਹੋ ਜਾਂਦਾ ਹੈ ਬਹੁਤ ਹੱਦ ਤੱਕ ਜੀ ਆਪਾਂ ਕਿਤੇ ਨਾ ਕਿਤੇ ਜਸਟ ਬਿਕੋਜ਼ ਉਸ ਬੱਚੇ ਦਾ ਜਿਹੜਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਕਿ ਸਟੀਰੀਓ ਟਿਪੀਕਲ ਬਿਹੇਵੀਅਰ ਹੈ ਜੀ ਜੀ ਹਨਾ ਜਸਟ ਉਹਦੇ ਕਰਕੇ ਹੀ ਕਿਤੇ ਨਾ ਕਿਤੇ ਆਪਾਂ ਬੱਚੇ ਨੂੰ ਉਹ ਖੋਦੀ ਆਪਾਂ ਅਲੱਗ ਤਰੀਕੇ ਨਾਲ ਟ੍ਰੀਟ ਕਰਦੇ ਆਂ ਯਾਰ ਪਤਾ ਨਹੀਂ ਕੀ ਹੈਗੇ ਸਰ ਉਹਦੇ 'ਚ ਵੀ ਨਾ ਮੈਂ ਤੁਹਾਨੂੰ ਫੇਰ ਉਹੀ ਕਹਾਂਗਾ ਲੈਕ ਆਫ ਨੋਲੇਜ ਹਮ ਹੁਣ ਬੱਚਾ ਜਿਹੜਾ ਮੇਰਾ ਨਾ ਕਦੀ ਵੀ ਉਹ ਪੇਰੈਂਟ ਜੇ ਕੋਈ ਸਪੈਸ਼ਲ ਪੇਰੈਂਟਸ ਹੈ ਵੀਡੀਓ ਸੁਣ ਰਿਹਾ ਹੋਏਗਾ ਤੇ ਦੇਖੇਗਾ ਤੇ ਮੈਂ ਉਹਨੂੰ ਇੱਕ ਰਿਕਵੈਸਟ ਕਰਾਂਗਾ ਕਿ ਉਹ ਨੋਟਿਸ ਕਰੇ ਕਿ ਜਦੋਂ ਵੀ ਮੇਰਾ ਬੱਚਾ ਅਗਰੈਸਿਵ ਹੁੰਦਾ ਹੈ ਜਾਂ ਮੇਰਾ ਬੱਚਾ ਹਾਈਪਰ ਹੁੰਦਾ ਹੈ ਤੇ ਉਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੇ ਉਹ ਬੱਚਾ ਆਪਣਾ ਕੋਈ ਨਾ ਕੋਈ ਐਕਸਪ੍ਰੈਸ਼ਨ ਜਾਂ ਜੈਸਚਰ ਜ਼ਰੂਰ ਦਿੰਦਾ ਹੈ ਉਹ ਬੱਚਾ ਆਪਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਜੀ ਮੈਂ ਤੁਹਾਨੂੰ ਕਹਾਂ ਅੱਜ ਮੈਨੂੰ ਇੰਗਲਿਸ਼ ਬਹੁਤ ਵਧੀਆ ਨਹੀਂ ਆਉਂਦੀ ਤੁਸੀਂ ਮੈਨੂੰ ਇੰਗਲਿਸ਼ ਚ ਕੁਐਸਚਨ ਪੁੱਛੀ ਜਾਓਗੇ ਤੇ ਮੈਂ ਤੁਹਾਨੂੰ ਕਿਵੇਂ ਜਵਾਬ ਦੇਵਾਂਗਾ ਜੀ ਸੋ ਮੈਨੂੰ ਮਲਿਆਲਮ ਨਹੀਂ ਆਉਂਦੀ ਤੁਸੀਂ ਮੈਨੂੰ ਮਲਿਆਲਮ ਚ ਗੱਲ ਕਰੋਗੇ ਤੇ ਮੈਂ ਤੁਹਾਨੂੰ ਕਿਵੇਂ ਜਵਾਬ ਦੇਵਾਂਗਾ ਉਹ ਬੱਚੇ ਨੂੰ ਐਕਸਪ੍ਰੈਸ ਕਰਨਾ ਨਹੀਂ ਆਉਂਦਾ ਉਹ ਨੂੰ ਆਪਣੇ ਆਪ ਨੂੰ ਦੱਸਣਾ ਨਹੀਂ ਆਉਂਦਾ ਤੇ ਉਹ ਆਪਣੇ ਬਿਹੇਵੀਅਰ ਨਾਲ ਤੁਹਾਨੂੰ ਦੱਸਦਾ ਜੀ ਮੈਂ ਤੁਹਾਨੂੰ ਹੁਣ ਫੜਾ ਮੈਂ ਇਹੋ ਜੀ ਕਿਸੇ ਜਗ੍ਹਾ ਤੇ ਲੈ ਜਾ ਜਿੱਥੇ ਤਾਂ ਨਾ ਤੁਹਾਨੂੰ ਮਾਹੌਲ ਸਮਝ ਆ ਰਿਹਾ ਨਾ ਭਾਸ਼ਾ ਤੁਸੀਂ ਕੀ ਕਰੋਗੇ ਐਗਜ਼ੈਕਟਲੀ ਕੁਝ ਨਹੀਂ ਸੇਮ ਤੁਹਾਡੇ ਵਿੰਦਰ ਵੀ ਐਂਜ਼ਾਇਟੀ ਆਣੀ ਸ਼ੁਰੂ ਹੋ ਜਾਏਗੀ ਤੁਹਾਡੇ ਵੀ ਬਿਹੇਵੀਅਰ ਚੇਂਜ ਹੋਣੇ ਸ਼ੁਰੂ ਹੋ ਜਾਣਗੇ ਜੀ ਹੁੰਦਾ ਕੀ ਹੈ ਸਾਡੇ ਹਰ ਬੰਦੇ ਦੇ ਇੱਕ ਅੰਦਰ ਨਾ ਇੱਕ ਆਰਟਿਸਟਿਕ ਫੀਚਰ ਹੁੰਦੇ ਨੇ ਬਸ ਪ੍ਰੋਬਲਮ ਇਹ ਹੈ ਕਿ ਮੇਰਾ ਬੱਚਾ ਇੱਕ ਜਦੋਂ ਲੈਵਲ ਤੱਕ ਆਈਡੈਂਟੀਫਾਈ ਹੋ ਗਿਆ ਹੈ ਇੱਕ ਲੈਵਲ ਹੋ ਗਿਆ ਹੈ ਤੇ ਅਸੀਂ ਉਹਨਾਂ ਨੂੰ ਨੋਟਿਸ ਕਰਨ ਲੱਗ ਪੈਨੇ ਆ ਜਿੱਦਾਂ ਆਪਾਂ ਇੰਟਰੋਵਰਟ ਬੋਲੀਏ ਕਿੰਨੇ ਲੋਕ ਹੁੰਦੇ ਨੇ ਜਿਹੜੇ ਪੂਰੀ ਜ਼ਿੰਦਗੀ ਇੰਟਰੋਵਰਟ ਬਣ ਕੇ ਕੱਢ ਦਿੰਦੇ ਨੇ ਮੈਂ ਅਧੀਆਂ ਛੋਟੀਆਂ ਜਿਹੀ ਐਗਜ਼ਾਮਪਲ ਦੇਣਾ ਤੁਹਾਡੇ ਅੱਜਕੱਲ ਸਾਡੇ ਘਰ ਨਾਰਮਲ ਨਹੀਂ ਆਣੇ ਮੇਰੇ ਘਰ 'ਚ ਤਿੰਨ ਨਿਆਣੇ ਨੇ ਹੂੰ ਦੋ ਮੇਰੇ ਬ੍ਰਦਰ ਦੇ ਬੱਚੇ ਨੇ ਉਹ ਨਾਰਮਲ ਬਿਲਕੁਲ ਹੀ ਬਿਹੇਵ ਕਰਦੇ ਅੱਜ ਉਹਨਾਂ ਨੂੰ ਵੀ ਕਈ ਵਾਰੀ ਕਹਿੰਨੇ ਆ ਕਿ ਇਹ ਕੋਈ ਆਇਆ ਨੂੰ ਜਾ ਕਰੋ ਨਹੀਂ ਕਰਦੇ ਤੇ ਸੁਣੋ ਮੇਰਾ ਬੱਚਾ ਨਹੀਂ ਕਰਦਾ ਅਸੀਂ ਕਹਿੰਨੇ ਦੀ ਹੈ ਸਮਝਦਾ ਹੀ ਨਹੀਂ ਹੈ ਸੋ ਹੋਰ ਵੀ ਐਗਜ਼ੈਂਪਲਸ ਨਾਰਮਲ ਬੱਚੇ ਵੀ ਅੱਜਕੱਲ ਕਾਰਾਏ ਬੱਚਿਆਂ ਦੇ ਨਾਲ ਨਹੀਂ ਮਰਜ਼ ਹੁੰਦੇ ਉਹ ਆਪਣਾ ਫੋਨ ਲੈ ਕੇ ਬੈਠ ਰਹੇ ਨੇ ਜੀ ਬਟ ਅਸੀਂ ਕਹਿੰਦੇ ਆ ਨਹੀਂ ਯਾਰ ਇਹ ਬੱਚਾ ਨਾ ਚਲੋ ਕੋਈ ਨਹੀਂ ਕਰ ਲੇਗਾ ਅਸੀਂ ਉਹਨੂੰ ਨਾ ਉਸ ਅਲੱਗ ਨਜ਼ਰ ਨਾਲ ਦੇਖਣ ਲੱਪੈ ਜੀ ਮੈਂ ਆਲਵੇਸ ਕਹਿੰਨਾ ਮੇਰੇ ਬੱਚਿਆਂ ਨੂੰ ਨਾ ਦਇਆ ਨਹੀਂ ਚਾਹੀਦੀ ਜੀ ਦਇਆ ਨਹੀਂ ਚਾਹੀਦੀ ਸਿੰਪਥੀ ਨਹੀਂ ਚਾਹੀਦੀ ਰਿਸਪੈਕਟ ਮੰਗਦੇ ਆ ਬਸ ਯੈਸ ਉਹ ਅੰਡਰਸਟੈਂਡਿੰਗ ਮੰਗ ਰਹੇ ਨੇ ਦਇਆ ਨਹੀਂ ਦੇਸ਼ਾ ਤੁਸੀਂ ਉਹਨਾਂ ਨੂੰ ਦਇਆ ਨਾ ਦਿਓ ਉਨਾਂ ਨੂੰ ਰਸਤਾ ਦਿਖਾਓ ਜੀ ਸੋ ਰਸਤਾ ਦਿਖਾਣ ਲਈ ਸਾਨੂੰ ਐਫਰਟ ਕਰਨੇ ਪੈਣੇ ਆ ਪਹਿਲਾਂ ਸਾਨੂੰ ਅੰਡਰਸਟੈਂਡ ਕਰਨਾ ਪੈਣਾ ਉਹ ਬੱਚਾ ਆਪਣੀ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਸਾਨੂੰ ਸਮਝ ਨਹੀਂ ਆਉਂਦੀ ਹੈ ਤੇ ਅਸੀਂ ਉਹਦਾ ਬਲੇਮ ਸਾਰਾ ਉਸ ਬੱਚੇ ਦੇ ਉੱਤੇ ਹੀ ਪਾ ਦਿੰਦੇ ਆ ਜੀ ਇਹ ਜਿਹੜੀ ਆਪਾਂ ਕਹਿ ਰਹੇ ਕਿ ਜਦੋਂ ਆਪਾਂ ਬੱਚੇ ਨੂੰ ਸ਼ੁਰੂ ਛੀ ਆਪਾਂ ਇੱਕ ਕੰਡੀਸ਼ਨਿੰਗ ਦੇ ਦਿੰਦੇ ਆ ਹਨਾ ਇੱਕ ਪ੍ਰੋਸੈਸ ਦੇ ਵਿੱਚ ਪਾ ਦਿੰਦੇ ਆ ਜਿਹਦੇ ਚ ਆਪਾਂ ਹਰ ਚੀਜ਼ ਧਿਆਨ ਰੱਖ ਰਹੇ ਆ ਕਿ ਉਹ ਬੱਚਾ ਜੋ ਜੋ ਉਹਨੂੰ ਸਮਝਾਣਾ ਵੈ ਉਹ ਸਮਝਾਉਂਦੇ ਰਹੀਏ ਤਾਂ ਕਿ ਉਹ ਉਦਾਂ ਹੀ ਇੱਕ ਨਾਰਮਲ ਵੇ ਆਫ ਲਾਈਫ ਜਿਹਨੂੰ ਆਪਾਂ ਕਹਿੰਦੇ ਆ ਉਹ ਆਪਣੇ ਆਪ ਹੀ ਨਾਰਮਲ ਵੇ ਆਫ ਲਾਈਫ ਚ ਟਲ ਜਾਏਗਾ ਜਿਹੜੇ ਕੁਝ ਆਪਣੇ ਜਿਹੜੇ ਕੁਝ ਬੇਸਿਕਸ ਹੁੰਦੇ ਨੇ ਕਿ ਐਦਾਂ ਕਰਨਾ ਹੈ ਐਦਾਂ ਨਹੀਂ ਕਰਨਾ ਦੇਖੋ ਦੋ ਚੀਜ਼ਾਂ ਇਫੈਕਟ ਹੋ ਰਹੀਆਂ ਮੇਜਰਲੀ ਕਮਿਊਨੀਕੇਸ਼ਨ ਔਰ ਬਿਹੇਵੀਅਰ ਜਦੋਂ ਇਹਨਾਂ ਦੋਨਾਂ ਤੇ ਕੰਮ ਹੋ ਗਿਆ ਨਾ ਤੇ ਮੇਰਾ ਬੱਚਾ ਆਟੋਮੈਟਿਕਲੀ ਸਾਰੀਆਂ ਚੀਜ਼ਾਂ ਚ ਨਾਰਮਲ ਆਣਾ ਸ਼ੁਰੂ ਹੋ ਜਾਏਗਾ ਜੀ ਉਹਦਾ ਕਮਿਊਨੀਕੇਸ਼ਨ ਕਰਨ ਦੇ ਸਕਿੱਲ ਇੰਪਰੂਵ ਹੋ ਜਨ ਉਹਨੂੰ ਪਤਾ ਲੱਗੇ ਕਿ ਮੈਂ ਹੈਲੋ ਬਾਏ ਇਹ ਵੋ ਮੈਂ ਐਨੀ ਕਹਿੰਦਾ ਇਹਦੇ ਵਿੱਚ ਕੀ ਹੁੰਦਾ ਹੈ ਬੱਚੇ ਦੀ ਸਿਵਿਅਰਿਟੀ ਔਰ ਲੈਵਲ ਤੇ ਬਹੁਤ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ ਪਰ ਹਾਂ ਉਹਨੂੰ ਆਪਣੀ ਲਿਮਿਟਸ ਜਦੋਂ ਸਮਝ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਬੱਚਾ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਮਤਲਬ ਕਵਰਪ ਕਰ ਜਾਂਦਾ ਮੇਰੇ ਨਾਲ ਪਿਛਲੇ 10 ਦਿਨ ਪਹਿਲਾਂ ਮੇਰੀ ਟੀਮ ਨੂੰ ਵੀ ਪਤਾ ਹੈ ਮੈਨੂੰ ਸਪੇਨ ਤੋਂ ਇੱਕ ਕਾਲ ਆਇਆ ਉਹ ਇੱਕ ਡਾਕਟਰ ਹੈ ਉੱਥੇ ਉਹ ਖੁਦ ਇੱਕ ਆਟਿਸਟਿਕ ਬੱਚਾ ਹੈ 30 ইয়ার 올ਡ ਹੈ। ਉਹਨੇ ਮੇਰੇ ਨਾਲ ਗੱਲ ਕੀਤੀ ਅਪਰੋਚ ਕੀਤੀ ਉਹ ਅੱਜ ਉਹਨੇ পিএইচডি ਕਰ ਲਈ ਹੈ ਡਾਕਟਰ ਬਣ ਗਿਆ ਹੈ। ਉਹ ਆਰਟਿਜ਼ਮ ਤੇ ਲੋਕਾਂ ਨੂੰ ਅਵੇਅਰਡ ਕਰ ਰਿਹਾ ਹੈ। ਸੋ ਉਹਨੇ ਮੈਨੂੰ ਕੰਟੈਕਟ ਕੀਤਾ ਕੰਟੈਕਟ ਕਰਕੇ ਉਹ ਕਹਿ ਰਿਹਾ ਕਿ ਮੈਂ ਕੁਝ ਡਿਸਕਸ਼ਨ ਕਰਨਾ ਚਾਹੁੰਦਾ। ਅਸੀਂ ਉਹਦੇ ਨਾਲ ਵੀਡੀਓ ਕਾਲ ਤੇ ਗੱਲ ਕੀਤੀ। ਉਹ ਵੀਡੀਓ ਕਾਲ ਸਟਾਰਟ ਕਰਨ ਤੋਂ ਪਹਿਲਾਂ ਹੀ ਉਹਨੇ ਮੈਨੂੰ ਕਿਹਾ ਕਿ ਮੇਰੇ ਕੁਝ ਆਪਣੇ ਪਰਸਨਲ ਇਸ਼ੂ ਨੇ ਮੈਂ ਕਿ ਆਈ ਟੋਟਲੀ ਅੰਡਰਸਟੈਂਡ ਉਹਨੇ ਮੈਨੂੰ ਕਿਹਾ ਕਿ ਮੈਂ ਆਇਜ਼ ਨੂੰ ਬਾਰ-ਬਾਰ ਬਲਿੰਕ ਕਰਦਾ। ਜੀ ਮੈਂ ਤੁਹਾਡੇ ਨਾਲ ਆਈ ਕੰਟੈਕਟ ਕਰਕੇ ਗੱਲ ਨਹੀਂ ਕਰ ਪਾਵਾਂਗਾ ਮੈਂ ਥੋੜਾ ਜਿਹਾ ਹਿਲਦਾ ਜ਼ਿਆਦਾ ਰ੍ਹਾਂਗਾ ਸੋ ਇਹ ਮੇਰੇ ਬਿਹੇਵੀਅਰ ਬਣ ਚੁੱਕੇ ਨੇ ਬਟ ਉਹਦੇ ਕਮਿਊਨੀਕੇਸ਼ਨ ਸਕਿਲਸ ਮੱਚ 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 ਬੈਟਰ ਹੋ ਚੁੱਕੇ ਨੇ ਜੀ ਆਜੋ ਸਾਰੀ ਗੱਲ ਨੂੰ ਸਮਝ ਪਾ ਰਿਹਾ ਬਟ ਉਹ ਥੋੜਾ ਹੋਲੀ ਸਮਝਦਾ ਔਰ ਤੁਹਾਨੂੰ ਵੀ ਥੋੜੀ ਧੀਰੇ ਧੀਰੇ ਸਮਝਾ ਪੰਦਾ ਜੀ ਸੋ ਮੇਰਾ ਬੱਚਾ ਗਲਤ ਕਿੱਦਾਂ ਹੋ ਗਿਆ ਉਹ ਉਹੀ ਹੈ ਕਿ ਜਿਨ੍ਹਾਂ ਨੂੰ ਨੋਲੇਜ ਨਹੀਂ ਹੈ ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਹੈ ਉਹਦੀ ਵਜ੍ਹਾ ਨਾਲ ਅਸੀਂ ਬੱਚੇ ਨੂੰ ਕਿਸੇ ਹੋਰ ਹੀ ਪ੍ਰिजन ਨਾਲ ਦੇਖਣ ਲੱਪਨੇ ਆ ਹੁੰਦਾ ਕੀ ਹੈ ਬੱਚਾ ਜ਼ਿੱਦ ਕਰ ਰਿਹਾ ਅਸੀਂ ਕਹਿੰਨੇ ਯਾਰ ਇਹਨੇ ਸਾਨੂੰ ਗੱਲ ਨਹੀਂ ਕਰਨ ਦੇਣੀ ਪੇਰੈਂਟਸ ਉਹਨੂੰ ਫੋਨ ਫੜਾ ਦਿੰਦਾ ਔਰ ਉਹਨੂੰ ਬਿਠਾ ਦਿੰਦਾ ਹੈ ਘੰਟੇ-ਘੰਟੇ ਪੇਰੈਂਟਸ ਆਪਣਾ ਕੰਮ ਕਰਦਾ ਰਹਿੰਦਾ ਉਹ ਫੋਨ ਤੇ ਲੱਗਾ ਰਹਿੰਦਾ ਹੈ ਪਹਿਲਾਂ ਹੀ ਉਹ ਸੋਸ਼ੀਅਲੀ ਡੈਫਿਸਿਟ ਹੈ ਉਹ ਇਸ ਦੁਨੀਆ ਚੋਂ ਕੱਟ ਕੇ ਉਸ ਦੁਨੀਆ ਚ ਚਲਾ ਗਿਆ ਤੇ ਉਹ ਧੀਰੇ-ਧੀਰੇ ਉਹਦੇ ਬਿਹਿਵਿਅਰਸ ਬੰਨੇ ਹੀ ਨੇ ਨਾ ਅਜ ਉਹਨੂੰ ਇੱਕ ਕੰਫਰਟ ਮਿਲ ਗਿਆ ਉਹਨੂੰ ਇੱਕ ਚੀਜ਼ ਮਿਲ ਗਈ ਜਿਹਦੇ ਨਾਲ ਉਹ ਕਨੈਕਟ ਹੋ ਰਿਹਾ ਜਿਹਦੇ ਵਿੱਚ ਉਹ ਰੁੱਝ ਰਿਹਾ ਜੀ ਉਹ ਅਗਲੀ ਵਾਰੀ ਵੀ ਉਹੀ ਲੱਗੇਗਾ ਤੁਸੀਂ ਅੱਜ ਮੈਂ ਤੁਹਾਨੂੰ ਇੱਕ ਸਟੂਲ ਦੇਦਾ ਬੈਠਣ ਲਈ ਔਰ ਇੱਕ ਸੋਫਾ ਦੇਦਾ ਤੁਸੀਂ ਜਿਹਦੇ ਤੇ ਕੰਫਰਟੇਬਲ ਹੋ ਤੁਸੀਂ ਅਗਲੀ ਵਾਰੀ ਉਹੀ ਚੀਜ਼ ਲਵੋਗੇ ਜੀ ਅੱਜ ਮੇਰਾ ਬੱਚਾ ਉਹਨੂੰ ਤੁਸੀਂ ਜੋ ਗੈਜਟ ਦੇ ਦਿੱਤਾ ਉਹਦੇ ਚ ਕੰਫਰਟੇਬਲ ਹੋ ਅਗਲੀ ਵਾਰੀ ਵੀ ਉਹੀ ਲੱਭੇਗਾ ਹੂੰ ਔਰ ਜਦੋਂ ਨਹੀਂ ਮਿਲੇਗਾ ਤੇ ਉਹ ਥੋੜਾ ਜਿਹਾ ਆਪਣਾ ਬਿਹੇਵੀਅਰ ਸ਼ੋਅ ਕਰੇਗਾ ਸੋ ਜਦੋਂ ਉਹ ਬਿਹੇਵੀਅਰ ਸ਼ੋਅ ਕਰਦਾ ਹੈ ਪੇਰੈਂਟਸ ਹੁੰਦੀ ਹੈ ਡਿਮਾਂਡ ਪੂਰੀ ਕਰਨੀ ਸ਼ੁਰੂ ਕਰ ਦਿੰਦਾ ਹੈ ਔਰ ਜਦੋਂ ਡਿਮਾਂਡ ਪੂਰੀ ਕਰਦਾ ਹੈ ਤੇ ਫਿਰ ਉਹ تیرੇ 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 ਕਰਕੇ ਉਹਦਾ ਬਿਹੇਵੀਅਰ ਬਣ ਜਾਂਦਾ ਜੀ ਸੋ ਇਹ ਛੋਟੀਆਂ ਛੋਟੀਆਂ ਚੀਜ਼ ਅਪਾ ਗੱਲ ਕਰਦੇ ਆ ਤੁਹਾਡੇ ਕੇਸ ਦੀ ਹਣਾ ਜੀ ਕਿ ਤੁਹਾਨੂੰ ਕਦੋਂ ਪਤਾ ਚੱਲਿਆ ਸੀਗਾ ਤੁਹਾਡੇ ਬੇਟੇ ਦੇ ਨਾਮ ਸਯਮ ਹੈ ਨਹੀਂ ਜੀ ਜੀ ਤੁਹਾਨੂੰ ਕਦੋਂ ਪਤਾ ਚੱਲਿਆ ਕਿ ਸਯਮ ਵੀ ਆਟਿਸਟਿਕ ਹੈ ਸਰ ਮੇਰੇ ਬੱਚੇ ਦਾ ਡਾਇਗਨੋਸ ਬਿਲਕੁਲ ਟਾਈਮ ਤੇ ਹੋ ਗਿਆ ਸੀ ਬਹੁਤ ਜਲਦੀ ਹੋ ਗਿਆ ਸੀ ਜਿਹਨੂੰ ਅਸੀਂ अर्ਲੀ ਇੰਟਰਵੈਂਸ਼ਨ अर्ਲੀ ਇੰਟਰਵੈਂਸ਼ਨ ਦਾ ਰੋਲਾ ਪਾਨੇ ਆ ਨਾ ਮੇਰੇ ਬੱਚੇ ਦਾ ਡਾਇਗਨੋਸ ਸਵਾ 2 ਸਾਲ ਤੇ ਹੋ ਗਿਆ ਸੀ ਠੀਕ ਹੈ ਜੀ ਸਵਾ 2 ਸਾਲ ਦੇ ਹੋਣ ਦੇ ਬਾਵਜੂਦ ਵੀ ਅੱਜ ਮੇਰਾ ਬੱਚਾ ਉਸ ਲੈਵਲ ਤੱਕ ਇੰਪਰੂਵ ਨਹੀਂ ਕਰ ਪਾਇਆ ਜਿੰਨਾ ਹੋ ਸਕਦਾ ਸੀ ਜਿੰਨਾ ਹੋ ਸਕਦਾ ਸੀ ਜਿੰਨੇ ਅੱਜ ਇਸ ਬੱਚੇ ਅਗਰ ਸਵਾ ਦੋ ਸਾਲ ਦਾ ਡਾਇਗਨੋਸ ਹੋ ਕੇ ਮੇਰੇ ਕੋਲ ਆ ਜਾਂਦਾ ਹੈ ਜਾਂ ਸਾਡੇ ਸੈਂਟਰ ਆ ਜਾਂਦਾ ਹੈ ਤੇ ਉਹਦੇ ਚ ਕੀ ਚੇਂਜ ਆਂਦੇ ਨੇ ਅਸੀਂ ਬਹੁਤ ਜ਼ਬਰਦਸਤ ਚੇਂਜ ਆਂਦੇ ਨੇ ਜੀ ਪਰ ਉਹ ਕਿਉਂ ਨਹੀਂ ਹੋ ਪਾਇਆ ਉਹਦੀਆਂ ਗਲਤੀਆਂ ਸਾਡੀਆਂ ਆਪਣੀਆਂ ਨੇ ਜੀ ਕਿਉਂਕਿ ਅਸੀਂ ਉਹਦੋਂ ਅਵੇਅਰਡ ਹੀ ਨਹੀਂ ਸੀਗੇ ਸਾਨੂੰ ਪਤਾ ਹੀ ਨਹੀਂ ਸੀ ਅੱਪਾ ਗੱਲ ਕਰੀਏ ਗਲਤੀਆਂ ਦੀ ਹਨਾ ਮੈਂ ਤੁਹਾਨੂੰ ਉਹ ਹੀ ਕਸਨ ਜਾ ਮੈਂ ਗਲਤੀਆਂ ਤੇ ਜ਼ਿਆਦਾ ਫੋਕਸ ਕਰੂੰਗਾ ਕਿ ਉਹ ਸਭ ਤੋਂ ਇੰਪੋਰਟੈਂਟ ਹੈ ਪੇਰੈਂਟਸ ਨੂੰ ਸਮਝਣੀ ਬਹੁਤ ਜ਼ਰੂਰੀ ਨੇ ਜੀ ਮੈਂ ਉਹੀ ਤੁਹਾਨੂੰ ਦੱਸਾਂ ਕਿ ਉਹ ਉਹ ਸਮਾਂ ਅਸੀਂ ਬਹੁਤ ਖੁੰਝਿਆ ਉਹਦੀ ਸਭ ਤੋਂ ਵੱਡੀ ਗਲਤੀ ਸਾਡੀ ਲੈਕ ਆਫ ਅਵੇਰਨੈਸ ਸਾਨੂੰ ਪਤਾ ਹੀ ਨਹੀਂ ਸੀ ਕਿ ਬੱਚੇ ਨਾਲ ਕਰਨਾ ਕੀ ਹੈ ਜੀ ਔਰ ਜਿੰਨਾ ਪ੍ਰੋਫੈਸ਼ਨਲ ਨਾਲ ਅਸੀਂ ਐਸੋਸੀਏਟ ਹੋਏ ਉਹਨਾਂ ਨੇ ਸਾਨੂੰ ਉਸ ਤਰੀਕੇ ਨਾਲ ਸਮਝਾਇਆ ਹੀ ਨਹੀਂ ਹੂੰ ਉਹ ਉਹਨਾਂ ਨੂੰ ਇੰਜ ਲੱਗਦਾ ਸੀਗਾ ਕਿ ਉਹਨਾਂ ਨੇ ਖੁਦ ਕੰਮ ਕਰਨਾ ਹੈ ਅਸੀਂ ਉਹਨਾਂ ਨੇ ਸਾਨੂੰ ਦੱਸ ਦਿੱਤਾ ਜੀ ਇਹ ਸੈਂਟਰ ਹੈ ਫੀਸ ਹੈ ਜੁਆਇਨ ਕਰ ਲੋ ਉਹ ਜੇ ਅਸੀਂ ਸਭ ਕੁਝ ਕਰ ਲਿਆ ਹਮਮ ਔਰ ਮੈਂ ਸਵਾ ਲੱਖ ਰੁਪਏ ਮਹੀਨੇ ਦੀ ਫੀਸ ਵੀ ਪੂਰੇ ਡੇ ਦਾ ਸਕੈਡਿਊਲ ਫੋਲੋ ਕਰਨ ਲਈ ਮੈਂ ਪਰਦਾ ਰਿਆ ਉਹਦਾ ਹੋਲ ਡੇ ਉਹਦੇ ਵਿੱਚ ਸਾਰੇ ਦਿਨ ਦੀ ਥੈਰੇਪੀਜ਼ ਲੈਣ ਨੂੰ ਸਾਰੇ ਦਿਨ ਦੇ ਸਟਰਕਚਰ ਨੂੰ ਫੋਲੋ ਕਰਨ ਨੂੰ ਬਹੁਤ ਪੈਸੇ ਲੱਗਦੇ ਸੀ ਉਹ ਖਰਚਣ ਦੇ ਬਾਵਜੂਦ ਵੀ ਸਾਨੂੰ ਨਹੀਂ ਪਤਾ ਸੀ ਕਿਉਂ ਕਿਉਂਕਿ ਇਹ ਉਹ ਬੱਚੇ ਨੇ ਮੈਂ ਹਮੇਸ਼ਾ ਗੱਲਣਾ ਪੇਰੈਂਟਸ ਨੂੰ ਕਿ ਇਹ ਉਹ ਬੱਚੇ ਹੈ ਜਿਨ੍ਹਾਂ ਨੂੰ ਜਮਨ ਵੱਲੇ ਵੀ ਇਹਨਾਂ ਨਾਲ ਕੰਮ ਕਰਨ ਦੇ ਕਰਦੇ ਥੱਕ ਜਾਂਦੇ ਨੇ ਹਮਮ ਤੁਸੀਂ ਇੱਕ ਚੀਜ਼ ਸਮਝਣਾ ਤੁਸੀਂ ਵੀ ਪੇਰੈਂਟ ਹੋਗੇ ਜਾਂ ਮੈਂ ਵੀ ਪੇਰੈਂਟ ਆ ਮੈਂ ਇਹ 100% ਕਹਿ ਸਕਦਾ ਕਿ ਅੱਜ ਪੂਰੀ ਦੁਨੀਆ 'ਚ ਸੈਮਲੀ ਮੇਰੇ ਤੋਂ ਬਿਹਤਰ ਕੋਈ ਨਹੀਂ ਸੋਚ ਸਕਦਾ ਜੀ ਇਹ ਸੱਚ ਹੈ ਜੀ ਅਸੀਂ ਮੰਨੀਏ ਨਾ ਮੰਨੀਏ ਬਟ ਇਹ ਸੱਚ ਹੈ ਜੀ ਇੱਥੇ ਸਾਹਮਣੇ ਖੜਾ ਹੋ ਕੇ ਰੱਬ ਵੀ ਕਹਿ ਰਿਹਾ ਨਾ ਕਿ ਮੈਂ ਸੈਮਲੀ ਮੇਰੇ ਤੋਂ ਬਿਹਤਰ ਸੋਚ ਰਿਹਾ ਤੇ ਉਹ ਵੀ ਕਿਤੇ ਨਾ ਕਿਤੇ ਝੂਠ ਹੈ ਜੀ ਕਿਉਂਕਿ ਇੱਕ ਮਾਪਾਪ ਤੋਂ ਉੱਤੇ ਉਹਦੇ ਲਈ ਕੋਈ ਨਹੀਂ ਸੋਚ ਸਕਦਾ ਜੀ ਤੂੰ ਜੇ ਮਾਪਾਪ ਤੋਂ ਉੱਤੇ ਕੋਈ ਸੋਚ ਹੀ ਨਹੀਂ ਸਕਦਾ ਤੇ ਫਿਰ ਕੋਈ ਮਾਪਾਪ ਨਾਲੋਂ ਵੱਧ ਕੰਮ ਕਿਦਾਂ ਕਰ ਲੇਗਾ ਸਹੀ ਗੱਲ ਹੈ ਕਿਉਂਕਿ ਬਹੁਤ ਪੇਸ਼ੈਂਸ ਵਾਲਾ ਕੰਮ ਹੈ ਹਰ ਬੰਦਾ ਕਰ ਨਹੀਂ ਸਕਦਾ ਹਰ ਬੰਦਾ ਕਰੇਗਾ ਤੇ ਇਹਨੂੰ ਡਿਊਟੀ ਸਮਝ ਕੇ ਕਰੇਗਾ ਇਹਨੂੰ ਦਿਮਾਗ ਤੋਂ ਕਰੇਗਾ ਤੇ ਜੇ ਉਹੀ ਕੰਮ ਪੇਰੈਂਟ ਕਰੇਗਾ ਉਹ ਦਿਲੋਂ ਕਰੇਗਾ ਉਹ ਦਿਲ ਤੋਂ ਕਰੇਗਾ ਫਿਰ ਜਿਹੜੇ ਕੰਮ ਨੂੰ ਦਿਲ ਤੋਂ ਕੀਤਾ ਜਾਂਦਾ ਹੈ ਉਹਦੇ ਰਿਜ਼ਲਟ ਬਹੁਤ ਬਿਹਤਰ ਹੁੰਦੇ ਨੇ ਬਹੁਤ ਅੱਛੇ ਹੁੰਦੇ ਨੇ ਉਸ ਵੇਲੇ ਸਾਨੂੰ ਕਿਸੇ ਨੇ ਪੇਰੈਂਟਸ ਨੂੰ ਟ੍ਰੇਨਡ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਠੀਕ ਹੈ ਕਿਉਂਕਿ ਅਗਰ ਪੇਰੈਂਟ ਟ੍ਰੇਨਡ ਹੋ ਜਾਏਗਾ ਤਾਂ ਬੱਚਾ ਸੈਂਟਰ ਕਿਉਂ ਜਾਏਗਾ ਸੋ ਪਰ ਇਸ ਬੱਚੇ ਨਾਲ ਕੰਮ ਸਭ ਤੋਂ ਜ਼ਿਆਦਾ ਕਰ ਸਕਦਾ ਹੈ ਤੇ ਉਹ ਉਹਦਾ ਪੇਰੈਂਟ ਕਰ ਸਕਦਾ ਹੈ ਜਿਹੜਾ ਕੰਮ ਕਰ ਸਕਦਾ ਹੈ ਉਹ ਟ੍ਰੇਨਡ ਨਹੀਂ ਹੈ ਜੀ ਜਿਹੜਾ ਨਹੀਂ ਕਰ ਸਕਦਾ ਉਹ ਕੰਮ ਕਰ ਰਿਹਾ ਸੋ ਰਿਜ਼ਲਟ ਕਿਵੇਂ ਆ ਜਾਏਗਾ ਸੋ ਮੈਂ ਅੱਜ ਰਿਜ਼ਲਟ ਕਿਉਂ ਆ ਪਾ ਰਹੇ ਨੇ ਕਿਉਂਕਿ ਅਸੀਂ ਪਹਿਲੇ ਦਿਨ ਹੀ ਪੇਰੈਂਟ ਨੂੰ ਟ੍ਰੇਨਡ ਕਰਨਾ ਸ਼ੁਰੂ ਕਰ ਦਿੰਦੇ ਆ ਜੀ ਅਸੀਂ ਪੇਰੈਂਟਸ ਨੂੰ ਇਹ ਸਮਝਾਉਂਦੇ ਆ ਕਿ ਇਹ ਤੇਰੇ ਬਿਨਾ ਪੋਸੀਬਲ ਨਹੀਂ ਹੈ ਤੂੰ ਪ੍ਰੋਫੈਸ਼ਨਲ ਚਾਹੇ 50 ਲੱਖ ਰੁਪਏ ਮਹੀਨੇ ਦੇ ਹਾਇਰ ਕਰ ਲੈ ਪ੍ਰੋਫੈਸ਼ਨਲ ਨੇ ਉਹਨੂੰ ਇੱਕ ਜੌਬ ਸਮਝ ਕੇ ਕਰਨਾ ਹੈ ਜੀ ਤੁਸੀਂ ਉਹਨੂੰ ਜੌਬ ਸਮਝ ਕੇ ਨਹੀਂ ਕਰਨਾ ਜੀ ਇਹ ਪ੍ਰੋਫੈਸ਼ਨਲ ਔਰ ਪਰਸਨਲ ਦਾ ਕੰਬਾਈਨਡ ਐਫਰਟ ਹੈ ਜੀ ਪ੍ਰੋਫੈਸ਼ਨਲ ਤੁਹਾਨੂੰ ਗਾਈਡ ਕਰ ਸਕਦਾ ਹੈ ਜੀ ਉਹ ਤੁਹਾਨੂੰ ਸਮਝਾਏਗਾ ਕੰਮ ਤੁਹਾਨੂੰ ਕਰਨਾ ਪੈਣਾ ਹੈ ਪ੍ਰੋਫੈਸ਼ਨਲ ਕਰੇਗਾ ਦਿਨ ਦੇ ਵਿੱਚ 1 ਘੰਟਾ ਕਰ ਲੇਗਾ 1.5 ਘੰਟਾ ਕਰ ਲੇਗਾ ਬਾਕੀ ਦਿਨ ਬੱਚਾ ਅੱਛਾ ਸਰ ਅਪਾ ਇੱਥੇ ਹੀ ਗੱਲ ਕਰਦੇ ਆ ਜੀ ਕਿ ਜਿਹਦਾ ਤੁਸੀਂ ਗੱਲ ਕੀਤੀ ਆ ਜਿਹੜੇ ਆਲਰੇਡੀ ਐਗਜ਼ਿਸਟਿੰਗ ਸੈਂਟਰਸ ਵਗੈਰਾ ਹੈਗੇ ਨੇ ਜੀ ਜਿਹੜੇ ਪ੍ਰੋਪਰ ਤਰੀਕੇ ਨਾਲ ਚੱਲਦੇ ਨੇ ਕਲੀਨਿਕਸ ਕਹਿੰਦੇ ਜਿੰਨੂ ਜਾਂ ਕੁਝ ਵੀ ਵਰਡਸ ਬੋਲਦਾ ਹੂੰ ਕਿਉਂਕਿ ਇੱਕ ਐਹੋਜੀ ਕੰਡੀਸ਼ਨ ਹੈ ਕਿ ਜਦੋਂ ਪੇਰੈਂਟਸ ਨੂੰ ਪਤਾ ਚੱਲਦਾ ਇੱਕ ਵਾਰ ਤਾਂ ਉਹ ਬਹੁਤ ਜ਼ਿਆਦਾ ਘਬਰਾ ਜਾਂਦੇ ਮਤਲਬ ਬੱਚੇ ਨੂੰ ਬੁਖਾਰ ਹੁੰਦਾ ਤਾਂ ਤਾਂ ਸਾਕ ਸੁੱਕ ਜਾਂਦੇ ਹੈ ਤੇ ਇਹ ਤਾਂ ਤੁਸੀਂ ਸਮਝੋ ਨਾ ਕਿ ਜਿੱਦਾਂ ਪਤਾ ਚੱਲਿਆ ਹੋਰ ਐਦੇ ਨਾਲ ਜਿਹੜੇ ਸੋਸ਼ਲ ਸਟਿਗਮਾ ਅਟੈਚਡ ਹੈ ਤੇ ਇੱਕ ਵਾਰ ਤਾਂ ਪੇਰੈਂਟ ਨੂੰ ਇਦਾਂ ਲੱਗਦਾ ਕਿ ਇਹ ਤਾਂ ਕੀ ਹੋ ਗਿਆ ਸਭ ਖਤਮ ਹੈ ਨਾ ਸਭ ਖਤਮ ਹੋ ਗਿਆ ਇੱਕ ਵਾਰ ਤਾਂ ਪੂਰਾ ਖਤਮ ਹੋ ਜਾਂਦਾ ਹੈ ਕੀ ਟੋਨੈਲੋ ਦੇ ਅਕੀਏ ਐਨੀ ਵਲਨਰੇਬਲ ਸਿਚੁਏਸ਼ਨ ਬਣ ਜਾਂਦੀ ਹੈ ਪੇਰੈਂਟਸ ਲਈ ਕਿ ਇੱਥੇ ਜਿਹੜੇ ਮੈਡੀਕਲ ਦੇ ਲੋਕ ਨੇ ਆਲਰੇਡੀ ਅਨੇ ਕੱਟਨੇ ਆ ਉਹ ਇਸ ਚੀਜ਼ ਦਾ ਉਹ ਫਾਇਦਾ ਚੱਕਦੇ ਨੇ ਸਰ ਮੈਂ ਤੁਹਾਡੀ ਗੱਲ ਬਿਲਕੁਲ ਗਲ ਸਹੀ ਹੈ ਅਤੇ ਇੱਕ ਬਹੁਤ ਵੱਡੀ ਚੀਜ਼ ਜਦੋਂ ਡਾਇਗਨੋਸ ਹੋ ਜਾਂਦੀ ਹੈ ਜਦੋਂ ਪੇਰੈਂਟਸ ਘਬਰਾ ਜਾਂਦਾ ਹੈ ਅਜ ਨਿੱਕੇ ਜਿਹੇ ਨਿਆਣੇ ਨੂੰ ਛੋਟਾ ਜਿਹਾ ਬੁਖਾਰ ਹੋ ਜਾਂਦਾ ਖਾਂਸੀ ਛੱਕਾਂ ਲੱਗ ਜਾਂਦੀ ਹੈ ਪੇਰੈਂਟਸ ਤੇ ਉਦੋਂ ਵੀ ਘਬਰਾਉਂਦੇ ਕਿਉਂਕਿ ਪੇਰੈਂਟਸ ਬਹੁਤ ਜ਼ਿਆਦਾ ਅਟੈਚਡ ਹੈ ਜੀ ਸੋ ਇਹ ਸਾਰੇ ਪੌਡਕਾਸਟਾਂ ਦਾ ਰੀਜ਼ਨ ਸਿਰਫ ਇਹੀ ਹੈ ਉਸ ਪੇਰੈਂਟਸ ਨੂੰ ਇਹ ਸਮਝਾਣਾ ਕਿ ਐਨਾ ਨਾ ਘਬਰਾਓ ਹਮ ਡਾਇਗਨੋਸ ਹੋ ਰਿਹਾ ਹੈ ਇਹ ਬਹੁਤ ਬੁਰੀ ਗੱਲ ਹੈ ਹੈ ਬਟ ਅਗਰ ਉਹਦੀ अर्ਲੀ ਇੰਟਰਵੈਂਸ਼ਨ ਹੋ ਰਹੀ ਹੈ ਤੇ ਇੱਕ ਚੰਗੀ ਚੀਜ਼ ਵੀ ਹੈ ਕਿ ਬੱਚਾ ਜਲਦੀ ਡਾਇਗਨੋਸ ਹੋ ਗਿਆ ਹਮ ਹਾਂ ਅਸੀਂ ਸਮਝਦੇ ਹਾਂ ਕਿ ਜਿਹੜੇ ਪ੍ਰੋਫੈਸ਼ਨਲਸ ਇੰਨੇ ਜ਼ਿਆਦਾ ਅਵੇਲੇਬਲ ਨਹੀਂ ਹੈ ਜਿੱਦੀ ਵਜ੍ਹਾ ਨਾਲ ਇਹ ਇੱਕ ਜਿਹੜੀ ਫੀਲਡ ਹੈ ਬਹੁਤ ਐਕਸਪੈਂਸਿਵ ਹੈ ਹਮ ਤੇ ਮੈਂ ਇਸੇ ਲਈ ਤੇ ਸੰਗਾਨ ਦੀ ਕੋਸ਼ਿਸ਼ ਕਰ ਰਹਾ ਐ ਐਕਸਪੈਂਸਿਵ ਹੈ ਤੇ ਖੁਦ ਸਿੱਖੋ ਹਾਂ ਤੁਸੀਂ ਕਿੰਨੀ ਦੇਰ ਪ੍ਰੋਫੈਸ਼ਨਲ ਤੇ ਡਿਪੈਂਡ ਹੋਗੇ ਜੀ ਤੁਸੀਂ ਸਮਝਣਾ ਜੀ ਮੈਂ ਇੱਕ ਪੜ੍ਹ ਲਿਖ ਕੇ ਕਰੋ ਨਿਕਲਦਾ ਤੇ ਮੈਂ ਕਿਤੇ ਜੌਬ ਕਰਨ ਜਾਣਾ ਜੀ ਮੈਂ ਜਦੋਂ ਉੱਥੇ ਜੌਬ ਜੁਆਇਨ ਕਰਦਾ ਮੈਨੂੰ ਹੁਣ ਰੋਟੀ ਰੋਜ਼ ਚਾਹੀਦੀ ਹੈ ਮੈਂ ਰੋਟੀ ਰੋਜ਼ ਚਾਹੀਦੀ ਹੈ ਤੇ ਮੈਂ ਰੋਜ਼ ਕਿਆ ਹਟਲ ਤੋਂ ਰੋਟੀ ਖਾਂਦਾ ਰਾਂਗਾ ਮੈਂ 5 ਸਾਲ ਉੱਥੇ ਨੌਕਰੀ ਕਰਾਂਗਾ ਤੇ ਚਾਂਸ ਹੀ ਨਹੀਂ ਹੈ ਕਿਉਂ ਕਿਉਂਕਿ ਉਹਦੇ ਦੋ ਰੀਜ਼ਨ ਨੇ ਮੈਨੂੰ ਇੱਕ ਪਤਾ ਹੈ ਕਿ ਮੈਂ ਰੈਗੂਲਰ ਬਾਹਰ ਖਾਂਦਾ ਰਾਂਗਾ ਤੇ ਮੈਂ ਅਨਹਾਈਜਨ ਵੀ ਖਾ ਸਕਦਾ ਹਾਂ ਇਹ ਨਹੀਂ ਕਿ ਹੋਟਲ ਵਾਲੇ ਅਨ ਹਾਈਜਨ ਬਣਾਉਂਦੇ ਨੇ ਬਟ ਉਹਨਾਂ ਦੇ ਜੋ ਘਰ ਦੀ ਗੱਲ ਹੈ ਉਹਦੇ ਵਰਗੀ ਰੀਸ ਨਹੀਂ ਹੈ ਦੂਸਰਾ ਮੇਰੇ ਹਰ ਵਲੀ ਪੈਸੇ ਐਕਸਪੈਂਸ ਵੱਧ ਲੱਗਦੇ ਰਹਿਣਗੇ ਜੀ ਉੱਥੇ ਅਸੀਂ ਕੀ ਡਿਸੀਜਨ ਲੈਨੇ ਆ ਕਿ ਨਹੀਂ ਯਾਰ ਹੁਣ ਰੋਟੀ ਬਣਾਣੀ ਖੁਦ ਸਿੱਖ ਲਈਏ ਤੇ ਅਸੀਂ ਘਰ ਸਮਾਨ ਲੈਨੇ ਆ ਤੇ ਰੋਟੀ ਬਣਾਣ ਲੱਗ ਪਨੇ ਜੀ ਸੋ ਉਹਦੇ ਦੋ ਬੈਨੀਫਿਟ ਇੱਕ ਮੇਰੇ ਪੈਸੇ ਬਚਨੇ ਸ਼ੁਰੂ ਹੋ ਜਾਂਦੇ ਔਰ ਮੈਂ ਇੱਕ ਪਿਓਰਿਟੀ ਨਾਲ ਹਾਈਜਨ ਖਾ ਰਿਹਾ ਮੈਨੂੰ ਪਤਾ ਮੈਂ ਕੀ ਬਣਾ ਕੇ ਕੀ ਖਾ ਰਿਹਾ ਜੀ ਸੋ ਇਹ ਨਹੀਂ ਪ੍ਰੋਫੈਸ਼ਨਲ ਅਵੇਲੇਬਲ ਇਨੇ ਜ਼ਿਆਦਾ ਜੀ ਨਹੀਂ ਐਨਸੀੈਂਟਰ ਹੈ ਔਰ ਹੋਣਗੇ ਵੀ ਪਰ ਉਹ ਕਿਹਾ ਤੁਹਾਡੇ ਜਿੰਨੀ ਮਿਹਨਤ ਨਾਲ ਆਪਣੇ ਬੱਚੇ ਤੇ ਕੰਮ ਕਰ ਸਕਦੇ ਜੀ ਇਹ ਪੇਰੈਂਟ ਨੂੰ ਸਮਝਣਾ ਪਏਗਾ ਜੀ ਐਜ਼ ਕਿਤੇ ਨਾ ਕਿਤੇ ਇੱਕ ਐ ਵੀ ਆਪਾਂ ਦੇਖਦੇ ਆ ਕਿ ਜੇ ਤਾਂ ਕਿਸੇ ਦੇਖੋ ਇੱਕ ਵੈਲੋ ਫੈਮਿਲੀ ਦੇ ਵਿੱਚ ਹੋਇਆ ਕੇਸ ਹੈ ਨਾ ਤਾਂ ਫਿਰ ਵੀ ਤੁਸੀਂ ਸਮਝ ਰਹੋ ਕਿ ਉਹਨਾਂ ਕੋਲ ਐਨੇ ਸੰਸਾਧਨ ਹੁੰਦੇ ਨੇ ਕਿ ਉਹ ਹੱਥ ਪੈਰ ਮਾਰਦੇ ਹੀ ਮਾਰਦੇ ਨੇ ਜਿੰਨਾ ਕੋਲ ਹੈਗੇ ਪੈਸੇ ਉਹ ਤਾਂ ਪੱਕਾ ਮਾਰਨਗੇ ਮਾਰਨਗੇ ਹੱਥ ਪੈਰ ਉਹ ਨਹੀਂ ਗਿਵ ਅਪ ਕਰਦੇ ਪਰ ਜਦੋਂ ਆਪਾਂ ਗੱਲ ਕਰਦੇ ਆ ਕਿ ਜਿਹੜੇ ਨੀਚਲੇ ਤਬਕੇ ਤੋਂ ਆਉਂਦੇ ਆ ਜਿਹੜੇ ਲੋਅਰ ਇਨਕਮ ਗਰੁੱਪ ਹੈਗੇ ਨੇ ਉਹ ਤਾਂ ਕਿਤੇ ਨਾ ਕਿਤੇ ਹੱਥ ਹੀ ਛੱਡ ਦਿੰਦੇ ਆ ਉਹਨਾਂ ਨੂੰ ਤਾਂ ਇੱਕ ਗੱਲ ਬਣੀ ਹੋਈ ਨਾ ਕਿ ਯਾਰ ਜੇ ਆ ਪ੍ਰੋਬਲਮ ਹੋ ਗਈ ਫਿਰ ਤਾਂ ਆਪਾਂ ਕੀ ਕਰ ਸਕਦੇ ਆ ਹਨਾ ਤੇ ਕੀ ਉਹ ਵੀ ਜੇ ਸਿੱਖ ਲਨ ਤੇ ਉਹਨਾਂ ਲਈ ਵੀ ਕੋਈ ਐਡਿਡ ਖਰਚਾ ਨਹੀਂ ਹੈ ਮਤਲਬ ਉਹਨਾਂ ਹੀ ਹੈ ਮੈਂ ਇਹੀ ਦੱਸਣਾ ਚਾਹੁੰਦਾ ਕੋਈ ਰਾਕਟ ਸਾਇੰਸ ਨਹੀਂ ਹੈ ਇਹ ਕੋਈ ਰਾਕਟ ਸਾਇੰਸ ਨਹੀਂ ਹੈ ਇਹ ਕੋਈ ਬਿਮਾਰੀ ਵੀ ਨਹੀਂ ਹੈ ਕਿ ਇੱਕ ਪ੍ਰੋਫੈਸ਼ਨਲ ਪੜਿਆ ਲਿਖਿਆ ਹੀ ਇਹ ਕੰਮ ਕਰ ਸਕਦਾ ਹੈ ਇਕ ਕੁਛ ਸਮੇਂ ਦੀ ਟ੍ਰੇਨਿੰਗ ਤੋਂ ਬਾਅਦ ਤੁਸੀਂ ਵੀ ਐਨੇ ਟ੍ਰੇਨਡ ਹੋ ਜਾਂਦੇ ਹੋ ਕਿ ਤੁਸੀਂ ਆਪਣੇ ਬੱਚੇ ਦੇ ਨਾਲ ਖੁਦ ਕੰਮ ਕਰ ਸਕਦੇ ਹੋ ਮੈਂ ਸਮਝਦਾ ਕਿਉਂਕਿ ਇਹ ਸਿੰਗਲ ਪ੍ਰੋਫੈਸ਼ਨਲ ਦਾ ਕੰਮ ਨਹੀਂ ਹੁੰਦਾ ਜੀ ਇਹਦੇ ਵਿੱਚ ਅਸੀਂ ਕਹਿੰਦੇ ਆ ਇਹਦੇ ਵਿੱਚ ਟੀਮ ਆਫ ਪ੍ਰੋਫੈਸ਼ਨਲਸ ਬੰਡਲ ਆਫ ਪ੍ਰੋਫੈਸ਼ਨਲਸ ਲੱਗਦੇ ਨੇ ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸੂਗਾ ਕਿਵੇਂ ਬਟ ਜਦੋਂ ਐਨੇ ਸਾਰੇ ਐਕਸਪੈਂਸਿਵ ਇੱਕ ਛੱਤ ਹਟਾਉਂਦੇ ਨੇ ਨਾ ਤਾਂ ਉਹਨੂੰ ਡਾਊਟ ਮਹਿੰਗੀ ਫੀਲਡ ਹੋ ਜਾਂਦੀ ਹੈ ਮੈਂ ਪੇਰੈਂਟਸ ਨੂੰ ਦੱਸਣਾ ਚਾਹਨਾ ਕਿ ਮਹਿੰਗੀ ਹੋ ਜਾਂਦੀ ਹੈ ਬਟ ਕੀ ਅਸੀਂ ਕੁਛ ਮੰਥ ਦੀ ਟ੍ਰੇਨਿੰਗ ਤੋਂ ਬਾਅਦ ਐਨੇ ਖੁਦ ਟ੍ਰੇਨਡ ਹੋ ਜਾਂਨੇ ਆ ਕਿ ਅਸੀਂ ਉਹਨਾਂ ਪ੍ਰੋਫੈਸ਼ਨਲ ਨਾਲੋਂ 1000 ਗੁਣਾ ਬਿਹਤਰ ਕੰਮ ਕਰਦੇ ਹਾਂ ਕਿਉਂਕਿ ਤੁਸੀਂ ਕੰਮ ਇੱਥੋਂ ਨਹੀਂ ਕਰਦੇ ਤੁਸੀਂ ਇੱਥੋਂ ਕਰਨਾ ਹੈ ਕਿਉਂਕਿ ਤੁਸੀਂ ਆਪਣੇ ਬੱਚੇ ਲਈ ਕਰਨਾ ਹੈ ਜੀ ਉਹਨੇ ਸਾਰਾ ਦਿਨ ਕਈ ਬੱਚਿਆਂ ਤੇ ਕੰਮ ਕਰਨਾ ਜੀ ਤੁਸੀਂ ਇੱਕੋ ਹੀ ਬੱਚੇ ਤੇ ਕੰਮ ਕਰਨਾ ਹੈ ਅਸੀਂ ਕਿਉਂ ਨਹੀਂ ਸਿੱਖਦੇ ਆ ਸਿੱਖ ਸਕਦੇ ਆ ਹਰ ਪੇਰੈਂਟ ਸਿੱਖ ਸਕਦਾ ਹੈ ਬਸ ਪੇਸ਼ੈਂਸ ਐਕਚੁਅਲੀ ਸਾਡੇ ਚ ਨਾ ਉਹਨੇ ਪੇਸ਼ੈਂਸ ਨਹੀਂ ਹੁੰਦਾ ਜੀ ਆਪਾਂ ਗੱਲ ਕਰ ਰਹੇ ਸੀ ਕਿ ਕਿਹੜੀ ਕਿਹੜੀ ਮਿਸਟੇਕਸ ਕੀਤੀਆਂ ਹਨਾ ਅ ਸਭ ਤੋਂ ਪਹਿਲੀ ਮਿਸਟੇਕਸ ਕਿ ਸਾਨੂੰ ਨੌਲੇਜ ਨਹੀਂ ਸੀ ਠੀਕ ਦੂਸਰਾ ਅਸੀਂ ਟਾਈਮਲੀ 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 ਸਿਰਫ ਪ੍ਰੋਫੈਸ਼ਨਲ ਤੇ ਡਿਪੈਂਡ ਹੁੰਦੇ ਰਹੇ ਠੀਕ ਹੈ ਤੀਸਰਾ ਮੇਰੇ ਵਾਈਫ ਉਹਨਾਂ ਨੇ ਬਹੁਤ ਡੈਡੀਕੇਟਿਡਲੀ ਮਿਹਨਤ ਕੀਤੀ ਪਰ ਉਹਨਾਂ ਕੋਲ ਪ੍ਰੋਫੈਸ਼ਨਲ ਟ੍ਰੇਨਿੰਗ ਨਹੀਂ ਸੀ ਠੀਕ ਹਰ ਮਾਂ ਆਪਣੇ ਬੱਚੇ ਲਈ ਕਰਨਾ ਚਾਹਦੀ ਹੈ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਕੀ ਕਰਨਾ ਕਿਤਾ ਠੀਕ ਪਤਾ ਇਹਦੇ ਵੀ ਬਹੁਤ ਸਾਰੇ ਸਟੈਪਸ ਹੁੰਦੇ ਨੇ ਸਰ ਜੀ ਜਦੋਂ ਇੱਕ ਬੱਚਾ ਅਸੀਂ ਸਕੂਲ ਪਾਣ ਲੱਗਦੇ ਆ ਨਾ ਅਸੀਂ ਸਕੂਲ ਪਾਣ ਤੋਂ ਪਹਿਲਾਂ ਉਹਨੂੰ ਪਲੇਵੇ ਪਾਣੇ ਆ ਜੀ ਪਲੇਵੇ ਕਿਉਂ ਪਾਣੇ ਆ ਤਾਂ ਕੁਝ ਪਲੇਵੇ ਪਾਣ ਤੋਂ ਪਹਿਲਾਂ ਕਿਉਂਕਿ ਉਹ ਕੁਝ ਬੇਸਿਕ ਜਿਹੜੇ ਮੈਨਰਸ ਨੇ ਉਹਨੂੰ ਆ ਜਾਣ ਹਾਂ ਕਲਾਸ ਦੇ ਵਿੱਚ ਸਿਟਿੰਗ ਆ ਜਾਏ ਬੱਚਿਆਂ ਦੇ ਨਾਲ ਕੁਲਣਾ ਮਿਲਣਾ ਆ ਜਾਏ ਕਮਾਂਡ ਫਾਲੋਇੰਗ ਆ ਜਾਏ ਸਭ ਕੁਝ ਹੈ ਅਸੀਂ ਬੱਚੇ ਨੂੰ ਜਦੋਂ ABC ਸਿਖਾਣੇ ਆ ਕਿ ਪਹਿਲੇ ਦਿਨ ਹੀ ਉਹਨੂੰ ਫੜਾ ਕੇ ਪੈਨਸਲ ABC ਲਿਖਣਾ ਸ਼ੁਰੂ ਕਰ ਦਿੰਨੇ ਨਹੀਂ ਸਭ ਤੋਂ ਪਹਿਲਾਂ ਅਸੀਂ ਉਹਨੂੰ ਪੈਨਸਲ ਹੋਲਡਿੰਗ ਸਿਖਾਣੇ ਆ ਜੀ ਪੈਨਸਲ ਹੋਲਡਿੰਗ ਤੋਂ ਬਾਅਦ ਉਹਨੂੰ ਸਕ੍ਰਿਬਲਿੰਗ ਸਿਖਾਈ ਜਾਂਦੀ ਹੈ ਸਕ੍ਰੀਨਿੰਗ ਤੋਂ ਬਾਅਦ ਉਹਨੂੰ ਜੋਇੰਟਿੰਗ ਸਿਖਾਈ ਜਾਂਦੀ ਹੈ ਜੋਇੰਟਿੰਗ ਤੋਂ ਬਾਅਦ ਉਹਨੂੰ ਅ ਸਲੀਪਿੰਗ ਲਾਈਨ ਸਟੈਂਡਿੰਗ ਲਾਈਨ ਇਸ ਤਰ੍ਹਾਂ ਦੀ ਐਕਟੀਵਿਟੀ ਸਿਖਾਈ ਜਾਂਦੀ ਫਿਰ ਜਾ ਕੇ ਅਸੀਂ ਬੱਚੇ ਨੂੰ ABC ਲਿਖਣਾ ਸਿਖਾਉਂਦੇ ਜਨਰਲੀ ਪੇਰੈਂਟਸ ਹਨਾ ਬਹੁਤ ਕਾਮਨ ਹੈ ਕਿ ਇਹਦੀ ਸਪੀਚ ਨਹੀਂ ਹੈ ਇਹ ਅਸੇ ਉਹਨਾਂ ਨੂੰ ਲੱਗਦਾ ਹੈ ਇਕੱਲੇ ਸਪੀਚ థెరਪੀ ਦੀ ਜ਼ਰੂਰਤ ਹੈ ਜਦ ਕਿ ਸਪੀਚ థెరਪਿਸ ਇਕੱਲੇ ਨਾਲ ਕੰਮ ਨਹੀਂ ਬਣ ਸਕਦਾ ਜੀ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਬਹੁਤ ਸਾਰੇ ਸਟੈਪਸ ਨੇ ਮੇਰਾ ਬੱਚਾ 3 ਸਾਲ ਦਾ ਹੋ ਗਿਆ 3.5 ਸਾਲ ਦਾ ਹੋ ਗਿਆ 4 ਸਾਲ ਦਾ ਹੋ ਗਿਆ ਸਪੀਚ ਪ੍ਰੋਪਰ ਨਹੀਂ ਹੈ ਹੂੰ ਪਰ ਉਹ ਕਹਿੰਦੇ ਜੀ ਇਹਦੇ ਸਪੀਚ ਨਹੀਂ ਹੈ ਬਸ ਇੱਕ ਉਸ ਸਪੀਚ థెరਪਿਸ ਤੋਂ ਕਿੰਨੇ ਮਹੀਨੇ ਹੋ ਗਏ ਜਾ ਰਿਹਾ ਪਰ ਫਰਕ ਨਹੀਂ ਹੈ ਉਹ ਕਿਵੇਂ ਫਰਕ ਆਏਗਾ ਕਿਉਂਕਿ ਉਹ ਕੱਲੇ ਸਪੀਚ థెరਪਿਸ ਦਾ ਕੰਮ ਹੀ ਨਹੀਂ ਹੈ ਜੀ ਬੱਚੇ ਦੀ ਪਹਿਲਾਂ ਹਾਈਪਰ ਐਕਟੀਵਿਟੀ ਹੈ ਉਹਨੂੰ ਹਾਈਪਰ ਐਕਟੀਵਿਟੀ ਨੂੰ ਕੰਟਰੋਲ ਕਰਨ ਲਈ ਸਭ ਤੋਂ ਪਹਿਲਾਂ ਓਕਿਊਪੇਸ਼ਨਲ ਥੈਰੇਪਿਸਟ ਦੀ ਜ਼ਰੂਰਤ ਹੁੰਦੀ ਹੈ ਜੀ ਉਹ ਓਕਿਊਪੇਸ਼ਨਲ ਥੈਰੇਪਿਸਟ ਉਹਦੀ ਸੈਂਸਰੀ ਨੀਡਸ ਦੇ ਉੱਤੇ ਉਹਦੇ ਫਾਈਨ ਮੋਟਰਸ ਦੇ ਉੱਤੇ ਉਹਦੇ ਬਿਹੇਵੀਅਰਸ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਤੇ ਕੰਮ ਕਰਕੇ ਉਹਦੀ ਹਾਈਪਰ ਐਕਟੀਵਿਟੀ ਨੂੰ ਕੰਟਰੋਲ ਕਰਦਾ ਹੈ ਜੀ ਜਦੋਂ ਕਿ ਬੱਚਾ ਥੋੜਾ ਕਾਮ ਹੁੰਦਾ ਫਿਰ ਕਾਮ ਆਂਦਾ ਹੈ ਸਪੈਸ਼ਲ ਐਜੂਕੇਟਰ ਦਾ ਜਿਹੜਾ ਉਹਦੀ ਸਿਟਿੰਗ ਟੋਲਰੈਂਸ ਨੂੰ ਵਧਾਉਂਦਾ ਹੈ ਜੀ ਜੇ ਬੱਚਾ ਮੇਰੇ ਨਾਲ ਸਿਟਿੰਗ ਹੀ ਨਹੀਂ ਦੇ ਰਿਹਾ ਮੇਰੇ ਨਾਲ ਬੈਠ ਹੀ ਨਹੀਂ ਰਿਹਾ ਤੇ ਮੈਂ ਉਹਦੇ ਤੇ ਕੰਮ ਕਿਵੇਂ ਕਰਾਂਗਾ ਫਿਰ ਕਾਮ ਆਂਦਾ ਬੱਚੇ ਦਾ ਆਈ ਕੰਟੈਕਟ ਦਾ ਉਹ ਫਿਰ ਇੱਕ ਸਪੈਸ਼ਲ ਐਜੂਕੇਟਰ ਦਾ ਕੰਮ ਆਂਦਾ ਜਿਹੜਾ ਇੱਕ ਫਨ ਐਕਟੀਵਿਟੀ ਦੇ ਨਾਲ ਬੱਚੇ ਦਾ ਸਿਟਿੰਗ ਟੋਲਰੈਂਸ ਨੂੰ অর ਆਈ ਕੰਟੈਕਟ ਨੂੰ ਇੰ ਠੀਕ ਹੈ ਜਦੋਂ ਇਹ ਤਿੰਨ ਐਕਟੀਵਿਟੀਆਂ ਤੇ ਪ੍ਰੋਪਰਲੀ ਕੰਮ ਹੋਣਾ ਸ਼ੁਰੂ ਹੋ ਜਾਂਦਾ ਨਾ ਫਿਰ ਜਾ ਕੇ ਬੱਚੇ ਲਈ ਸਪੀਚ ਤੇ ਕੰਮ ਹੋਣਾ ਸ਼ੁਰੂ ਹੁੰਦਾ ਹੈ ਕਿਉਂਕਿ ਜੇ ਬੱਚਾ ਤੁਹਾਡੇ ਨਾਲ ਬੈਠ ਹੀ ਨਹੀਂ ਰਿਹਾ 10 ਮਿੰਟ ਲਈ ਤੁਸੀਂ ਉਹਨੂੰ ਬੈਠ ਕੇ ਉਹਦਾ ਕੰਮ ਕਿਵੇਂ ਕਰਾਓਗੇ ਹਾਂਜੀ ਸੋ ਪੇਰੈਂਟਸ ਨੂੰ ਇਹ ਪਤਾ ਨਹੀਂ ਹੁੰਦਾ ਔਰ ਜਦ ਤੱਕ ਅਸੀਂ ਪ੍ਰੋਫੈਸ਼ਨਲ ਤੇ ਡਿਪੈਂਡ ਰਹਿੰਦੇ ਆ ਉਹ ਆਪਣੇ ਅੱਧੇ ਪੌਨੇ ਘੰਟੇ ਘੰਟੇ ਦੀ ਕਲਾਸ ਨਾਲ ਕੰਮ ਕਰਦੇ ਨੇ ਉਹ ਕਿੰਨੀ ਜਲਦੀ ਕਿਵੇਂ ਰਿਜ਼ਲਟ ਆ ਜਾਏਗਾ ਸੋ ਸਾਡੀ ਗਲਤੀ ਰਹੀ ਕਿ ਅਸੀਂ ਹਮੇਸ਼ਾ ਪ੍ਰੋਫੈਸ਼ਨਲਸ ਤੇ ਡਿਪੈਂਡ ਰਹੇ ਜੀ ਸਾਨੂੰ ਪਤਾ ਹੀ ਨਹੀਂ ਸੀ ਕਰਨਾ ਕਿਦਾਂ ਸਾਨੂੰ ਖੁਦ ਨੂੰ ਨੌਲੇਜ ਹੀ ਨਹੀਂ ਸੀ ਔਰ ਸਾਨੂੰ ਐਵੀ ਵੀ ਨਹੀਂ ਪਤਾ ਸੀ ਕਿ ਕਿਹੜਾ ਪ੍ਰੋਫੈਸ਼ਨਲ ਕੰਮ ਕਰ ਰਿਹਾ ਹੈ ਉਹ ਪ੍ਰੋਫੈਸ਼ਨਲ ਹੈ ਵੀ ਕਿ ਨਹੀਂ ਹੈ ਜੀ ਜਰਨਲੀ ਇਹ ਬਹੁਤ ਸਾਰਾ ਕੁਝ ਚੱਲਦਾ ਹੈ ਔਰ ਤੁਹਾਨੂੰ ਅੱਜ ਅੱਜ ਜਦੋਂ ਤੁਸੀਂ ਪਿੱਛੇ ਦੇਖਦੇ ਹੋ ਤਾਂ ਤੁਹਾਨੂੰ ਕਈ ਤਾਂ ਇਦਾਂ ਲੱਗਦੇ ਹੋ ਹੋਣਗੇ ਨਾ ਯਾਰ ਇਹਨਾਂ ਨੇ ਤਾਂ ਕੁਝ ਨਹੀਂ ਕੀਤਾ ਬੇਵਕੂਫ ਬਣਾਇਆ ਸਰ ਜਦੋਂ ਅੱਜ ਅਸੀਂ ਪਿੱਛੇ ਦੇਖਦੇ ਹਾਂ ਨਾ ਸੱਚੀ ਆਪਣੇ ਮੂੰਹ ਤੇ ਚਪੇੜਾ ਮਾਰਨ ਨੂੰ ਦਿਲ ਕਰਦਾ ਹੈ ਕਿਉਂ ਕਿ ਅਸੀਂ ਇੰਨੀ ਨਾਕੀਆਂ ਕਿਦਾਂ ਇਹਨੇ ਪੈਸੇ ਭਰਨ ਤੋਂ ਬਾਵਜੂਦ ਵੀ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਕਿਉਂ ਨਹੀਂ ਸਮਝੇ ਔਰ ਮੈਂ ਬਾਰ ਬਾਰ 4 ਸਾਲ ਤੇ 5 ਸਾਲ ਤੇ ਪੇਰੈਂਟਸ ਨੂੰ ਸਮਝ ਆ ਜਾਂਦਾ ਹੈ ਕਿ ਇਹ ਬਹੁਤ ਪੇਸ਼ੈਂਸ ਵਾਲਾ ਕੰਮ ਹੈ ਇਹ ਉਹ ਪੇਰੈਂਟ ਸਮਝ ਸਕਦਾ ਹੈ ਡਾ ਸਪੈਸ਼ਲ ਹੈ ਪਰ ਉਹਨੂੰ ਅੱਜ ਵੀ ਇਹ ਸਮਝ ਨਹੀਂ ਆ ਰਿਹਾ ਕਿ ਜੇ ਮੇਰੇ ਲਈ ਇਹ ਇੰਨਾ ਔਖਾ ਹੈ ਤੇ ਕਿਸੇ ਦੂਸਰੇ ਲਈ ਇੰਨਾ ਸੌਖਾ ਕਿੱਦਾਂ ਹੋ ਜਾਏਗਾ ਜੀ ਉਹ ਇਹ ਸੋਚ ਕੇ ਵੀ ਉਹਨਾਂ ਪ੍ਰੋਫੈਸ਼ਨਲਸ ਤੇ ਡਿਪੈਂਡ ਹੋਈ ਜਾ ਰਿਹਾ ਉਹ ਇਹ ਨਹੀਂ ਸੋਚ ਰਿਹਾ ਕਿ ਮੈਂ ਇਹਨੂੰ ਸਿੱਖਾਂ ਕਿਉਂਕਿ ਇਹ ਮੇਰੇ ਤੋਂ ਬਿਹਤਰ ਉਸ ਪ੍ਰੋਫੈਸ਼ਨਲ ਨੇ ਵੀ ਨਹੀਂ ਕਰ ਪਾਣਾ ਬਟ ਹਾਂ ਇਸ ਸਾਡੇ ਸਪੈਸ਼ਲ ਬੱਚਿਆਂ ਲਈ ਨਾ ਪ੍ਰੋਫੈਸ਼ਨਲ ਦਾ ਰੋਲ ਸਿਰਫ 20% ਦਾ ਹੈ ਹੂੰ 80% ਰੋਲ ਸਾਡੇ ਪੇਰੈਂਟਸ ਦਾ ਹੁੰਦਾ ਹੈ ਜੀ ਫਿਰ ਦੂਸਰੀ ਗੱਲ ਸਾਡੀ ਅੰਡਰ ਐਸਟੀਮੇਸ਼ਨ ਹੁੰਦਾ ਕਿ ਅੱਜ ਮੇਰੇ ਕਰਸੇ ਨਾਰਮਲ ਬੱਚਾ ਨਾ ਮੈਂ ਕਹਿੰਦਾ ਮੈਂ ਇਹਨੂੰ ਕੈਂਬਰੇਜ ਪੜਾਣਾ ਹੈ ਮੈਂ ਇਹਨੂੰ ਫਲਾਣੇ ਸਕੂਲ ਪੜਾਣਾ ਹੈ ਮੈਂ ਇਹਨੂੰ ਬੈਸਟ ਤੋਂ ਬੈਸਟ ਚੀਜ਼ਾਂ ਕਰਵਾਨੀ ਹੈ ਜਦੋਂ ਸਪੈਸ਼ਲ ਬੱਚਾ ਨਾ ਜੇ ਉਹਦੇ ਲਈ ਕੁਝ ਸਪੈਸ਼ਲ ਨੀਡਸ ਲਈ ਇੰਨੇ ਸਾਰੇ ਪ੍ਰੋਫੈਸ਼ਨਲ ਚਾਹੀਦੇ ਉੱਥੇ ਫੀਸ ਹਨ ਅਸੀਂ ਕਹਿੰਦੇ ਨਹੀਂ ਯਾਰ ਛੱਡ ਅਸੀਂ ਉਸ ਚੀਜ਼ ਨੂੰ ਘਰ ਵਾਪਿਸ ਚਲਦਾ ਕਿਉਂਕਿ ਸਾਡੀ ਪਹਿਲਾਂ ਹੀ ਸੋਚ ਬਣ ਜਾਂਦੀ ਹੈ ਇਹਨੇ ਕੀ ਕਰਨਾ ਹੈ ਹੂੰ ਮੈਂ ਕਹਿੰਨਾ ਬਲਕਿ ਤੁਸੀਂ ਅੰਡਰ ਐਸਟੀਮੇਟ ਕਰ ਰਹੇ ਹੋ ਇਸ ਕਰਕੇ ਪਿੱਛੇ ਰਹਿ ਰਹੇ ਆ ਜੀ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਮੈਂ ਅਗਰ ਕਰਾਵਾਂ ਔਰ 4 ਮਹੀਨੇ 6 ਮਹੀਨੇ ਸਾਲ ਦੇ ਵਿੱਚ ਮੈਂ ਟ੍ਰੇਨਡ ਹੋ ਜਾ ਤਾਂ ਉਸ ਤੋਂ ਬਾਅਦ ਤੇ ਮੇਰੇ ਬੱਚੇ ਤੇ ਪੈਸੇ ਲੱਗਣੇ ਵੀ ਨਹੀਂ ਹੈ ਹੂੰ ਫਿਰ ਜੋ ਕੰਮ ਹੋਣਾ ਉਹ ਮੇਰੇ ਵਰਗੇ ਕਿਸ ਨੇ ਕਰਨਾ ਵੀ ਨਹੀਂ ਜੀ ਸੋ ਬਹੁਤ ਸਾਰੇ ਇਹਦੇ ਅਸਪੈਕਟਸ ਨੇ ਜਿੱਦੀ ਵਜ੍ਹਾ ਨਾਲ ਸਾਡਾ ਸਪੈਸ਼ਲ ਬੱਚਾ ਬਹੁਤ ਪਿੱਛੇ ਰਹਿ ਜਾਂਦਾ ਐਜਿਟ ਸਰ ਕੀ ਕੋਈ ਅਦਾ ਔਰਲ ਮੈਡੀਕੇਸ਼ਨ ਵੀ ਹੁੰਦੀ ਹੈ ਜਾਂ ਸਰ ਕੋਈ ਐਵੀਡੈਂਸ ਬੇਸ ਹਜੇ ਤੱਕ ਨਹੀਂ ਹੈ ਬਟ ਉਹ ਇਹ ਹੈ ਕਿ ਹਰ ਬੰਦੇ ਦਾ ਆਪਣਾ ਆਪਣਾ ਤਰੀਕਾ ਹੈ ਬਹੁਤ سارے ਲੋਕ ਨੇ ਕਿ ਤੁਸੀਂ ਜਿਹੜਾ ਤੁਸੀਂ ਅਗਰ ਤਰੀਕਾ ਸਜੈਸਟ ਕਰੋਗੇ ਉਹਦੇ ਵਿੱਚ ਮੈਡੀਕੇਸ਼ਨ ਰਿਕੁਆਇਰਡ ਹੁੰਦੀ ਹੈ ਨਹੀਂ ਸਰ ਮੈਂ ਇਹਨੂੰ ਕਦੀ ਵੀ ਰეკਮੈਂਡ ਨਹੀਂ ਕਰਦਾ ਇਹ ਕੋਈ ਇੰਟਰਨਲ ਕੰਡੀਸ਼ਨ ਹਾਂਜੀ ਕੁਝ ਵੀ ਨਹੀਂ ਹੈ ਇਦਾਂ ਦਾ ਹਾਂ ਬਸ ਬਹੁਤ ਸਾਰੇ ਲੋਕ ਆਂਦੇ ਨੇ ਉਹ ਕਹਿੰਦੇ ਜੀ ਮੈਨੂੰ ਹਮੋਪੈਥਿਕ ਨਾਲ ਬਹੁਤ ਫਰਕ ਪੈ ਰਿਹਾ ਹੈ ਮੈਨੂੰ ਆਯੁਰਵੈਦਿਕ ਨਾਲ ਬਹੁਤ ਫਰਕ ਪੈ ਰਿਹਾ ਹੈ ਪਰ ਕਿਤੇ ਨਾ ਕਿਤੇ ਇਹ ਪਲੇਸੀਬੋ ਇਫੈਕਟ ਹੀ ਹੈ ਬਿਲਕੁਲ 100% ਬਟ ਅਸੀਂ ਉਹਨਾਂ ਨੂੰ ਰੋਕਦੇ ਨਹੀਂ ਆ ਮੈਂ ਉਹਨਾਂ ਨੂੰ ਕਹਿੰਦਾ ਜੀ ਠੀਕ ਹੈ ਤੁਹਾਨੂੰ ਸੰਤੁਸ਼ਟੀ ਹੋ ਰਹੀ ਹੈ ਤੁਹਾਨੂੰ ਸੰਤੁਸ਼ਟੀ ਹੋ ਰਹੀ ਹੈ ਤੇ ਡੈਫੀਨੇਟਲੀ ਜਾਓ ਬਟ ਇਹਦੇ ਨਾਲ ਜੋ ਐਵਿਡੈਂਸ ਬੇਸ ਹੈ ਉਹ ਤੇ ਜ਼ਰੂਰ ਕਰੋ ਹਾਂ ਸੋ ਮੈਂ ਈਜ਼ੀ ਵੇ ਆਊਟਰ ਲੁੱਕ ਹੀ ਲੱਭ ਰਹੇ ਨੇ ਕਿ ਗੋਲੀ ਖਾਈ ਉਹ ਠੀਕ ਹੋ ਗਿਆ ਵੀ ਦੱਸਦਾ ਮੈਂ ਉਹ ਹੀ ਹੈ ਕਿ ਪੇਰੈਂਟ ਨਾ ਉਸ ਵੇਲੇ ਵਿਚਾਰਾ ਖੁਦ ਇੰਨਾ ਪਰੇਸ਼ਾਨ ਹੈ ਉਹਨੂੰ ਕੋਈ ਜੋ ਗਾਈਡ ਕਰਦਾ ਨਾ ਉਹ ਉਹਦੇ ਪਿੱਛੇ ਲੱਗ ਜਾਂਦਾ ਜੀ ਸੋ ਐਵੀ ਸਾਡੀ ਇੱਕ ਬਹੁਤ ਵੱਡੀ ਗਲਤੀ ਹੁੰਦੀ ਹੈ ਕਿਉਂਕਿ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਤੇ ਆਪਣਾ ਟਾਈਮ ਵੇਸਟ ਕਰ ਰਹੇ ਹਾਂ ਜਿਹੜੀਆਂ ਚੀਜ਼ਾਂ ਤੋਂ ਕੋਈ ਰਿਜ਼ਲਟ ਨਹੀਂ ਹੈ ਆਪਾਂ ਇੱਕ ਗੱਲ ਕਰਦੇ ਹਾਂ ਮੇਰਾ ਇੱਕ ਮਤਲਬ ਬੜਾ ਫੇਵਰਿਟ ਟਾਪਿਕ ਹੀ ਰਹਿੰਦਾ ਕਿ ਰਿਸ਼ਤੇਦਾਰ ਕੀ ਕਹਿੰਦੇ ਹੈ ਨਾ ਜਦੋਂ ਜੀ ਮਤਲਬ ਹਰ ਇੱਕ ਤਰ੍ਹਾਂ ਦੀ ਕੋਈ ਪ੍ਰੋਬਲਮ ਕਿਸੇ ਦੇ ਘਰੇ ਹੁੰਦੀ ਹੈ ਤੇ ਰਿਸ਼ਤੇਦਾਰ ਆ ਜਾਂਦੇ ਨੇ ਹੈ ਨਾ ਚਾਰ ਗੱਲਾਂ ਕਰਨ ਕੀ ਆ ਉਹ ਕਰ ਲੋ ਉਹ ਕਰ ਲੋ ਜਨਰਲੀ ਐਦਾਂ ਦੇ ਕੇਸ ਵਿੱਚ ਰਿਸ਼ਤੇਦਾਰ ਆ ਕੇ ਕੀ ਕਹਿੰਦੇ ਨੇ ਆ ਜ਼ਿਆਦਾਤਰ ਉਹਨਾਂ ਦੇ ਰਿਐਕਸ਼ਨ ਹੀ ਹੁੰਦੇ ਨੇ ਸੁਨਨੀ ਦਾ ਪੱਕਾ ਨਹੀਂ ਉਹਨਾਂ ਦੀ ਉਹ ਤਾਂ ਮੈਂ ਪੱਕਾ ਸ਼ੋਰ ਹਾਂ ਉਹ ਤਾਂ ਕਿਸੇ ਵੀ ਕੇਸ 'ਚ ਨਹੀਂ ਸੁਨਨੀ ਚਾਹੀਦੀ ਬਲਕਿ ਨਾ ਉਹ ਸਾਨੂੰ ਮੈਂ ਕਈ ਵਾਰੀ ਦੇਖਦਾ ਕਿ ਉਹ ਰਿਸ਼ਤੇਦਾਰ ਨਾਲ ਤੁਹਾਨੂੰ ਉਹ ਡੀਮੋਟੀਵੇਟ ਕਰ ਦਿੰਦੇ ਉਹ ਜਾਣੇ ਅਣਜਾਣੇ 'ਚ ਹੁੰਦਾ ਉਹਨਾਂ ਕੋਲ ਉਹ ਜਾਣ ਬੁਝ ਕੇ ਨਹੀਂ ਕਰਦੇ ਉਹਨਗੇ ਉਹਨਾਂ ਨੂੰ ਐਂਡ ਲੱਗਦਾ ਹੈ ਕਿ ਮੈਂ ਇਹਨਾਂ ਨੂੰ ਦਿਲਾਸਾ ਦੇਦਾ ਚਲ ਕੋਈ ਨਹੀਂ ਤੁਸੀਂ ਇਹਨੂੰ ਫਲਾਣੇ ਡਾਕਟਰ ਨੂੰ ਕਿਉਂ ਨਹੀਂ ਦਿਖਾਉਂਦੇ ਤੁਸੀਂ ਇਹ ਫਲਾਣੀ ਜਗ੍ਹਾ ਕਿਉਂ ਨਹੀਂ ਜਾਂਦੇ ਤੁਹਾਨੂੰ ਲੱਗਦਾ ਹੈ ਕਿ ਪੇਰੈਂਟਸ ਕੋਈ ਕਮੀ ਛੱਡ ਰਿਹਾ ਹੋਏਗਾ ਜੀ ਪੇਰੈਂਟਸ ਸੇ ਆਪਣੀ ਜੀਜਣ ਪਹਿਲਾਂ ਹੀ ਲਗਾ ਦਿੰਦਾ ਹੈ ਜੀ ਪਰ ਜਦੋਂ ਆਖੇ ਕੋਈ ਇਦਾਂ ਦੀਆਂ ਗੱਲਾਂ ਕਰਦਾ ਨਾ ਉਦੋਂ ਪੇਰੈਂਟਸ ਨੂੰ ਹੋਰ ਬਹੁਤ ਜ਼ਿਆਦਾ ਲੱਗਦੀਆਂ ਨੇ ਆ ਦਾ ਤਰੀਕਾ ਇਹੀ ਹੈ ਰਿਸ਼ਤੇਦਾਰਾਂ ਨੂੰ ਕੱਟ ਦੋ ਨਹੀਂ ਰਿਸ਼ਤੇ ਕੱਟ ਦੋ ਦੇਖੋ ਕੱਟੇ ਤੇ ਨਹੀਂ ਜਾ ਸਕਦੇ ਜਿਹੜੇ ਰਿਸ਼ਤੇ ਨੇ ਉਹ ਚੱਲਨੇ ਨੇ ਨਾਲ ਤੁਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ ਬਟ ਹਾਂ ਮੈਂ ਤੁਹਾਨੂੰ ਕਹੂੰਗਾ ਕਿ ਉਹਨਾਂ ਦੀ ਪਰਵਾਹ ਕਰਨੀ ਛੱਡ ਦਿਓ ਹੂੰ ਬਹੁਤ ਸਾਰੇ ਲੋਕ ਨਾ ਬਹੁਤ ਸਾਰੇ ਪੇਰੈਂਟਸ ਐਵੇਂ ਕਰਦੇ ਨੇ ਕਿ ਮੈਂ ਇਹਨੂੰ ਬੱਚੇ ਨੂੰ ਰਿਸ਼ਤੇਦਾਰਾਂ ਦੇ ਕਾਰੇਸ ਨਹੀਂ ਲੀਨ ਲਾ ਜਾਂਦਾ ਉਹ ਕੀ ਕਹਿਣਗੇ ਜੀ ਮੈਂ ਕਹਿੰਨਾ ਯਾਰ ਉਹਨਾਂ ਦੇ ਕੈਨੇ ਨੂੰ ਛੱਡ ਦਿਓ ਜੀ ਤੁਸੀਂ ਆਪਣੇ ਬੱਚੇ ਨੂੰ ਐਕਸਪਲੋਰ ਕਰਨ ਲੈ ਕੇ ਜਾਓ ਸਭ ਕੁਝ ਐਕਸਪਲੋਰ ਕਰਦਾ ਹੈ ਜੀ ਜੇ ਤੁਸੀਂ ਉਹਨੂੰ ਸਿਚੁਏਸ਼ਨ ਦਿਖਾਓਗੇ ਨਹੀਂ ਤੋ ਕੱਲ ਉਹਨੂੰ ਐਕਸਪਲੋਰ ਕਿਵੇਂ ਕਰੇਗਾ ਜੀ ਹੋ ਸਰ ਜਦੋਂ ਇੱਕ ਤਾਂ ਹੋ ਗਿਆ ਚਲੋ ਆਪਾਂ ਇਹ ਗੱਲ ਕਰ ਰਹੇ ਹਾਂ ਇੱਕ ਹੋਰ ਆਪਾਂ ਕਾਮਨ ਓਸ਼ਨਸ ਹੁੰਦੇ ਆ ਕਿ ਜੇ ਬॉय ਚਾਈਲਡ ਹੋਇਆ ਫਿਰ ਵੀ ਚਲੋ ਸੰਭਲ ਜਾਏਗਾ ਕੁਝ ਹੋ ਜਾਏਗਾ ਜਦੋਂ ਗਰਲ ਚਾਈਲਡ ਹੁੰਦਾ ਉਹ ਤਾਂ ਹੋਰ ਜ਼ਿਆਦਾ ਘਬਰਾ ਜਾਂਦਾ ਹੈ ਕਿ ਇਹ ਕਿਉਂਕਿ ਇੱਕ ਨੋਸ਼ਨ ਬਣਾ ਹੋਇਆ ਹੈ ਨਾ ਆਪਣੀ ਸੋਸਾਇਟੀ 'ਚ ਕਿ ਕੁੜੀ ਨੇ ਤਾਂ ਜਾਣਾ ਜੀ 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 ਪਰ ਜਿੱਦਾਂ ਹੀ ਅਗਰ ਕੋਈ ਆਟਿਸਟਿਕ ਗਰਲ ਹੋਏਗੀ ਕਿਸੇ ਦੇ ਘਰੇ ਜੋ ਮੈਨੂੰ ਲੱਗਦਾ ਪਹਿਲੀ ਗੱਲ ਹੋਏਗੀ ਉਹ ਇਹ ਹੀ ਹੋਏਗੀ ਕਿ ਯਾਰ ਕਿੱਦਾਂ ਘਰੇ ਬਿਠਾਓਗੇ ਤੁਸੀਂ ਮਤਲਬ ਕੋਈ ਆ ਕੇ ਕਹੇਗਾ ਤਾਂ ਇਹ ਹੀ ਕਹਿਣ ਵਾਲਾ ਕਿ ਭਾਈ ਤੁਸੀਂ ਕੁੜੀ ਨੂੰ ਕਿੱਦਾਂ ਰੱਖੋਗੇ ਪੂਰੀ ਜ਼ਿੰਦਗੀ ਤੁਹਾਨੂੰ ਹੀ ਰੱਖਣਾ ਪੈਣਾ ਹੈ ਹਨਾ ਮਤਲਬ ਮੈਂ ਮੈਨੂੰ ਤਾਂ ਸੁਣ ਕੇ ਅਗਰ ਗੁੱਸਾ ਚੜ ਜਾਏਗਾ ਹਨਾ ਮੇਰੇ ਕੋਈ ਆਸ-ਪਾਸ ਕਿਸੇ ਬਾਰੇ ਵੀ ਬੋਲੇਗਾ ਪਰ ਇੱਕ ਇਹ ਵੀ ਨੋਸ਼ਨ ਤਾਂ ਰਹਿੰਦਾ ਹੀ ਹੋਏਗਾ ਦੇਖੋ ਹਰ ਤਰ੍ਹਾਂ ਦੇ ਪੇਰੈਂਟਸ ਨੇ ਮਰਕੁਲੇਦਾ ਦੇ ਬੱਚੇ ਵੀ ਨੇ ਜਿਨ੍ਹਾਂ ਦੇ ਪੇਰੈਂਟਸ ਅੱਜ ਇਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਕਰਦੇ ਪਏ ਜੀ ਉਹ ਪਰਵਾਹ ਨਾ ਕਰਕੇ ਉਸ ਬੱਚੇ ਦੇ ਉੱਤੇ ਕੰਮ ਕਰਨ ਤੇ ਕਨਸੈਂਟਰੇਟ ਕਰ ਰਹੇ ਨੇ ਔਰ ਬੱਚਾ ਬਹੁਤ ਹੱਦ ਤੱਕ ਮੈਨੇਜ ਵੀ ਹੋ ਜਾਂਦਾ ਜੀ ਬਟ ਕਈ ਪੇਰੈਂਟਸ ਨੇ ਵਾਕਈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਾਰੀਆਂ ਚੀਜ਼ਾਂ ਸੁਣ ਕੇ ਨਾ ਬਹੁਤ ਪਰੇਸ਼ਾਨ ਹੋ ਕੇ ਉਹ ਨਾ ਰੋਣ ਤੋਂ ਇਲਾਵਾ ਜਾਂ ਉਹਨਾਂ ਚੀਜ਼ਾਂ ਤੋਂ ਇਲਾਵਾ ਮੈਂ ਉਹਨਾਂ ਨੂੰ ਕਿਹਾ ਹੁਣ ਕਰੋਗੇ ਕੀ ਹੂੰ ਰੋਕਣ ਦਾ ਕੋਈ ਨੂਜ਼ ਹੈ ਉਹ ਤੇ ਹੋ ਗਿਆ ਸਾਰੀਆਂ ਚੀਜ਼ਾਂ ਤੁਹਾਡੇ ਹੱਥ ਨਹੀਂ ਹੈ ਮੈਂ ਤੇ ਸਪੈਸ਼ਲ ਬੱਚੇ ਨੂੰ ਛੱਡੋ ਮੈਂ ਨਾਰਮਲ ਬੱਚਾ ਦੀ ਗੱਲ ਕਰਦਾ ਮੈਂ ਪੇਰੈਂਟਸ ਨੂੰ ਕੁਐਸਚਨ ਕਰਦਾ ਕਿਆ ਉਹਨਾਂ ਦਾ ਫਿਊਚਰ ਤੁਹਾਡੇ ਹੱਥ ਹੈ ਕਿ ਕੱਲ੍ਹ ਨੂੰ ਕੀ ਹੋਏਗਾ ਸੋ ਆਪਾਂ ਫਿਊਚਰ ਨੂੰ ਦੇਖ ਕੇ ਅੱਜ ਪ੍ਰੈਸੈਂਟ ਨੂੰ ਵੀ ਕਿਉਂ ਮੈਂ ਆਪਣਾ ਕਰਮ ਕਰਨਾ ਕਿਉਂ ਛੱਡ ਰਿਹਾ ਜੀ ਮੈਂ ਆਪਣਾ ਕਰਮ ਕੰਟੀਨਿਊ ਕਰਾਂ ਜੀ ਮੇਰਾ ਪਹਿਲਾ ਟਾਰਗੇਟ ਹਮੇਸ਼ਾ ਜਰਨਲ ਜੀ ਗੱਲ ਹੈ ਕਹਿੰਦੇ ਨੇ ਜਿੱਥੇ ਤੱਕ ਦਾ ਰਸਤਾ ਦਿਖਦਾ ਉੱਥੇ ਤੱਕ ਤੇ ਚੱਲੋ ਜੀ ਅੱਗੇ ਦਾ ਉੱਥੇ ਜਾ ਕੇ ਦੇਖ ਲਾਂਗੇ ਜੀ ਸੋ ਤੁਸੀਂ ਉਹਨੂੰ ਪਹਿਲਾਂ ਫਰਸਟ ਐਫਰਟ ਤੇ ਕਰੋ ਕਿ ਉਹ ਆਪਣੇ ਆਪ ਚ ਇੰਡੀਪੈਂਡੈਂਟ ਹੋਵੇ ਪਹਿਲਾਂ ਜੀ ਸੋ ਅਗਰ ਉਹਦਾ ਡਾਇਗਨੋਸਿਸ ਹੀ ਬੜੀ ਟਾਈਮਲੀ ਹੋ ਜਾਂਦਾ ਮੈਂ ਤੁਹਾਨੂੰ ਕਹਿ ਰਿਹਾ ਕਿ ਆਪਣੇ ਆਪ ਜੋਗਾ ਕਿਹਾ ਬਹੁਤ ਸਾਰੀਆਂ ਚੀਜ਼ਾਂ ਦੇ ਜੋਗਾ ਹੋ ਜਾਂਦਾ ਜੀ ਇਹੋ ਜਿਹੀ ਚੀਜ਼ਾਂ ਦੇ ਹੋ ਜਾਂਦੇ ਜੋ ਤੁਸੀਂ ਵੀ ਨਹੀਂ ਸੋਚਿਆ ਤੁਸੀਂ ਵੀ ਨਹੀਂ ਸੋਚ ਸਕਦੇ ਤੁਸੀਂ ਕਰ ਵੀ ਨਹੀਂ ਸਕਦੇ ਜੀ ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦੇ ਰਿਹਾ ਮੈਂ ਸੇਮ ਅੱਜ ਕਿਹੜਾ ਕੰਮ ਹੈ ਜਿਹੜਾ ਨਹੀਂ ਕਰ ਰਿਹਾ ਹੀ ਇਜ਼ ਅ ਵੈਰੀ ਗੁੱਡ ਸਵੀਮਰ ਬਹੁਤ ਜ਼ਬਰਦਸਤ ਸਕੇਟਿੰਗ ਕਰਦਾ ਹੈ ਬਹੁਤ ਅੱਛੀ ਸਾਈਕਲਿੰਗ ਕਰਦਾ ਹੈ ਉਹ ਆਪਣੀ ਲਾਈਫ ਦੇ 60% ਕੰਮ ਅੱਜ ਦੀ ਡੇਟ 'ਚ ਇਕੱਲਾ ਇੰਡੀਪੈਂਡੈਂਟਲੀ ਕਰ ਲੈਂਦਾ ਮੈਂ ਤੁਹਾਨੂੰ ਸਾਰੀ ਵੀਡੀਓਜ਼ ਦਿਆਂਗਾ ਸੋ ਅਗਰ ਉਹ 10 ਸਾਲ ਬਾਅਦ ਮੈਨੂੰ ਸਮਝ ਆ ਕੇ ਮੈਂ ਕਰਵਾ ਸਕਦਾ ਤੇ ਜਦੋਂ ਬੱਚਾ 3 ਸਾਲ ਦਾ ਸੀ ਉਦੋਂ ਕੀ ਕਰਵਾ ਸਕਦੇ ਆ ਉਦੋਂ ਤੇ ਉਹਦੀ ਲਰਨਿੰਗ ਕੈਪੈਸਿਟੀ 100% ਹੈ ਜੀ ਜੀ ਆਪਾਂ ਇਹਦੇ ਤੇ ਨਾ ਉਸ ਗੱਲ ਤੇ ਵੀ ਆਉਨੇ ਆ ਕਿ ਜੋ ਤੁਹਾਡਾ ਇਨੀਸ਼ੀਏਟਿਵ ਹੈ ਉਸ ਤੋਂ ਪਹਿਲੇ 2-4 ਚੀਜ਼ਾਂ ਨੇ ਕਿ ਜਿੱਦਾਂ ਤਾਰੇ ਜ਼ਮੀਨ ਪਰਚ ਦਿਖਾਇਆ ਸੀ ਜੀ ਜੀ ਉਹਦੇ 'ਚ ਉਹ ਉਹਨਾਂ ਨੂੰ ਦਿਖਾਇਆ ਗਿਆ ਜਿਹੜੇ ਮੇਨ ਐਕਟਰ ਹੈ ਉਹ ਉਹਨਾਂ ਨੂੰ ਦਿਖਾਇਆ ਗਿਆ ਡਿਸਲੈਕਸਿਕ ਡਿਸਲੈਕਸ਼ਨ ਹਾਂ ਡਿਸਲੈਕਸਿਕ ਕਿਵੇਂ ਡਿਫਰੈਂਟ ਹੁੰਦਾ ਹੈ ਮਤਲਬ ਆਟイズਮ ਤੋਂ ਬਿਲਕੁਲੀ ਅਲੱਗ ਫੀਲਡ ਹੈ ਡਿਸਲੈਕਸਿਆ ਉਹ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਵਰਡਸ ਨੂੰ ਪੜ੍ਹਨ ਦੇ ਵਿੱਚ ਜਾਂ ਚੀਜ਼ਾਂ 'ਚ ਉਹ ਜ਼ਿਆਦਾਤਰ ਐਲਡੀ ਦੇ ਬੱਚਿਆਂ ਦੇ ਵਿੱਚ ਹੁੰਦਾ ਹੈ ਲਰਨਿੰਗ ਡਿਸੇਬਿਲਟੀ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਉਸ ਡਿਸਲੈਕਸਿਆ ਫੀਲਡ ਦੇ ਵੀ ਜਾਂਦੇ ਨੇ ਜਿਹੜੇ ਸਾਡੇ ਏਐਸਡੀ ਦੇ ਬੱਚੇ ਹੁੰਦੇ ਨੇ ਉਹ ਬਿਲਕੁਲ ਡਿਫਰੈਂਟ ਨੇ ਸਪੈਸ਼ਲ ਫੀਲਡਸ 'ਚ ਨਾ ਬਹੁਤ ਸਾਰੀਆਂ ਫੀਲਡਸ ਆ ਗਈਆਂ ਨੇ ਇਹਨੂੰ ਅਸੀਂ ਗਿਣਨ ਲੱਗਾਂਗੇ ਤੇ ਬਹੁਤ ਬਹੁਤ ਆ ਗਈਆਂ ਜਿਦਾਂ ਇੱਕ ਆਪਾਂ ਹੋਰ ਦੇਖਦੇ ਆਪਾਂ ਅੱਛਾ ਜਿਹੜੀ ਮਾਈ ਨੇਮ ਇਜ਼ ਖਾਨ ਹੈ ਜੀ ਜੀ ਉਹਦੇ ਵਿੱਚ ਜਿਹੜੇ ਐਕਟਰ ਸੀ ਉਹਨਾਂ ਨੂੰ ਕੀ ਪ੍ਰੋਬਲਮ ਸੀ ਉਹ ਆਰਟਿਸਟਿਕ ਚਾਈਲਡ ਸੀ ਉਹ ਆਰਟਿਸਟਿਕ ਸੀ ਉਹ ਆਰਟਿਸਟਿਕ ਚਾਈਲਡ ਸੀ ਪਰ ਉਹ ਵੀ ਐਟ ਦ ਸੇਮ ਟਾਈਮ ਜੋ ਦਿਖਾਇਆ ਉਹਨਾਂ ਨੂੰ ਉਹ ਡੇ ਟੂ ਡੇ ਲਾਈਫ ਜਿਹੜੇ ਸਾਰੇ ਆਪਰੇਸ਼ਨ ਜਿੰਨੇ ਵੀ ਹੁੰਦੇ ਨੇ ਟਾਸਕ ਹੁੰਦੇ ਨੇ ਉਹ ਨੋਰਮਲ ਕਰ ਪਾ ਰਹੇ ਸੀ ਜੀ ਬਿਲਕੁਲ ਮੈਂ ਇਹੀ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਜਦੋਂ ਬੱਚੇ ਦਾ ਡਾਇਗਨੋਸ ਜਲਦੀ ਹੋ ਜਾਏਗਾ ਜੀ ਸੋ ਉਹ ਸਾਰੇ ਕੰਮ ਐਸ ਪਰ ਨੋਰਮਲ ਚਾਈਲਡ ਕਰਨ ਲੱਗ ਪੈਂਦਾ ਪਰ ਉਹਦੀਆਂ ਥੋੜੀਆਂ ਜੀ ਉਹਦੇ ਚ ਜਿਵੇਂ ਤੁਸੀਂ ਮਾਈ ਨੇਮ ਇਜ਼ ਖਾਨ ਚ ਦੇਖਦੇ ਹੋ ਕਿ ਉਹ ਗੱਲ ਨੂੰ ਥੋੜਾ ਰੁਕ ਰੁਕ ਟਾਈਮ ਲੱਗ ਸਕਦਾ ਹੈ ਪਰ ਉਹ ਆਪਣੀ ਰੁਟੀਨ ਨੂੰ ਬਹੁਤ ਅੱਛੇ ਤਰੀਕੇ ਨਾਲ ਫੋਲੋ ਕਰਦੇ ਨੇ ਜੀ ਮੈਨੂੰ ਸਹੀ ਗੱਲ ਲੱਗਦੀ ਹੈ ਸੋ ਉਹ ਕਿਉਂ ਹੈ ਕਿਉਂਕਿ ਮੈਂ ਬਚਪਨ ਚ ਇਹਨੂੰ ਫੜ ਲਿਆ ਜੀ ਤੇ ਮੇਰੀਆਂ ਦੋਨੋਂ ਚੀਜ਼ਾਂ ਦੇ ਉੱਤੇ ਕਮ ਹੋਣਾ ਸ਼ੁਰੂ ਹੋ ਗਿਆ ਜੀ ਉਹਦਾ ਕਮਿਊਨੀਕੇਸ਼ਨ ਵੀ ਇੰਪਰੂਵ ਕਰਨਾ ਸ਼ੁਰੂ ਕਰ ਦਿੱਤਾ ਜੀ ਉਹਦੇ ਬਿਹੇਵੀਅਰ ਵੀ ਕੰਟਰੋਲ ਆਨੇ ਸ਼ੁਰੂ ਹੋ ਗਏ ਆਪਾਂ ਇੱਕ ਮਤਲਬ ਲੋਕਾਂ ਨੂੰ ਵਿਜ਼ੂਅਲਾਈਜ਼ੇਸ਼ਨ ਦੇਣ ਲਈ ਹੈ ਨਾ ਕਿ ਜਿੱਦਾਂ ਅਗਰ ਕਿਸੇ ਬੱਚੇ ਨੂੰ ਸੀਵੀਅਰ ਆਟਿਜ਼ਮ ਵਾਲੀ ਕੈਟਾਗਰੀ ਚੰਦਾ ਕੋਈ ਐਂਡ ਉਹਨ ਲੇਕਿਨ ਉਹਨੂੰ अर्ली डायग्नोस ਕਰ ਲਿਆ ਐਂਡ ਉਹਦੀ ਫਿਰ ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਅਗਰ ਤੁਸੀਂ ਅੱਜ ਦੱਸੋਗੇ ਕਿ ਐਦਾਂ ਕਰੋ ਪੂਰਾ ਤੁਸੀਂ ਬੱਚੇ ਨੂੰ ਕੰਡੀਸ਼ਨ ਕਰੋ ਤੇ ਬੱਚਾ ਬਿਲਕੁਲ ਸਹੀ ਰਾਹ ਤੇ ਹੈ ਤੇ ਜਿਹੜਾ ਮਾਈ ਨੇਮ ਇਜ਼ ਖਾਂਚ ਜਿਹੜੀ ਸਿਚੁਏਸ਼ਨ ਆਟਿਜ਼ਮ ਦੀ ਦਿਖਾਈ ਗਈ ਹੈ ਉਹ ਚੇ ਵੀ ਦਿਖਾਇਆ ਹੈ ਕਿ ਕੁਝ ਟ੍ਰੇਟਸ ਵੀ ਹੈਗੇ ਨੇ ਆਟਿਜ਼ਮ ਦੇ ਬਟ ਐਟ ਦ ਸੇਮ ਟਾਈਮ ਕੁਝ ਚੀਜ਼ਾਂ ਚੋਂ ਬਹੁਤ ਸਹੀ ਵੀ ਹੈ ਜੀ ਜੀ ਕਿ ਜਿਹੜਾ 올 ਲੈਵਲ ਹੈ ਕਿ ਉਸ ਤੋਂ ਬੈਟਰ ਵੀ ਹੋ ਜਾਂਦੇ ਨੇ ਬੱਚੇ ਜਾਂ ਬਹੁਤ ਤਰ੍ਹਾਂ ਦੇ ਬੱਚੇ ਨੇ ਮੈਂ ਤੁਹਾਨੂੰ ਐਂ ਇਦਾਂ ਦੇ ਬੱਚੇ ਦਿਖਾਣਾ ਜਿਨ੍ਹਾਂ ਨੇ ਅੱਜ ਗ੍ਰੈਜੂਏਸ਼ਨ ਕਰ ਲਈ ਹੈ ਆਪਣੇ ਸਾਰੇ ਕੰਮ ਨੋਰਮਲੀ ਕਰ ਪਾਉਂਦੇ ਨੇ ਉਹਨਾਂ ਦੀ ਕਿਸੇ ਕਿਸੇ ਫੀਲਡ 'ਚ ਛੋਟੀ-ਛੋਟੀ ਪ੍ਰੋਬਲਮ ਹੈ ਬਹੁਤ ਛੋਟੀ-ਛੋਟੀ ਹੋਰ ਹੋਰ ਛੋਟੀ ਹੁੰਦੀ ਰਹੇਗੀ ਹਨਾ ਉਹਨਾਂ ਨੂੰ ਜਿਵੇਂ ਕਿ ਪੌੜੀਆਂ ਉਤਰਨ 'ਚ ਪ੍ਰੋਬਲਮ ਹੈ ਜਾਂ ਉਹਨੂੰ ਬਹੁਤ ਫਲੈਂਟਲੀ ਗੱਲ ਕਰਨ 'ਚ ਪ੍ਰੋਬਲਮ ਹੈ ਜਾਂ ਉਹਨੂੰ ਸੋਸ਼ੀਅਲੀ ਔਨ ਪ੍ਰੋਬਲਮ ਹੈ ਅਦਰਵਾਈਜ਼ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਬੱਚਾ ਆਪਣੀ ਪੂਰੀ ਦੀ ਪੂਰੀ ਡੇ ਰੂਟੀਨ ਬੜੇ ਮਜ਼ੇ ਦੇ ਨਾਲ ਫੋਲੋ ਕਰ ਰਿਹਾ ਹੈ ਉਹ ਆਪਣੇ ਘਰ ਬੈਠੇ ਆਨਲਾਈਨ ਆਰਡਰ ਵੀ ਕਰ ਰਿਹਾ ਹੈ ਉਹਨਾਂ ਨੂੰ ਰੇਟਿੰਗ ਵੀ ਦੇ ਰਿਹਾ ਹੈ ਉਹਨੂੰ ਮਨੀ ਕਨਸੈਪਟ ਵੀ ਪਤਾ ਹੈ ਸ਼ਾਪਿੰਗ ਵੀ ਕਰਨ ਜਾਂਦਾ ਹੈ ਘੁੰਮਣ ਵੀ ਜਾਂਦਾ ਹੈ ਸਾਰਾ ਕੁਝ ਹੈ ਬਟ ਉਹ ਡਿਪੈਂਡ ਕਰਦਾ ਨਾ ਕਿ ਉਹਦੇ ਤੇ ਕੰਮ ਕਿੰਨਾ ਹੋਇਆ ਜਿਵੇਂ ਤੁਸੀਂ ਮੈਨੂੰ ਕਹਿ ਰਹੇ ਹੋ ਇੱਕ ਲੈਵਲ ਮੈਂ ਤੁਹਾਨੂੰ ਇਹਦੇ ਚ ਇੱਕ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਦੋਂ ਡਾਇਗਨੋਸ ਹੁੰਦਾ ਨਾ ਉਦੋਂ ਲੈਵਲ ਜਿਵੇਂ 1.5 ਸਾਲ ਤੇ ਜਾਂ 2 ਸਾਲ ਤੇ ਡਾਇਗਨੋਸ ਹੋ ਗਿਆ ਉਦੋਂ ਲੈਵਲ ਕਦੀ ਵੀ ਆਪਣਾ ਹੀ ਹੁੰਦਾ ਉਹ ਲੈਵਲ ਆਪ ਧੀਰੇ ਧੀਰੇ ਹੁੰਦਾ ਕਿਉਂਕਿ ਧੀਰੇ ਧੀਰੇ ਮੇਰੇ ਬਿਹੇਵੀਅਰ ਬੰਦੇ ਜਾ ਰਹੇ ਨੇ ਹੂੰ ਜਿਹੜੇ ਮੇਰੇ ਬਿਹੇਵੀਅਰ ਬੰਦੇ ਜਾ ਰਹੇ ਨੇ ਉਹੀ ਮੇਰੇ ਲੈਵਲ ਨੂੰ ਤੈਅ ਕਰਦੇ ਜਾ ਰਹੇ ਨੇ ਜੀ ਤੇ ਜੇ ਮੇਰੇ ਡਾਇਗਨੋਸ ਹੀ ਛੋਟੇ ਹੁੰਦੇ ਹੋ ਗਿਆ ਔਰ ਮੈਨੂੰ ਸਮਝ ਵੀ ਆ ਗਈ ਕਿ ਕੰਮ ਕਰਨਾ ਕਿੱਦਾਂ ਬੱਚੇ ਦੇ ਨਾਲ ਤੇ ਫਿਰ ਤੇ ਉਹ ਲੈਵਲ ਵਧੇਗਾ ਹੀ ਨਹੀਂ ਗਿਰੇਗਾ ਹੀ ਬਲਕੇ ਉਹ ਧੀਰੇ ਧੀਰੇ ਬਲਕਿ ਕਟੇਗਾ ਨਾ ਕਿਉਂਕਿ ਜਦੋਂ ਮੈਂ ਤੁਹਾਨੂੰ ਸਿਖਾ ਹੀ ਦਿਆਂਗਾ ਕਿ ਤੁਸੀਂ ਕਿਵੇਂ ਕਮਿਊਨੀਕੇਟ ਕਰਨਾ ਹੈ ਕਿਵੇਂ ਆਈ ਕੰਟੈਕਟ ਕਰਨਾ ਹੈ ਕਿਵੇਂ ਬੈਠਣਾ ਹੈ ਕਿਵੇਂ ਬਾਕੀਆਂ ਦੇ ਨਾਲ ਮਰਜ਼ ਹੋਣਾ ਹੈ ਤੇ ਮੇਰਾ ਲੈਵਲ ਅੱਪ ਕਿਉਂ ਜਾਏਗਾ ਜੀ ਸੋ ਉਹ ਐ ਸਮਝਣਾ ਪਏਗਾ ਉਹਦੇ ਸਾਨੂੰ ਇਹ ਨਹੀਂ ਦਿਖਾਇਆ ਗਿਆ ਮਾਈਕ ਇੰਜ ਮਾਈ ਨੇਮ ਇਜ਼ ਖਾਨ ਕਿ ਕਿਸ ਕਿਹੜੀ ਐਚਓ ਦਾ ਡਾਇਗਨੋਸ ਹੋਇਆ ਓਕੇ ਉਹ ਪੂਰੀ ਡਿਟੇਲਡ ਨਹੀਂ ਹੈ ਨਾ ਨਹੀਂ ਹੈ ਸੋ ਉਹਤੇ ਡਾਇਰੈਕਟਲੀ ਕੋਰਟਿਕਸਟਿਕ ਚਾਈਲਡ ਦਿਖਾ ਦਿੱਤਾ ਗਿਆ ਹਮ ਸੋ ਪੇਰੈਂਟਸ ਨੂੰ ਇਹ ਸਮਝਣਾ ਪਏਗਾ ਮੈਂ ਤੁਹਾਨੂੰ ਇਹੀ ਦੱਸ ਰਿਹਾ ਕਿ ਇਹਦੇ ਚ ਨਾ ਪਹਿਲਾ ਸਭ ਤੋਂ ਵੱਡੀ ਜਿਹੜੀ ਚੀਜ਼ ਮੈਟਰ ਕਰਦੀ ਹੈ ਨਾ ਉਹ ਸਾਡੀ ਅਵੇਅਰਨੈਸ ਮੈਟਰ ਕਰਦੀ ਹੈ ਸਾਨੂੰ ਸਮਝ ਆਣਾ ਮੈਟਰ ਕਰਦਾ ਹੈ ਮੈਂ ਇਹਦੇ ਚ ਇੱਕ ਚੀਜ਼ ਤੁਹਾਨੂੰ ਹੋਰ ਕਹਿਣਾ ਚਾਹਾਂਗਾ ਮੈਂ ਮਾਫੀ ਮੰਗਦਾ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੇ ਇਨਸਾਨ ਨੇ ਨਾ ਜਾਨਵਰ ਨੂੰ ਸਿਖਾ ਦਿੱਤਾ ਹੈ ਇਨਸਾਨ ਦੀ ਭਾਸ਼ਾ ਜਾਨਵਰ ਸਮਝ ਰਿਹਾ ਸਿਟ ਡਾਊਨ ਸ਼ੇਕ ਹੈਂਡ ਇਹ ਉਹ ਸਭ ਕੁਝ ਤੇ ਇੱਥੇ ਫਿਰ ਇਨਸਾਨ ਦੇ ਬੱਚੇ ਇਹ ਕਿਉਂ ਨਹੀਂ ਸਿੱਖਣਗੇ ਜੀ ਬਸ ਇਹ ਹੈਗਾ ਮੈਂ ਵੀ ਨਹੀਂ ਕਹਿੰਦਾ ਕਿ ਨਹੀਂ 5 ਸਾਲ ਦੀ ਏਜ ਨਿਕਲ ਗਈ ਤੇ ਬੱਚਾ ਨਹੀਂ ਸਿੱਖ ਸਕਦਾ ਜੀ 10 ਸਾਲ ਦੀ ਏਜ ਨਿਕਲ ਗਈ ਤੇ ਬੱਚਾ ਨਹੀਂ ਸਿੱਖ ਸਕਦਾ ਜੀ ਸਿੱਖ ਸਕਦਾ ਪਰ ਉਹਦਾ ਚੈਲੰਜ ਉਹਨਾਂ ਹੀ ਵੱਡਾ ਹੋ ਜਾਂਦਾ ਹੈ ਹੂੰ ਉਸ ਚੀਜ਼ ਨੂੰ ਕੰਟਰੋਲਡ ਕਰਨਾ ਉਹਨਾਂ ਹੀ ਜ਼ਿਆਦਾ ਹੋ ਜਾਂਦਾ ਹੈ ਅੱਜ ਤੁਹਾਨੂੰ ਨੋਰਮਲ ਜਿਹਾ ਫੀਵਰ ਹੈ ਨਾ ਤੁਸੀਂ ਪਹਿਲੇ ਦਿਨ ਹੀ ਗੋਲੀ ਖਾਦੀ ਹੈ ਨਾ ਤੇ ਉਹ ਬੜੀ ਜਲਦੀ ਜਦੋਂ ਟਾਈਫਾਇਡ ਬਣ ਜਾਏਗਾ ਤੇ ਫਿਰ ਤੇ ਤੁਹਾਨੂੰ ਟੈਸਟ ਵੀ ਕਰਾਣੇ ਪੈਣਗੇ ਫਿਰ ਤੁਹਾਨੂੰ ਰੈਗੂਲਰ ਐਂਟੀਬਾਇਓਟਿਕ ਵੀ ਖਾਣਾ ਪਏਗਾ ਫਿਰ ਤੁਹਾਨੂੰ ਸਾਰੀਆਂ ਚੀਜ਼ਾਂ ਹੋਰ ਵੀ ਕਰਨੀਆਂ ਪੈਣੀਆਂ ਕਰਨੀਆਂ ਮਨਗੀਆਂ ਸੋ ਇਹੀ ਹੈ ਕਿ ਜਦੋਂ ਡਾਇਗਨੋਸ ਜਲਦੀ ਹੈ ਤੇ ਹੱਲ ਵੀ ਬਹੁਤ ਈਜ਼ੀ ਜਿੰਨਾ ਲੇਟ ਕਰਦੇ ਜਾ ਰਹੇ ਉਹਨੇ ਬੱਚੇ ਤੇ ਚੈਲੰਜ ਵੱਧਦੇ ਜਾ ਰਹੇ ਨੇ ਉਹਨਾਂ ਸਾਡੇ ਲਈ ਉਹ ਦਿੱਕਤਾਂ ਆndੀਆਂ ਜਾ ਰਹੀਆਂ ਕਿਉਂਕਿ ਉਹ ਜਿਹੜਾ ਬ੍ਰੇਨ ਹੈ ਉਹ ਕ੍ਰਿਸਟਲਾਈਜ਼ ਹੋ ਆਪਾਂ ਇੱਕ ਹੋਰ ਦੇਖਦੇ ਆ ਜਿਹੜੀ ਬੜੀ ਅੱਜਕੱਲ ਸਾਨੂੰ ਦਿਖਤਿਆ ਇੱਕ ਡਾਊਨ ਸਿੰਡਰੋਮ ਵੀ ਬਹੁਤ ਦੇਖਦਾ ਹੈ ਡਾਊਨ ਸਿੰਡਰੋਮ ਚ ਕਿ ਡਾਊਨ ਸਿੰਡਰੋਮ ਵੀ ਫਿਰ ਇੱਕ ਡਿਫਰੈਂਟ ਫੀਲਡ ਆ ਗਈ ਜਿਵੇਂ ਤੁਸੀਂ ਹੁਣੇ ਜਿਸਲੈਕਸਿਆ ਦੀ ਗੱਲ ਕੀਤੀ ਇਦਾਂ ਹੀ ਡਾਊਨ ਸਿੰਡਰੋਮ ਦੀ ਗੱਲ ਕੀਤੀ ਅੱਜ ਹੀ ਮੇਰੇ ਕੋਲ ਇੱਕ ਮੇਰੇ ਬੱਚਾ ਆਇਆ ਸੀ ਉਹ 9 ਮਹੀਨੇ ਦਾ ਬੱਚਾ ਹੈ ਉਹਦਾ ਡਾਊਨ ਸਿੰਡਰੋਮ ਡਾਇਗਨੋਸ ਹੋ ਗਿਆ ਹੈ ਓਕੇ ਬਟ ਉਹ ਮੇਰੇ ਕੋਲ ਲੈ ਕੇ ਆਏ ਨੇ ਤੇ ਉਹ ਪੁੱਛ ਰਹੇ ਨੇ ਮੇਰੇ ਦੋਸਤ ਹੀ ਨੇ ਜਿਨ੍ਹਾਂ ਦਾ ਉਹ ਨੌਨ ਸਰਕਲ ਸੀ ਕਿ ਕੀ ਕਰ ਸਕਦੇ ਆ ਪਹਿਲਾਂ ਤੇ ਇਹ ਹੈ ਕਿ ਡੇਢ ਸਾਲ ਤੋਂ ਪਹਿਲਾਂ ਕੋਈ ਵੀ ਥੈਰੇਪੀ ਸੈਂਟਰ ਕਿਸੇ ਬੱਚੇ ਲਈ ਕੁਝ ਨਹੀਂ ਕਰ ਸਕਦਾ ਆਬਵੀਅਸਲੀ ਰਾਈਟ ਬਟ ਉਹ ਉੱਥੇ ਇੱਕ ਰੋਲ ਜਿਹੜਾ ਨਾ ਉਹ ਮੈਡੀਕਲ ਪ੍ਰੈਕটিশਨਰ ਦਾ ਆਂਦਾ ਹੈ ਡਾਕਟਰ ਆਂਦਾ ਹੈ ਜੀ ਸੋ ਉਹ ਉਹਨਾਂ ਦੇ ਲਈ ਹੈ ਉਹ ਉਹਨਾਂ ਨੂੰ ਗਾਈਡ ਕਰ ਸਕਦੇ ਨੇ ਬਿਕੋਜ਼ ਕਿਉਂਕਿ ਵੀ ਆਰ ਨਾਟ ਅ ਡਾਕਟਰ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਤੇ ਇੱਕ ਡਾਕਟਰ ਵੀ ਕਿਹਾ ਮੈਂ ਪ੍ਰੋਫੈਸ਼ਨਲ ਵੀ ਨਹੀਂ ਆ ਮੈਂ ਬਸ ਇੱਕ ਪੇਰੈਂਟ ਆ ਮੈਂ ਆਪਣੇ ਐਕਸਪੀਰੀਅੰਸ ਤੋਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸ ਸਕਦਾ ਤੁਸੀਂ ਮੋਰਓਵਰ ਇਹ ਕਹਿ ਸਕਦੇ ਹੋ ਕਿ ਤੁਸੀਂ ਬਿਹੇਵੀਅਰ ਸਟੱਡੀਜ਼ ਨੂੰ ਤੁਸੀਂ ਐਕਸਲ ਕੀਤਾ ਕਿ ਜਿੱਦਾਂ ਬਿਹੇਵੀਅਰ ਸਟੱਡੀਜ਼ ਮੈਂ ਮੈਂ ਐਸਜੀ ਨੂੰ ਪੜਿਆ ਨਹੀਂ ਹੈ ਪਰ ਮੈਂ ਐਸਜੀ ਦੇ ਨਾਲ ਜੀਆ ਜੀ ਮੇਰਾ ਬੱਚਾ 13 ਸਾਲ ਦਾ ਹੋ ਗਿਆ ਮੈਂ 13 ਸਾਲ ਤੋਂ ਐਸਜੀ ਦੇ ਨਾਲ ਜੀ ਰਿਹਾ ਹਾਂ ਮੇਰੇ ਲਾਈਫ ਤੇ ਇਹਨੇ ਆਪਣੇ ਐਕਸਪੀਰੀਅੰਸ ਨੇ ਜਿਹੜੇ ਐਕਸਪੀਰੀਅੰਸ ਤੋਂ ਤੁਹਾਨੂੰ ਮੈਂ ਸਮਝਾਉਣਾ ਚਾਹਨਾ ਅਸੀਂ ਬਹੁਤ ਸਾਰੇ ਪ੍ਰੋਫੈਸ਼ਨਲਸ ਕੋਲ ਜਾਂਦੇ ਹਾਂ ਨਾ ਉਹ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਦੱਸਦੇ ਨੇ ਜੀ ਉਹ ਐ ਕਹਿੰਦੇ ਨੇ ਜੀ ਤੁਸੀਂ ਇਹ ਬੱਚੇ ਨੂੰ ਇਹ ਦੇ ਦਿੱਤਾ ਐਵੇਂ ਕਰਤਾ ਮਿੱਠਾ ਦੇ ਦਿੱਤਾ ਇਹ ਕਰ ਦਿੱਤਾ ਉਹਨਾਂ ਲਈ ਕੋ ਬੋਲਣ ਦੀ ਗੱਲ ਹੈ ਬਟ ਉਸ ਰੀਅਲ ਸਿਚੁਏਸ਼ਨ ਨੂੰ ਨਾ ਅਸੀਂ ਜੀਨੇ ਆ ਅਸੀਂ ਦੇਖਦੇ ਆ ਉਹ ਇੱਕ ਪੇਰੈਂਟ ਸਮਝ ਸਕਦਾ ਹੈ ਕਿ ਉਹ ਕਿੰਨਾ ਕੁ ਈਜ਼ੀ ਹੈ ਔਰ ਕਿੰਨਾ ਕੁ ਮੁਸ਼ਕਿਲ ਹੈ ਕੁਝ ਐਦਾ ਦੀ ਵੀ ਜਦੋਂ ਹੁਣ ਤੁਸੀਂ ਦੱਸਿਆ ਕਿ ਮਿੱਠਾ ਨਹੀਂ ਦੇਣਾ ਇਹ ਨਹੀਂ ਦੇਣਾ ਕਿ ਐਕਚੁਅਲ ਚ ਜੋ ਆਪਾਂ ਨਾਰਮਲੀ ਜੋ ਵੀ ਆਪਾਂ ਖਾ ਪੀ ਰਹੇ ਆ ਜਾਂ ਕੁਝ ਵੀ ਹੈ ਕਿ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਇਹਦੇ ਚ ਨਹੀਂ ਅਲਾਉਡ ਹੁੰਦੀਆਂ ਉਹਦੇ ਤੋਂ ਤੁਹਾਨੂੰ ਮੇਰੇ ਨਾਲੋਂ ਬੈਟਰ ਜਿਹੜੇ ਪ੍ਰੋਫੈਸ਼ਨਲਸ ਨੇ ਉਹ ਦੱਸ ਸਕਦੇ ਨੇ ਮਿੱਠਾ ਜ਼ਿਆਦਾ ਤਾਂ ਜਨਰਲੀ ਅਸੀਂ ਕਿਉਂ ਕਹਿੰਦੇ ਆ ਕਿ ਮਿੱਠਾ ਹਮੇਸ਼ਾ ਸਾਡੇ ਇਨਸੂਲਿਨ ਲੈਵਲ ਨੂੰ ਵਧਾਉਂਦਾ ਹੈ ਤੇ ਉਹ ਹਾਈਪਰ ਐਕਟੀਵਿਟੀ ਨੂੰ ਵਧਾਉਂਦਾ ਓਕੇ ਸੋ ਇਸ ਲਈ ਕਿਹਾ ਜਾਂਦਾ ਹੈ ਕਿ ਰੈਂਡਮਨੈਸ ਜ਼ਿਆਦਾ ਨਾ ਆ ਜਾਏ ਯੈਸ ਉਹ ਇਸ ਲਈ ਕਿਹਾ ਜਾਂਦਾ ਹੈ ਬਟ ਉਹੀ ਹੈ ਕਿ ਜਿਹੜੀ ਕਹਿੰਦੇ ਨਾ ਅਧੂਰੀ ਨੌਲੇਜ ਹੈ ਉਹ ਵੀ ਤੁਹਾਡੇ ਲਈ ਬਹੁਤ ਖਤਰਨਾਕ ਹੁੰਦੀ ਹੈ ਜੀ ਔਰ ਅੱਜ ਕੱਲ੍ਹ ਹੋਈ ਬਹੁਤ ਜ਼ਿਆਦਾ ਅੱਜ ਕੱਲ੍ਹ ਹੋਈ ਕਿਉਂਕਿ ਅੱਜ ਕੱਲ੍ਹ ਹਰ ਘਰ ਦੇ ਵਿੱਚ ਡਾਕਟਰ ਹੈ ਜੀ ਜੀ ਉਹ ਡਾਕਟਰ ਕੋਲ ਜਾਣ ਦੀ ਵਿਦਾਇ ਪਹਿਲਾਂ ਹੀ ਆਪਣੀਆਂ ਸਲਾਹਾਂ ਅਸੀਂ ਇੰਨੀਆਂ ਕਿ ਦੇ ਦਿੰਦੇ ਹਾਂ ਉਹ ਰੀਲਾਂ ਮੈਂ ਹਮੇਸ਼ਾ ਕਹਿੰਦਾ ਜਿਸ ਦਾ ਕੰਮ ਉਸੀ ਕੋ ਸਾਜੇ ਜੀ ਉਹ ਹਮੇਸ਼ਾ ਤੁਹਾਨੂੰ ਨਾ ਜੀ ਡਾਈਟ ਨੇ ਜਾਂ ਜਿਹੜੀਆਂ ਚੀਜ਼ਾਂ ਨੇ ਉਹ ਆਪਣੇ ਡਾਕਟਰ ਦੇ ਨਾਲ ਜਾਂ ਕਿਸੇ ਡਾਈਟਿਸ਼ੀਅਨ ਦੇ ਨਾਲ ਸਲਾਹ ਕਰਨੀ ਚਾਹੀਦੀ ਹੈ ਖੁਦ ਕਦੀ ਵੀ ਡਾਕਟਰ ਨਹੀਂ ਬਣਨਾ ਚਾਹੀਦਾ ਜੀ ਸੋ ਉਹਦੇ 'ਚ ਸਾਨੂੰ ਸਾਡੇ ਨਾਲੋਂ ਬਿਹਤਰ ਉਹ ਦੱਸ ਸਕਦੇ ਨੇ ਮੈਂ ਤੁਹਾਨੂੰ ਸਿਰਫ ਜਿਹੜਾ ਮੈਸੇਜ ਦੇਣਾ ਚਾਹੁੰਦਾ ਲਾਈਫ ਤੋਂ ایکسپੀਰੀਅנס ਤੋਂ ਕੁਝ ਸਿੱਖਿਆ ਹੈ ਮੈਂ ਮੈਂ ਸੋਹੀ ਮੈਸੇਜ ਮੈਂ ਮੈਂ ਉਹੀ ਕਹਿ ਰਿਹਾ ਨਾ ਕਿ ਮੈਂ ਮੈਂ ਇਹ ਨਹੀਂ ਕਹਿ ਰਿਹਾ ਕਿ ਕਿਉਂ ਹੈ ਕਿਉਂ ਨਹੀਂ ਹੈ ਪਰ ਜਸਟ ਕਿ ਇੱਕ ਤਵਾਡੀ ਜੋ অবজারਵੇਸ਼ਨ ਦੇ ਹਿਸਾਬ ਨਾਲ ਕੁਝ ਚੀਜ਼ਾਂ ਜਿਹੜੀ ਤੁਸੀਂ ਧਿਆਨ ਰੱਖੋ ਜਾਂ ਕਿਸੇ ਸupervision ਦੇ ਹਿਸਾਬ ਨਾਲ ਕਰੋ ਖੁਦ ਨਾ ਟਰਾਈ ਕਰੋ ਜੇ ਦਾ ਤੁਸੀਂ ਡਾਈਟ ਦਾ ਦੱਸਿਆ ਕਿ ਇਹਦੇ ਚ ਡਾਈਟ ਦਾ ਹੈ ਕੰਸਰਨ ਹੈ ਨਾ ਕਿ ਡਾਈਟ ਥੋੜੀ ਮੇਨਟੇਨਡ ਹੀ ਰਹਿਣੀ ਚਾਹੀਦੀ ਹੈ ਬਿਲਕੁਲ ਜੀ ਕਿਸੇ ਦੇ ਕਹਿਣ ਤੇ ਕੁਝ ਵੀ ਨਾ ਖਵਾ ਦਿਓ ਕਿਉਂਕਿ ਉਹਦੀ ਵਜ੍ਹਾ ਕੀ ਹੈ ਸਾਡੇ ਬੱਚੇ ਨਾ ਬਹੁਤ ਜ਼ਿਆਦਾ ਚੂਜ਼ੀ ਹੁੰਦੇ ਨੇ ਹਾਂ ਉਹ ਚੀਜ਼ਾਂ ਨੂੰ ਬੜੀ ਚੂਜ਼ ਐਂਡ ਪਿਕ ਕਰਕੇ ਖਾਂਦੇ ਨੇ ਸੋ ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਪ੍ਰੋਪਰ ਜਿਹੜੀ ਵਿਟਾਮਿਨਸ ਨੇ ਜਾਂ ਪ੍ਰੋਪਰ ਜਿਹੜੇ ਮਿਨਰਲਸ ਨੇ ਜਾਂ ਪ੍ਰੋਪਰ ਜਿਹੜੀ ਡਾਈਟ ਹੈ ਉਹ ਨਹੀਂ ਮਿਲ ਪਾਂਦੀ। ਸੋ ਉਹਦੇ ਲਈ ਹਮੇਸ਼ਾ ਮੈਂ ਕਹਿੰਦਾ ਕਿ ਡੈਫੀਨਿਟਲੀ ਡਾਈਟੀਸ਼ਨ ਨਾਲ ਸਲਾਹ ਕਰੋ ਤਾਂ ਕਿ ਉਹਨੂੰ ਜਿਹੜੀ ਬੇਸਿਕਸ ਉਹਦੀਆਂ ਚੀਜ਼ਾਂ ਦੀ ਨੀਡ ਹੈ ਬਾਡੀ ਨੂੰ ਉਹ ਸਾਰੀਆਂ ਮਿਲ ਪਾਂ। ਉਹਦੇ ਅੱਜ ਕੱਲ੍ਹ ਇਹੀ ਆਲਟਰਨੇਟ ਨੇ ਅਗਰ ਬੱਚਾ ਨਹੀਂ ਖਾਂਦਾ ਤੇ ਸਾਨੂੰ ਥਰੂ ਸਪਲੀਮੈਂਟ ਦੇਣਾ ਪੈਂਦਾ। ਸੋ ਅੱਜ ਕੱਲ੍ਹ ਗਮੀਜ਼ ਆ ਗਈਆਂ ਨੇ, ਚੀਜ਼ਾਂ ਆ ਗਈਆਂ ਨੇ ਪਰ ਉਹ ਪੇਰੈਂਟਸ ਨੂੰ ਹਮੇਸ਼ਾ ਕਿਸੇ ਪ੍ਰੋਫੈਸ਼ਨਲ ਦੇ ਨਾਲ ਸਲਾਹ ਕਰਕੇ ਹੀ ਲੈਣੀ ਚਾਹੀਦੀ ਹੈ ਕਿਉਂਕਿ ਕਿਹੜੇ ਮ ਜੀ ਜੀ ਉਸ ਤੋਂ ਇਲਾਵਾ ਹੋਰ ਕੋਈ ਚੀਜ਼ ਜਿਹੜੀ ਧਿਆਨ ਰੱਖਣੀ ਹੋਵੇ ਦੇਖੋ ਜੀ ਮੈਂ ਉਹੀ ਬਾਰ ਬਾਰ ਦੱਸ ਰਿਹਾ ਕਿ ਕੋਈ ਕੋਈ ਏਦਾਂ ਕੋਈ ਕੋਈ ਛੋਟੀ ਮੋਟੀ ਸਪੈਸੀਫਿਕ ਚੀਜ਼ਾਂ ਮੈਂ ਕਹਿ ਰਿਹਾ ਕਿ ਜਿੱਦਾਂ ਡਾਈਟ ਦਾ ਹੋ ਗਿਆ ਕਿ ਕਿਸੇ ਦੇ ਕੈਨ ਤੇ ਕੁਝ ਨਾ ਖਵਾ ਦਿਓ ਡਾਕਟਰ ਕਹਿੰਦੇ ਉਹੀ ਹੈ ਉਸ ਤੋਂ ਇਲਾਵਾ ਹੋਰ ਕੋਈ ਚੀਜ਼ ਕੀ ਜਿੱਦਾਂ ਕਿ ਇੱਕ ਪਾਰਟੀਕੂਲਰ ਚੀਜ਼ ਹੋਵੇ ਕਿ ਅਵੋਇਡ ਕਰੋ ਸਭ ਤੋਂ ਪਹਿਲੀ ਚੀਜ਼ ਕਿ ਆਪਣੇ ਅੰਦਰ ਪੇਸ਼ੈਂਸ ਪਰ ਲੋ ਮੇਰੇ ਬੱਚੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹੂੰ ਉਹ ਉਹ ਅਗਰੈਸਿਵ ਹੋ ਰਿਹਾ ਹੈ ਨਹੀਂ ਕਿ ਤੁਸੀਂ ਵੀ ਅੱਗੋ ਅਗਰੈਸਿਵ ਹੋ ਜਾਓ ਬਹੁਤ ਸਾਰੇ ਪੇਰੈਂਟਸ ਨੇ ਉਹ ਉਹਨਾਂ ਨੂੰ ਅਗਰੈਸਿਵ ਹੋਣ ਤੇ ਉਹਨਾਂ ਨੂੰ ਥੱਪੜ ਮਾਰ ਦਿੰਦੇ ਨੇ ਜਾਂ ਮਾਰ ਦਿੰਦੇ ਨੇ ਹੂੰ ਮੈਂ ਉਹਨਾਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਅਗਰ ਮਾਰਨ ਨਾਲ ਬੱਚਾ ਠੀਕ ਹੋ ਜਾਵੇ ਨਾ ਤੇ ਇੱਕੋ ਦਿਨ ਮਾਰ ਕੇ ਠੀਕ ਕਰ ਲਓ ਫਿਰ ਹੂੰ ਉਹ ਮਾਰਨ ਨਾਲ ਠੀਕ ਨਹੀਂ ਹੋਣਾ ਉਹਨੂੰ ਤੇ ਪਤਾ ਨਹੀਂ ਲੱਗ ਰਿਹਾ ਕਿ ਉਹ ਕੀ ਕਰ ਰਿਹਾ ਪਰ ਤੁਹਾਨੂੰ ਤੇ ਪਤਾ ਹੈ ਮੈਂ ਇੱਥੇ ਆਪਣੀ ਲਾਈਫ ਤੇ ਕਿੰਨੇ ਇਦਾਂ ਦੇ ਇਨਸੀਡੈਂਟਸ ਨੇ ਜਿਹੜੇ ਤੁਹਾਡਾ ਨਾਲ ਸ਼ੇਅਰ ਕਰਾਂਗਾ ਤੇ ਮੈਂ ਤੁਹਾਨੂੰ ਦੱਸਾਂਗਾ ਅੱਜ ਉਹ ਸਾਰੀਆਂ ਚੀਜ਼ਾਂ ਰਿਕਾਲ ਹੁੰਦੀਆਂ ਨੇ ਹਮ ਮਤਲਬ ਬਹੁਤ ਵੈਸੇ ਤੇ ਮੈਂ ਕਦੀ ਵੀ ਨਹੀਂ ਮਾਰਦਾ ਬਹੁਤ ਘੱਟ ਪਰ ਇੱਕ ਵਾਰੀ ਮੈਂ ਵੀ ਗੁੱਸੇ ਚ ਆ ਕੇ ਉਹਨੇ ਇੱਕ ਥੱਪੜ ਮਾਰ ਦਿੱਤਾ ਹਮ ਸੋ ਮੇਰੀ ਵਾਈਫ ਨੇ ਮੈਨੂੰ ਮੈਸੇਜ ਦਿੱਤਾ ਉਹ ਉਦੋਂ ਕਹਿੰਦੇ ਨੇ ਕਿ ਯਾਰ ਅੱਜ ਤੇ ਮਾਰ ਦਿੱਤਾ ਅੱਜ ਤੋਂ ਬਾਅਦ ਮੇਰੇ ਪੁੱਤਰ ਨੂੰ ਮਾਰਿਓ ਨਾ ਹਮ ਕਿਉਂਕਿ ਇਲਾਜ ਦੀ ਲੋੜ ਤੁਹਾਨੂੰ ਹੈ ਇਹਨੂੰ ਨਹੀਂ ਹਮ ਕਿਉਂਕਿ ਉਹਨੂੰ ਤੇ ਨਹੀਂ ਪਤਾ ਉਹ ਕੀ ਕਰ ਰਿਹਾ ਤੁਹਾਨੂੰ ਤੇ ਪਤਾ ਹੈ ਉਤੇ ਉਲਟਾ ਕੀ ਹੁੰਦਾ ਹੈ ਕਿ ਬੱਚਾ ਆਪਣੇ ਆਪ ਨੂੰ ਕਈ ਵਾਰੀ ਨਾ ਸਪੀਚ ਹੋਣ ਦੀ ਵਜ੍ਹਾ ਨਾਲ ਨਾ ਚੀਜ਼ਾਂ ਨੂੰ ਹੋਣ ਵਜ੍ਹਾ ਨਾਲ ਨਾ ਤੁਸੀਂ ਨਹੀਂ ਸਮਝਣ ਦੀ ਵਜ੍ਹਾ ਨਾਲ ਆਪਣੇ ਆਪ ਨੂੰ ਐਕਸਪ੍ਰੈਸ ਕਰ ਰਿਹਾ ਹੁੰਦਾ ਹੈ ਪਰ ਅਸੀਂ ਉਹਨੂੰ ਹਮੇਸ਼ਾ ਉਲਟੇ ਵੇਲਾ ਜਾਂਦੇ ਹਾਂ ਪਹਿਲਾਂ ਉਹੀ ਆਪ ਦਾ ਅਸੀਂ ਪਾਈਆਂ ਹੁੰਦੀਆਂ ਨੇ ਕਿਉਂਕਿ ਅਸੀਂ ਉਸ ਵੇਲੇ ਆਪਣੇ ਕੰਫਰਟ ਨੂੰ ਦੇਖ ਰਹੇ ਹਾਂ ਮੇਰੀ ਭੈਣ ਦਾ ਫੋਨ ਆ ਗਿਆ ਮੇਰੀ ਮੰਮੀ ਦਾ ਫੋਨ ਆ ਗਿਆ ਮੈਂ ਆਪਣੇ ਇੰਜੋਏਮੈਂਟ ਲਈ ਬਿਜ਼ੀ ਹਾਂ ਮੈਂ ਉਹਨੂੰ ਫੋਨ ਫੜਾ ਦਿੱਤਾ ਅੱਜ ਤਾਂ ਅੱਜ ਅਸੀਂ ਨਹੀਂ ਦੇਣਾ ਜਦੋਂ ਮੰਗ ਰਿਹਾ ਬਿਹੇਵੀਅਰ ਕਰ ਰਿਹਾ ਤੇ ਫਿਰ ਅਸੀਂ ਐਗਰੈਸਿਵ ਹੋ ਰਹੇ ਹਾਂ ਸੋ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਪੇਰੈਂਟ ਨੂੰ ਸਮਝਣੀਆਂ ਪੈਣੀਆਂ ਸਭ ਤੋਂ ਪਹਿਲਾ ਮੈਸੇਜ ਮੈਸੇਜ ਹੈ ਕਿ ਜੇ ਮੇਰੇ ਬੱਚੇ ਦੇ ਨਾਲ ਸਪੈਸ਼ਲ ਲੱਗ ਰਿਹਾ ਨਾ ਤੇ ਤੁਹਾਡੇ ਨਾਲ ਵੀ ਸਪੈਸ਼ਲ ਲੱਗ ਰਿਹਾ ਤੁਸੀਂ ਵੀ ਇੱਕ ਸਪੈਸ਼ਲ ਪੇਰੈਂਟ ਹੋ ਸੋ ਜੇ ਅਗਰ ਸਪੈਸ਼ਲ ਹੋ ਨਾ ਤੇ ਫਿਰ ਆਪਣੇ ਪੇਸ਼ੈਂਸ ਨੂੰ ਕੰਟਰੋਲਡ ਕਰੋ ਆਪਣੇ ਅੰਦਰ ਇੱਕ ਪੇਸ਼ੈਂਸ ਭਰੋ ਕਿ ਮੈਂ ਉਸ ਬੱਚੇ ਦੇ ਨਾਲ ਕੰਮ ਕਰਨਾ ਹੈ ਔਰ ਉਹਨੂੰ ਸਿਰਫ ਇਸ ਵੇਲੇ ਪੇਸ਼ੈਂਸ ਔਰ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਸੋ ਉਸ ਪੇਸ਼ੀਐਂਸ ਔਰ ਪਿਆਰ ਦੇ ਨਾਲ ਤੁਸੀਂ ਉਸ ਬੱਚੇ ਨੂੰ ਬਹੁਤ ਹੱਦ ਤੱਕ ਬਿਹਤਰ ਕਰ ਸਕਦੇ ਹੋ ਮੈਂ ਜਨਰਲੀ ਗੱਲ ਕਰਦਾ ਕਿ ਆਟਿਜ਼ਮ ਨੂੰ ਸੰਭਾਲਿਆ ਜਾ ਸਕਦਾ ਹੈ ਪਿਆਰ ਔਰ ਸਹਿਯਮ ਦੇ ਨਾਲ ਜੀ ਜੇ ਤੁਸੀਂ ਆਪਣੇ ਅੰਦਰ ਪੇਸ਼ੀਐਂਸ ਨਹੀਂ ਰੱਖ ਰਹੇ ਨਾ ਤੁਸੀਂ ਇੱਕ ਚੀਜ਼ ਨੂੰ ਸਮਝਣਾ ਅਸੀਂ ਮੰਦਰ ਗੁਰਦੁਆਰੇ ਜਾਂਦੇ ਹਾਂ ਮੈਂ ਮੈਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰ ਰਿਹਾ ਤੁਹਾਨੂੰ ਉਹ ਚੀਜ਼ ਕੰਪੈਰੀਜ਼ਨ ਨਹੀਂ ਦੱਸ ਰਿਹਾ ਪਰ ਮੈਂ ਦੱਸਦਾ ਜਿਵੇਂ ਜਿਵੇਂ ਤੁਸੀਂ ਇੱਕ ਰਿਸਪੌਂਸਿਬਿਲਟੀਜ਼ ਵਧਦੀਆਂ ਨਾ ਉਦੋਂ ਉਦੋਂ ਸਾਡੇ ਅੰਦਰ ਪਾਵਰ ਸਾਨੂੰ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਕੀ ਕਰਨਾ ਹੈ ਜੇ ਤੁਹਾਡੇ ਨਾਲ ਆ ਸਪੈਸ਼ਲ ਜੁੜ ਗਿਆ ਨਾ ਤੇ ਤੁਸੀਂ ਸਮਝੋ ਕਿ ਤੁਹਾਡੀ ਇੱਕ ਪਦਵੀ ਉੱਚੀ ਹੋ ਗਈ ਹੈ ਜਦੋਂ ਪਦਵੀ ਉੱਚੀ ਹੋ ਗਈ ਹੈ ਨਾ ਤੇ ਫਿਰ ਹਰ ਚੀਜ਼ ਸੋਚ ਸਮਝ ਕੇ ਕੀਤੀ ਜਾਂਦੀ ਹੈ ਨਾ ਸੋ ਫਿਰ ਅਸੀਂ ਆਪਣੇ ਬੱਚੇ ਵਰੀ ਉਹ ਪੇਸ਼ੈਂਸ ਕਿਦਾਂ ਗਵਾ ਦਿੰਨੇ ਆ ਜੀ ਕਿਦਾਂ ਅਸੀਂ ਸੋਚਦੇ ਹਾਂ ਕਿ ਨਹੀਂ ਨਹੀਂ ਮੈਂ ਉਹਨੂੰ ਮਾਰੂੰਗਾ ਤੇ ਉਹ ਚੁੱਪ ਕਰ ਜਾਏਗਾ ਜਾਂ ਇਹ ਕੋਈ ਰੋਬੋਟ ਨਹੀਂ ਹੈ ਜੀ ਇਹ ਕੰਮ ਉਦੋਂ ਹੋਣਾ ਜਦੋਂ ਉਹਦੇ ਨਾਲ ਇੱਕ ਕੌਨਫੀਡੈਂਸ ਇੱਕ ਬੌਂਡ ਬਣੇਗਾ ਜਦੋਂ ਉਹਦੇ ਨਾਲ ਇੱਕ ਉਹਨੂੰ ਫੀਲਿੰਗ ਆਏਗੀ ਉਦੇ ਨਾਲ ਤੁਹਾਨੂੰ ਬੱਚੇ ਨਾਲ ਬੱਚਾ ਬੰਨਣਾ ਪਏਗਾ ਪਹਿਲਾਂ ਉਹਨੂੰ ਇਹ ਰਿਲੇਅ ਕਰਵਾਉਣਾ ਪਏਗਾ ਕਿ ਤੁਸੀਂ ਉਹਦੇ ਕੋ ਸਭ ਤੋਂ ਬੈਸਟ ਪਰਸਨ ਹੋ ਜਿਹੜੇ ਕਿ ਉਹਨੂੰ ਸਮਝ ਪਾ ਰਹੇ ਹੋ ਜੀ ਭਾਜੀ ਮੈਂ ਇਹਦੇ ਚ ਕੀ ਕੁਐਸਚਨ ਕਰਦਾ ਅਸੀਂ ਉੱਥੇ ਜਾਣਾ ਕਿਉਂ ਪਸੰਦ ਕਰਦੇ ਹਾਂ ਜਿੱਥੇ ਕੰਫਰਟੇਬਲ ਮਾਹੌਲ ਹੁੰਦਾ ਹੈ ਜਾਂ ਸਾਨੂੰ ਸਮਝਿਆ ਜਾਂਦਾ ਕੋਈ ਵਧੀਆ ਲੱਗਦਾ ਮੇਰਾ ਬੱਚਾ ਵੀ ਇਹੀ ਕਹਦਾ ਹੁੰਦਾ ਇੱਥੇ ਕੀ ਹੈ ਪੇਰੈਂਟਸ ਨਾ ਹਰ ਡਿਸੀਜਨ ਉਸ ਬੱਚੇ ਦੇ ਉੱਤੇ ਥੋਪਦਾ ਜੀ ਅਸੀਂ ਕੀ ਕਰਦੇ ਹਾਂ ਸਾਡਾ ਮਨ ਕਰਦਾ ਅਸੀਂ ਕਹਿੰਨੇ ਉਹਨੂੰ ਐਦਾਂ ਫੜਿਆ ਤੇ ਇਸ ਕਮਰੇ ਚ ਬੈਠ ਜਾ ਮੈਂ ਤੋ ਤੁਸੀਂ ਹੋ ਮੈਂ ਉਸ ਪੇਰੈਂਟਸ ਨੂੰ ਕੁਐਸਚਨ ਕਰਨਾ ਚਾਹਨਾ ਕਿ ਤੇ ਤੁਹਾਡਾ ਬੈਠਣ ਨੂੰ ਦਿਲ ਨਹੀਂ ਕਰਦਾ ਮੈਂ ਤੁਹਾਨੂੰ ਜ਼ਬਰਦਸਤੀ ਫੜ ਕੇ ਉੱਥੇ ਬਿਠਾਦਾ ਫਿਰ ਕੀ ਕਰਦੇ ਹੋ ਜੀ ਬਿਹੇਵੀਅਰ ਬਸ ਇਹ ਵੈ ਕਿ ਸਾਨੂੰ ਬੋਲ ਕੇ ਦੱਸਣਾ ਆਂਦਾ ਹੈ ਕਿ ਮੇਰਾ ਇੱਥੇ ਬੈਠਣ ਨੂੰ ਦਿਲ ਨਹੀਂ ਕਰ ਰਿਹਾ ਤੇ ਮੇਰੇ ਬੱਚੇ ਨੂੰ ਨਹੀਂ ਦੱਸਣਾ ਆਂਦਾ ਜੀ ਸੋ ਇਹਦੇ ਕਰਕੇ ਉਹਦੀ ਡਿਸੀਜਨ ਪਾਵਰ ਖਤਮ ਜੀ ਸਾਡਾ ਡਿਸੀਜਨ ਉੱਤੇ ਥੋਪਦਾ ਮੇਰਾ ਦਿਲ ਕੀਤਾ ਤੇ ਮੈਂ ਇੱਕਦਮ ਹੀ ਉਹਦੇ ਹੱਥੋਂ ਫੋਨ ਖੋਲਿਆ ਪਹਿਲਾਂ ਜਿਹੜੀ ਆਦਤ ਖੁਦ ਪਾਈ ਹੈ ਜੀ ਅੱਜ ਮੈਂ ਖੋਲਿਆ ਮੈਂ ਤੁਹਾਡੇ ਕੋਲ ਬੈਠਾ ਮੈਂ ਤੁਹਾਡਾ ਫੋਨ ਲੈ ਕੇ ਭੱਜ ਜਾਵਾਂ ਤੁਸੀਂ ਕੀ ਕਰੋਗੇ ਔਰ ਇਹੀ ਮੈਂ ਤੁਹਾਨੂੰ ਦੱਸ ਕੇ ਕਹਾਂ ਕਿ ਭਾਜੀ ਕਮਿਊਨਿਟੀ ਲਈ ਮੈਂ ਤੁਹਾਡਾ ਫੋਨ ਲੜਦਾ ਤਾਂ ਤੁਹਾਡੇ ਐਕਸਪ੍ਰੈਸ਼ਨ ਅਲੱਗ ਹੋਣਗੇ ਬਿਨਾਂ ਦੱਸੇ ਚੁੱਕੇ ਭੱਜਾਂਗਾ ਤਾਂ ਐਕਸਪ੍ਰੈਸ਼ਨ ਅਲੱਗ ਹੋਣਗੇ ਇੱਥੇ ਵੀ ਇਹੀ ਹੈ ਅਸੀਂ ਉਸ ਬੱਚੇ ਦੀ ਫੀਲਿੰਗ ਦੀ ਜਾਂ ਚੀਜ਼ ਦੀ ਕੋਈ ਰਿਸਪੈਕਟ ਨਹੀਂ ਕਰਦੇ ਅਸੀਂ ਉਹਦੇ ਕੋਲੋਂ ਇੱਕਦਮ ਹੀ ਚੀਜ਼ ਫੜਾਣੇ ਇੱਕਦਮ ਹੀ ਖਿੱਚ ਲੈਣੇ ਉਹਦੇ ਬ੍ਰੇਨ ਤੱਕ ਮੈਸੇਜ ਗਿਆ ਹੀ ਨਹੀਂ ਕਿ ਉਹਦੇ ਨਾਲ ਕੀ ਹੋਣ ਲੱਗਾ ਜਦੋਂ ਤੁਹਾਡੇ ਨਾਲ ਵੀ ਕੋਈ ਚੀਜ਼ ਅਚਾਨਕ ਹੋ ਜੇਗੀ ਨਾ ਭਾਜੀ ਤੁਹਾਨੂੰ ਬਹੁਤ ਗੁੱਸਾ ਆਏਗਾ ਜੀ ਸਹੀ ਗੱਲ ਹੈ ਜਰਨਲ ਜੀ ਚੀਜ਼ ਨੂੰ ਸਮਝਣਾ ਮੈਂ ਜਿਹੜੀਆਂ ਐਗਜ਼ਾਮਪਲਸ ਦੇ ਰਿਹਾ ਹਾਂ ਮੈਂ ਮੈਂ ਮੇਰੇ ਅਗਰ ਕੋਈ ਕਮਰੇ ਦੇ ਵਿੱਚ ਰੂਮ ਚ ਮੇਰਾ ਕੋਈ ਕੰਫਰਟੇਬਲ ਪਲੇਸ ਹੈ ਨਾ ਜਿੱਥੇ ਮੈਂ ਆਪਣੀ ਹਰ ਚੀਜ਼ ਨੂੰ ਰੱਖਦਾ ਵਾਂ ਤੇ ਮੈਨੂੰ ਜਦੋਂ ਜ਼ਰੂਰ ਲੋੜ ਪੈਂਦੀ ਤੇ ਮੈਂ ਉਹਨੂੰ ਖੋਲਾਂ ਤੇ ਉਹਦੇ ਅੰਦਰ ਨਹੀਂ ਮਿਲੇਗੀ ਤੇ ਮੈਨੂੰ ਵੀ ਗੁੱਸਾ ਆਉਣਾ ਸਵਾਭਿਕ ਹੈ ਇਦਾਂ ਹੀ ਮੇਰੇ ਬੱਚੇ ਹਨ ਉਹਨਾਂ ਨੇ ਆਪਣੀ ਇੱਕ ਚੀਜ਼ ਬਣਾਈ ਹੈ ਜਦੋਂ ਉਹਨਾਂ ਨੂੰ ਉਹ ਚੀਜ਼ ਉਸ ਤਰੀਕੇ ਦੇ ਨਾਲ ਨਹੀਂ ਮਿਲਦੀ ਹੈ ਉਦੋਂ ਉਹਨਾਂ ਨੂੰ ਵੀ ਗੁੱਸਾ ਆਉਂਦਾ ਹੈ ਜੀ ਸੋ ਮੈਂ ਕਹਿੰਦਾ ਕਿ ਮੈਂ ਘਰ ਆ ਕੇ ਕਹਾਂ ਮੇਰੀ ਰੂਟੀਨ ਦੀ ਸਲੀਪਰ ਮੈਨੂੰ ਨਹੀਂ ਲੱਭਦੀ ਤੇ ਅਸੀਂ ਉਹਦੇ ਜੀ ਪਰੇਸ਼ਾਨ ਹੋ ਜਾਂਦੇ ਆ ਤੇ ਜਦੋਂ ਉਹਨੂੰ ਨਹੀਂ ਲੱਭੇਗੀ ਉਹਦੀ ਮਤਲਬ ਦੀ ਚੀ ਤੇ ਉਹ ਕਿਉਂ ਨਹੀਂ ਪਰੇਸ਼ਾਨ ਹੋਏਗਾ बिकॉज ਸਿਰਫ ਇੱਥੇ ਪ੍ਰੋਬਲਮ ਕੀ ਹੈ ਕਿ ਉਹਨੂੰ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਨਹੀਂ ਆਂਦਾ ਸਾਡੇ ਚੋਂ ਉਹਨਾਂ ਚ ਫਰਕ ਪਤਾ ਕੀ ਹੈ ਸਾਨੂੰ ਆਪਣੀ ਲਿਮਿਟਸ ਪਤਾ ਨਹੀਂ ਸਾਨੂੰ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਆਂਦਾ ਵੈ ਸਾਨੂੰ ਇਹ ਪਤਾ ਹੈ ਕਿ ਅਸੀਂ ਕਿੱਥੇ ਐਕਸਪ੍ਰੈਸ ਕਰਨਾ ਹੈ ਬਸ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਮੇਰੀ ਲਿਮਿਟ ਕੀ ਹੈ ਔਰ ਮੈਂ ਕਿੱਥੇ ਐਕਸਪ੍ਰੈਸ ਕਰਨਾ ਹੈ ਇਹੀ ਤੇ ਉਹਨੂੰ ਸਿਖਾਣਾ ਹੈ ਜੀ ਐਗਜੈਕਟ ਇਹੀ ਤੇ ਉਹਦਾ ਪਾਰਟ ਹੈ ਕਮਿਊਨੀਕੇਸ਼ਨ ਔਰ ਬਿਹੇਵੀਅਰ ਫਿਰ ਸੋ ਜਦੋਂ ਇਹ ਸਾਰੀਆਂ ਚੀਜ਼ਾਂ ਉਹਦੇ ਨਾਲ ਫਾਈਨ ਟਿਊਨ ਹੋ ਜਾਂਦੀ ਨਾ ਤੁਸੀਂ ਦੇਖੋ ਉਹਦਾ ਐਗਰੈਸ਼ਨ ਵੀ ਕਿੰਨਾ ਘਟ ਜਾਂਦਾ ਹੈ ਜੀ ਲਤੇਸ਼ ਜੀ ਇਹ ਤੇ ਇੱਕ ਚੀਜ਼ ਹੋਰ ਦੇਣਾ ਚਾਹਣਾ ਮੇਰੇ ਬਹੁਤ ਸਾਰੇ ਇਦਾਂ ਦੇ ਪੇਰੈਂਟਸ ਨੇ ਜਿਨ੍ਹਾਂ ਦੀ ਬੱਚਿਆਂ ਦੀ ਏਜ 5 ਸਾਲ ਤੋਂ ਉੱਪਰ ਚਲੀ ਗਈ ਹੈ 6 ਸਾਲ ਤੋਂ ਉੱਪਰ ਚਲੀ ਗਈ ਹੈ 8 ਸਾਲ ਤੇ ਪਹੁੰਚ ਗਏ ਨੇ ਉਹ ਵਿਚਾਰੇ ਥੱਕ ਜਾਂਦੇ ਨੇ ਜੀ ਉਹ ਉਹੀ ਗਲਤੀ ਕਰਦੇ ਨੇ ਜਿਹੜੀ ਮੈਂ ਕੀਤੀ ਉਹ ਅੱਜ ਤੱਕ ਵੀ ਨਾ ਸਿਰਫ ਪਰਫੈਸ਼ਨਲਸ ਤੇ ਡਿਪੈਂਡ ਹੈਗੇ ਹੂੰ ਇਹ ਸਭ ਤੋਂ ਵੱਡੀ ਕਾਮਨ ਪ੍ਰੋਬਲਮ ਚੱਲ ਰਹੀ ਹੈ ਅੱਜ ਦੇ ਟਾਈਮ 'ਚ ਕਿਉਂਕਿ ਕੰਮ ਕਰਨਾ ਔਖਾ ਸੋ ਜੇ ਉਹ ਖਾ ਉਹਦਾ ਮਤਲਬ ਮੈਂ ਆਪਣਾ ਬੱਚਾ ਨਹੀਂ ਛੱਡ ਸਕਦਾ ਨਾ ਯਾਰ ਜੀ ਸੋ ਉਹ ਫਿਰ ਉਹ ਥੈਰੇਪੀ ਸੈਂਟਰ ਤੋਂ ਵੀ ਫੈਡ ਅਪ ਨੇ ਜੀ ਔਰ ਉਹ ਪ੍ਰੋਫੈਸ਼ਨਲਸ ਤੋਂ ਵੀ ਫੈਡ ਅਪ ਨੇ ਜੀ ਕਿਉਂ ਉਹਨਾਂ ਨੂੰ ਲੱਗਦਾ ਮੈਂ ਸਾਲਾਂ ਸਾਲ ਉਹਨਾਂ ਨਾਲ ਕਮਿਊਨੀਕੇਟ ਕਰ ਲਿਆ ਕੁਝ ਨਹੀਂ ਹੋਇਆ ਉਹ ਕਿਦਾਂ ਹੋਏਗਾ ਪਰ ਉਹ ਕਿਤੇ ਨਾ ਕਿਤੇ ਇਹ ਕਹਿ ਸਕਦੇ ਹੋ ਕਿ ਜਿਹੜੀ ਆਪਣੀ ਗਲਤੀਆਂ ਨੇ ਜੋ ਉਹ ਕਰ ਸਕਦੇ ਸਹੀ ਉਹ ਕਿਸੇ ਹੋਰ ਤੇ ਬਲੇਮ ਲਾ ਕੇ ਆਪ ਨੂੰ ਸੰਤੁਸ਼ਟੀ ਦੇ ਰਹੇ ਮੈਂ ਤਾਂ ਸਭ ਕਿਤੇ ਕਿ ਮੈਂ ਤੇ 1 ਸਾਲ ਸੈਂਟਰ ਗਿਆ ਜੀ ਮੇਰੇ ਬੱਚੇ 'ਚ ਫਰਕ ਨਹੀਂ ਆਇਆ ਮੈਂ ਇੰਨੇ ਪੈਸੇ ਲਗਾਤੇ ਕੁਝ ਨਹੀਂ ਆਏ ਮੈਂ ਪੈਸੇ ਅਜ ਤੱਕ ਖਰਚੇ ਮੇਰੇ ਬੱਚੇ 'ਚ ਫਰਕ ਨਹੀਂ ਆਇਆ ਜੀ ਮੇਰੇ ਕੋਲ ਬਹੁਤ ਪੇਰੈਂਟਸ ਆ ਕੇ ਕੰਪਲੇਂਟ ਵੀ ਕਰ ਦਿੰਨੇ ਜੀ ਐਨਾ ਜੀ ਅਸੀਂ ਬਾਹਰ ਜੰਨੇ ਉੱਥੇ ਬਿਹੇਵੀਅਰ ਕਰਦਾ ਐਨਾ ਕਰ ਕੋਈ ਆ ਜਾਂਦਾ ਉੱਥੇ ਬਿਹੇਵੀਅਰ ਕਰਦਾ ਸੋ ਐਨਾ ਸਾਡੀ ਗੱਲ ਨੂੰ ਸੁਣਦਾ ਨਹੀਂ ਹੈ ਇਹ ਆਪਣੀ ਮਰਜ਼ੀ ਨਾਲ ਚੀਜ਼ਾਂ ਤੋੜਦਾ ਫੋੜਦਾ ਇਹ ਕਰਦਾ ਹੈ ਉਹ ਕਰਦਾ ਹੈ ਪਰ ਕਿਸੇ पेरेंट्स ਨੇ ਅਜ ਤੱਕ ਆ ਕੇ ਇਹ ਨਹੀਂ ਦੱਸਿਆ ਕਿ ਮੈਂ ਕੀ ਕਰਦਾ ਜੀ ਸੋ ਉਹੀ ਹੈ ਕਿ ਅਸੀਂ ਸਿਰਫ ਉਹ ਸਾਰੇ ਬਲੇਮ ਨਾ ਕਿਉਂਕਿ ਮੇਰਾ ਬੱਚਾ ਲੇਬਲਡ ਹੈ ਜੀ ਉਹਨੇ ਕੁਝ ਕਹਿਣਾ ਨਹੀਂ ਹੈ ਉਹਦੇ ਤੇ ਮੜ ਦਿਓ ਔਰ ਉਹਨੂੰ ਕਰ ਦਿਓ ਜੀ ਰਗੋ ਜੀ ਆਪਾਂ ਇਹਦੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੋ ਤੁਹਾਡਾ ਇਨੀਸ਼ੀਏਟਿਵ ਹੈ ਹਨਾ ਕਿ ਤੁਸੀਂ ਇੱਕ ਸੈਂਟਰ ਤੁਸੀਂ ਚਲਾ ਰਹੇ ਹੋ ਜੇ ਤੁਸੀਂ ਆਟਿਸਟਿਕ ਬੱਚਾ ਦੀ ਹੈਲਪ ਕਰ ਰਹੇ ਹੋ ਐਂਡ ਆਬਵੀਅਸਲੀ ਜੋ ਤੁਹਾਡੇ ਇਹਨਾਂ ਸਾਲਾਂ ਦਾ ਐਕਸਪੀਰੀਅੰਸ ਹੈ ਉਹ ਤੋਂ ਸੇ ਹੁਣ ਪਲੇ ਦੇ ਵਿੱਚ ਲੈ ਕੇ ਆ ਰਹੇ ਹੋ ਐਂਡ ਪੇਰੈਂਟਸ ਨੂੰ ਗਾਈਡ ਕਰ ਰਹੇ ਹੋ ਥੋੜਾ ਜਿਹਾ ਸਮਝਾਓਗੇ ਕਿ ਕਿਵੇਂ ਮਤਲਬ ਇੱਕ ਤਾਂ ਤੁਸੀਂ ਆਲਰੇਡੀ ਹੈਗੇ ਹੋ ਪੇਰੈਂਟ ਹੈਗੇ ਹੋ ਇੱਕ ਸਪੈਸ਼ਲ ਚੈਲੰਜ ਦੇ ਉਸ ਤੋਂ ਬਾਅਦ ਇੱਕ ਤਾਂ ਆਲਰੇਡੀ ਇਹ ਬਹੁਤ ਜ਼ਿਆਦਾ ਐਫਰਟ ਮੰਗਦਾ ਕਿਉਂਕਿ ਤੁਸੀਂ ਤੁਹਾਡੇ ਤੁਹਾਨੂੰ ਪਤਾ ਲੱਗ ਗਿਆ ਕਿ ਜੇ ਮੈਂ ਇਹਦੇ ਅਗਲੇ 7-8 ਸਾਲ ਹੋਰ ਮੈਂ ਤੇ ਫੋਕਸ ਕਰ ਲਾਂਗਾ ਤਾਂ ਫਿਰ ਉਸ ਤੋਂ ਬਾਅਦ ਮੇਰੇ ਤੋਂ ਬਿਨਾ ਵੀ ਇੱਕ ਅੱਛੀ ਲਾਈਫ ਜੀ ਸਕਦਾ ਜੀ ਔਰ ਮੈਨੂੰ ਲੱਗਦਾ ਹਰ ਪੇਰੈਂਟ ਦਾ ਮੁੱਦਾ ਹੀ ਇਹੀ ਹੈ ਕਿ ਮੇਰੇ ਦੁਨੀਆ ਤੋਂ ਜਾਣ ਤੋਂ ਬਾਅਦ ਇਹ ਬੱਚਾ ਮੇਰਾ ਨਾਮ ਅੱਗੇ ਕਰੇ ਔਰ ਵਧੀਆ ਲਾਈਫ ਜੀਏ ਇਹੀ ਚੱਲ ਰਿਹਾ ਹੈ ਤੁਹਾਡਾ ਵੀ ਆਹੀ ਥੋਟ ਚੱਲ ਰਿਹਾ ਪਰ ਇਸ ਥੋਟ ਦੇ ਵਿੱਚ ਫਿਰ ਤੁਸੀਂ ਨਾਲ ਇਹ ਵੀ ਸੋਚਿਆ ਕਿ ਮੈਂ ਆਪਣਾ ਇੱਕ ਸੈਂਟਰ ਚਲਾਉਣਾ ਚਾਹੁੰਦਾ ਤਾਂ ਇਹਦੇ ਪਿੱਛੇ ਕੋਈ ਇੱਕ ਵੱਡੀ ਰੀਜ਼ਨ ਹੀ ਰਿਹਾ ਹੋਵੇਗਾ ਲੇਟੇ ਜੀ ਇਹਨਾਂ ਮੈਂ ਸੋਚਿਆ ਹੀ ਨਹੀਂ ਹੈ ਮੈਂ ਹੋਈ ਕਹਿਣਾ ਅੱਜ ਨਾ ਬਸ ਹੈ ਮੇਰਾ ਮੇਰੀ ਵਾਵਾ ਲੁੱਟ ਰਿਹਾ ਮੈਂ ਜਦ ਕਿ ਇਹਦੇ ਪਿੱਛੇ ਮੈਂ ਹਾਂ ਹੀ ਨਹੀਂ ਆ ਇਹਦੇ ਪਿੱਛੇ ਐਚਚੁਅਲ ਰੀਅਲ ਹੀਰੋ ਕੋਈ ਹੋ ਰਹੀ ਹੈ ਉਹਨੇ ਨਦੀ ਸੇਮ ਦੀ ਮਦਰ ਮੇਰੇ ਵਾਈਫ ਜੀ ਸੋ ਇਨੀਸ਼ੀਏਟਿਵ ਉਹਨਾਂ ਨੇ ਲਿਆ ਸੀ ਇਫ ਇਹ ਰਹੀ ਤੁਹਾਡੇ ਵਾਲਾ ਕੁਐਸਚਨ ਹੈ ਕਿ ਹਰ ਇੱਕ ਦੀ ਇੱਕੋ ਹੀ ਇਨਸਿਕਿਉਰਿਟੀ ਵਟ ਆਫਟਰ ਮੀ ਮੇਰੇ ਬਾਅਦ ਕੀ ਹਮ ਮੇਰੇ ਬਾਅਦ ਮੇਰਾ ਬੱਚਾ ਕੌਣ ਸੋ ਕਿਉਂਕਿ ਮੈਂ ਇੱਕ ਨਾ ਬੜਾ ਹੀ ਨਲਾਕ ਜਿਹਾ ਫਾਦਰ ਹਾਂ ਜਿਨੇ ਕਦੀ ਆਪਣੇ ਬੱਚੇ ਨੂੰ ਸਮਾਂ ਦਿੱਤਾ ਹੀ ਨਹੀਂ ਸੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਮੈਂ ਕਿਉਂ ਇੱਥੇ ਬੈਠਾ ਹਾਂ ਮੈਂ ਉਹੀ ਕਹਿ ਰਿਹਾ ਹਾਂ कि ਜਿਹੜੀ ਗਲਤੀ ਮੇਰੇ ਕੋਲੋਂ ਹੋ ਗਈ ਨਾ ਉਹ ਹੋਰ ਨਾ ਕਰਨ ਹੂੰ ਸੋ ਮੈਂ ਆਪਣੇ ਬੱਚੇ ਨੂੰ ਸਮਾਂ ਹੀ ਨਹੀਂ ਦਿੱਤਾ ਮੈਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਹੀ ਨਹੀਂ ਕੀਤਾ ਜੀ ਉਹਨਾਂ ਨੂੰ ਇਹ ਸੈਂਟਰ ਦਾ ਬੋਨ ਵੀ ਇੱਕ ਇਨਸਿਕਿਉਰਟੀ ਹੈ ਉਹ ਇਨਸਿਕਿਉਰਟੀ ਉਹੀ ਹੈ ਕਿ ਯਾਰ ਕਿਉਂਕਿ ਤੈਨੂੰ ਤੇ ਪਤਾ ਹੀ ਨਹੀਂ ਕਿ ਬੱਚੇ ਦੇ ਨਾਲ ਕਰਨਾ ਕੀ ਹੈ ਕੱਲ ਨੂੰ ਕਿਵੇਂ ਕਰੇਗਾ ਹੂੰ ਜਦੋਂ ਨਿਧੀ ਦਾ ਕੈਂਸਰ ਡਾਇਗਨੋਸ ਹੋ ਗਿਆ ਸੀ ਨਾ ਉਸ ਤੋਂ ਬਾਅਦ ਉਹਦੀ ਸੋਚ ਹੀ ਬਦਲ ਗਈ ਸੀ ਉਹ ਕਹਿੰਦੀ ਸੀ ਬਾਬਾ ਜੀ ਮੈਨੂੰ ਲਾਈਫ ਦਿਓ ਮੈਂ ਇਹਨਾਂ ਬੱਚਿਆਂ ਵਾਸਤੇ ਕੁਝ ਕਰਨਾ ਚਾਹਨੀ ਆ ਕਿਉਂਕਿ ਇਨਸਾਨ ਨੂੰ ਨਾ ਹਮੇਸ਼ਾ ਸਮਝ ਠੋਕਰ ਖਾ ਕੇ ਹੀ ਆਂਦੀ ਹੈ ਉਹ ਕੋਈ ਵੀ ਹੈ ਉਦੋਂ ਉਹਨੂੰ ਵੀ ਲੱਗਣਾ ਸ਼ੁਰੂ ਹੋ ਗਿਆ ਕਿ ਨਹੀਂ ਯਾਰ ਬਾਬਾ ਜੀ ਮਤਲਬ ਮੇਰੇ ਬਾਅਦ ਮੇਰੇ ਬੱਚੇ ਦਾ ਕੀ ਹੋਏਗਾ ਸੋ ਉਸ ਇਨਸਿਕਿਉਰਿਟੀ ਨੇ ਸੈਟਅਪ ਨੂੰ ਜਨਮ ਦਿੱਤਾ ਉਸ ਇਨਸਿਕਿਉਰਿਟੀ ਨੇ ਸੈਟਅਪ ਨੂੰ ਬਣਾਇਆ ਜੀ ਕਿ ਭਾਈ ਮੇਰੇ ਬਾਅਦ ਇਸ ਸੈਂਟਰ ਮੇਰੇ ਬੱਚਿਆਂ ਨੂੰ ਸੰਭਾਲੇਗਾ ਜਾਂ ਮੇਰੇ ਬੱਚੇ ਮੇਰੇ ਬੱਚਿਆਂ ਵਰਗੇ ਹੋਰ ਬੱਚਿਆਂ ਲਈ ਵੀ ਕੰਮ ਕਰੇਗਾ ਜੀ ਸੋ ਉਸ ਇੱਕ ਇਨਸਿਕਿਉਰਟੀ ਨੇ ਨਾ ਇਸ ਸੈਂਟਰ ਨੂੰ ਬਰਤ ਦਿੱਤਾ ਸੀਗਾ ਸੋ ਅੱਜ ਵਾਵਾ ਮੇਰੀ ਹੋ ਰਹੀ ਹੈ ਕਿਉਂਕਿ ਅੱਜ ਇਸ ਸੈਂਟਰ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਫੈਲ ਗਿਆ ਹੈ ਐਡਾ ਵੱਡਾ ਸੈਂਟਰ ਹੈ 1 ਏਕੜ ਦੇ ਵਿੱਚ ਬਣਿਆ ਹੈ ਜਿੱਥੇ ਇਸकी ਇਨਡੋਰ ਆਊਟਡੋਰ ਸਾਰੀ ਫੈਸਿਲਿਟੀਆਂ ਅਵੇਲੇਬਲ ਨੇ ਪੰਜਾਬ ਦੀ ਸਭ ਤੋਂ ਵੱਡੀ ਫੈਕਲਟੀ ਉੱਥੇ ਹੈਗੀ ਹੈ ਸੋ ਸਭ ਕੁਝ ਹੈ ਪਰ ਉਹੀ ਹੈ ਕਿ ਇਹ ਇਨੀਸ਼ੀਏਟਿਵ ਲੈਣ ਵਾਲੀ ਇੱਕ ਮਦਰ ਸੀ ਜਿਹੜੀ ਜੀ ਇੱਕ ਪਿਓਰ ਸੋਲ ਸੀ ਜਿਹਦੀ ਡੈਡੀਕੇਸ਼ਨ ਸੀ ਆਪਣੇ ਉਸ ਬੱਚੇ ਦੇ ਲਈ ਉਹ ਇੰਨੀ ਡੈਡੀਕੇਸ਼ਨ ਸੀ ਸਿਰਫ ਅਸੀਂ ਮਾਰ ਕਿੱਥੇ ਖਾ ਗਏ ਕਿਉਂਕਿ ਉਹਦੇ ਕੋ ਕੋ ਪ੍ਰੋਫੈਸ਼ਨਲ ਗਾਈਡੈਂਸ ਨਹੀਂ ਸੀ ਉਹਦਾ ਮੁੱਦਾ ਹੀ ਸਿਰਫ ਇਹ ਸੀਗਾ ਕਿ ਕੋਈ ਇੱਕ ਐਡਾ ਦਾ ਸੈਂਟਰ ਕਿਉਂਕਿ ਲਿਤੇਸ਼ੀ ਹੈ ਨਾ ਬਹੁਤ ਮਹਿੰਗੀ ਔਰ ਐਕਸਪੈਂਸਿਵ ਫੀਲਡ ਹੈ ਜੀ ਇਹਨੂੰ ਬੇਅਰ ਕਰਨਾ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੁੰਦੀ ਨਹੀਂ ਹੈ ਠੀਕ ਹੈ ਸੋ ਉਹਦਾ ਮੈਸੇਜ ਕੀ ਸੀ ਉਹ ਕਹਿੰਦੀ ਸੀ ਕਿ ਹੁੰਦਾ ਕੀ ਪਿਆ ਜਿਹੜੇ ਤੇ ਪੇਰੈਂਟਸ ਇਸ ਸਾਰੇ ਥੈਰੇਪਿਸਟ ਨੂੰ ਸਾਰੇ ਪੂਰੇ ਇਨਫਰਾ ਨੂੰ ਅਫੋਰਡ ਕਰ ਪਾਉਂਦੇ ਨੇ ਜਾਂ ਅਵੇਲ ਕਰ ਪਾਉਂਦੇ ਨੇ ਉਹ ਆਪਣੇ ਬੱਚੇ ਨੂੰ ਸਮਾਂ ਨਹੀਂ ਦਿੰਦੇ ਜੀ ਔਰ ਜਿਹੜੇ ਸਮਾਂ ਦਿੰਦੇ ਨੇ ਉਹ ਇਹ ਸਾਰੀਆਂ ਸਰਵਿਸਿਜ਼ ਅਫੋਰਡ ਨਹੀਂ ਕਰ ਪਾਉਂਦੇ ਜੀ ਜਿਸ ਦਿਨ ਕੋਈ ਇੱਕ ਇਦਾਂ ਦਾ ਸੈਟਅਪ ਬਣੇ ਕਿ ਜਿਹੜਾ ਅਫੋਰਡੇਬਲ ਵੀ ਹੋਵੇ ਔਰ ਪੇਰੈਂਟਸ ਨੂੰ ਟ੍ਰੇਨਡ ਵੀ ਕਰੇ ਜੀ ਉਸ ਦਿਨ ਬੱਚਿਆਂ ਦੇ ਵਿੱਚ ਬਿਲਕੁਲ ਚੇਂਜ ਆਣਗੇ ਐਂਡ ਉਹ ਹੀ ਤੁਸੀਂ ਪ੍ਰੋਵਾਈਡ ਕਰ ਰਹੇ ਹੋਣ ਅਸੀਂ ਇੱਥੇ ਉਹੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਪੇਰੈਂਟਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ ਜੀ ਉਹਨੂੰ ਉਹਦੇ ਬਜਟ ਦੇ ਹਿਸਾਬ ਨਾਲ ਚੀਜ਼ਾਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰੀਏ ਜੀ ਮੈਂ ਇੱਥੇ ਇੱਕ ਮੈਸੇਜ ਦੇਣਾ ਚਾਹਾਂਗਾ ਮੇਰਾ ਦਿਲ ਕਰਦਾ ਹੈ ਮੈਂ ਸਾਰੀ ਦੁਨੀਆ ਲਈ ਕਰ ਲਾਂ ਪਰ ਮੇਰੀ ਵੀ ਇੱਕ ਲਿਮਿਟਸ ਨੇ ਆਪਣੀਆਂ ਜੀ ਅ ਕਦੀ ਵੀ ਮਤਲਬ ਤੁਸੀਂ ਸਮਝੋ ਕਿ ਇੱਕ ਸੈਲਫ ਸਸਟੇਨੇਬਲ ਮਾਡਲ ਤਾਂ ਬਣਾ ਨਹੀਂ ਪਾਏਗਾ ਉਹ ਸੈਲਫ ਸਸਟੇਨ ਉਹ ਸੈਲਫ ਸਸਟੇਨ ਕਰਵਾਉਣ ਦੇ ਵਾਸਤੇ ਹੀ ਅਸੀਂ ਸਾਰੇ ਸਿਸਟਮ ਨੂੰ ਬਣਾਇਆ ਹੈ ਜੀ ਬਟ ਵੈਸੇ ਵੈਸੇ ਰਘੂ ਜੀ ਮੈਨੂੰ ਪੁੱਛਣਾ ਹੈ ਕਿ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਫੈਕਲਟੀ ਹੈਗੀ ਹੈ ਦੀ ਹੈ ਨਾ ਜੀ ਤੇਰੀ ਕੋਸਟ ਵਗੈਰਾ ਵੀ ਆਉਂਦੀ ਹੋਏਗੀ ਉਹੀ ਤੁਸੀਂ ਬੇਸਿਕਲੀ ਮੈਂ ਸ਼ੋਰ ਕਰ ਰਿਹਾ ਕਿ ਸਾਰਟ ਆਫ ਇੱਕ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਬਣੇ ਜਿਹੜਾ ਜੋ ਪੈਸਾ ਹੈ ਉਹ ਇਹਦੇ ਤੇ ਹੀ ਲੱਗਦਾ ਜਾਏਗਾ ਦੇਖੋ ਲੇਤੇ ਸੀ ਮੈਂ ਕਿਸੇ ਨੂੰ ਕੋਈ ਸਫਾਈਆਂ ਤੇ ਦੇਣਾ ਨਹੀਂ ਚਾਹੁੰਦਾ ਨਾ ਹੀ ਮੈਂ ਕੋਈ ਮੇਰੇ ਨੂੰ ਐਦਾਂ ਦੀ ਹੈ ਕਿ ਮੈਂ ਕਿਸੇ ਨੂੰ ਸਫਾਈ ਦੇਣੀ ਹੈ ਨਹੀਂ ਅਗਰ ਉੱਥੇ ਪੈਸਾ ਲਗਾਇਆ ਤੇ ਮੈਂ ਆਪਣਾ ਖੁਦ ਦਾ ਪੈਸਾ ਲਗਾਇਆ ਹੈ ਜਾਂ ਮੇਰੇ ਨਾਲ ਮੇਰੇ ਕੁਝ ਫਰੈਂਡ ਸਰਕਲ ਨੇ ਜਿਨ੍ਹਾਂ ਨੇ ਥੋੜੀ ਬਹੁਤ ਮੈਨੂੰ ਇਹਦੇ ਸਪੋਰਟ ਕੀਤੀ ਹੈ ਉਹ ਸਭ ਜਾਣਦੇ ਨੇ ਮੈਂ ਕੀ ਕਰ ਰਿਹਾ ਹਾਂ ਬਟ ਟਰੂਲੀ ਸਮਝ ਕੇ ਚੱਲਣਾ ਕਿ ਉਸ ਨੂੰ ਰਨ ਕਰਨਾ ਨਾ ਅਗਰ ਤੁਸੀਂ ਉੱਥੇ ਪਿਓਰਿਟੀ ਮੇਨਟੇਨਡ ਕਰਨੀ ਹੈ ਹੂੰ ਅਗਰ ਜੈਨੂਨ ਪ੍ਰੋਫੈਸ਼ਨਲ ਹਾਇਰ ਕਰਨੇ ਨੇ ਜੀ ਤੇ ਇਹ ਵਾਕਈ ਬਹੁਤ ਐਕਸਪੈਂਸਿਵ ਹੈ ਜੀ ਬਟ ਹਾਂ ਫਿਰ ਵੀ ਅਸੀਂ ਬਹੁਤ ਹੱਦ ਤੱਕ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉੱਥੇ ਇਹ ਚੀਜ਼ ਕਰ ਪਾਈਏ ਸਬਸਿਡਾਈਜ਼ਡ ਜਦੋਂ ਮੈਂ ਸਟਾਰਟ ਕੀਤਾ ਸੀ ਸਰ ਇਹਨੂੰ ਮੈਂ ਫ੍ਰੀ ਆਫ ਕਾਸਟ ਹੀ ਸੋਚਿਆ ਸੀ ਠੀਕ ਹੈ ਬਹੁਤ ਨੋਮੀਨਲ ਚੀਜ਼ਾਂ ਚ ਕੀਤਾ ਸੀ ਬਟ ਪਰ ਉਹ ਨਹੀਂ ਹੋ ਸਕਦਾ ਆਫਟਰ 3 ਮੰਥਸ ਬਾਅਦ ਹੀ ਮੈਨੂੰ ਸਮਝ ਆ ਗਿਆ ਸੀ ਕਿ ਇਹ ਸਸਟੇਨ ਨਹੀਂ ਨਹੀਂ ਹੋ ਸਕਦਾ ਕਿੰਨਾ ਚੱਲ ਹੀ ਨਹੀਂ ਪਾਏਗਾ ਕਿਉਂ ਕਿਉਂਕਿ ਉੱਥੇ ਹਰ ਉਹ ਕੰਪਰੋਮਾਈਜ਼ ਹੋ ਰਿਹਾ ਸੀਗਾ ਜੋ ਬੱਚੇ ਨਾਲ ਨਹੀਂ ਹੋਣਾ ਚਾਹੀਦਾ ਪੇਰੈਂਟਸ ਨੂੰ ਤੇ ਅੰਜ ਲੱਗਦਾ ਸੀ ਕਿ ਮੇਰਾ ਬੱਚਾ ਸੈਂਟਰ ਜਾ ਰਿਹਾ ਹੈ ਪਰ ਉਹਦਾ ਪ੍ਰੀਸ਼ੀਅਸ ਸਮਾਂ ਨਕਲਦਾ ਜਾ ਰਿਹਾ ਸੀ ਕਿਉਂਕਿ ਉਸ ਵੇਲੇ ਉਹ ਪ੍ਰੋਫੈਸ਼ਨਲ ਨਹੀਂ ਸੀ ਉਹ ਸਾਰਾ ਇਨਫਰਾ ਨਹੀਂ ਸੀ ਉਹ ਸਾਰੀਆਂ ਲਕਜ਼ਰੀਅਸ ਸਰਵਿਸਿਜ਼ ਨਹੀਂ ਸੀ ਇਹ ਲਕਜ਼ਰੀਅਸ ਵੀ ਨਾ ਮੇਰੇ ਬੱਚੇ ਦੀ ਨੀਡ ਹੈ ਲੋਕ ਇਹਨੂੰ ਡੀਪਲੀ ਸਮਝਦੇ ਨਹੀਂ ਹੈ ਜਿ ਲਕਜ਼ਰੀ ਸਰਵਿਸ ਜਿਵੇਂ ਕਿ ਲਕਜ਼ਰੀ ਮਤਲਬ ਕਿ ਮੈਂ ਗੱਲ ਕਰਦਾ ਕਿ ਆ ਚੋਥੇ ਤੁਸੀਂ ਹਰ ਕਮਰੇ ਸਾਰਾ ਸਾਰਾ ਕਮਰੇ 에ਅਰ ਕੰਡੀਸ਼ਨਰ ਨੇ ਲੋਗਾਂ ਨੂੰ ਲੱਗਦਾ ਜੀ ਕੈਨਜੀਓ ਤੇ एयर कंडीशनਿੰਗ ਦੀ ਕੀ ਲੋੜ ਹੈ ਉਹਦੀ ਵੀ ਇੱਕ ਡੀਪ ਸਮਝਣ ਦੀ ਕੋਸ਼ਿਸ਼ ਕਰਨਾ ਮੇਰਾ ਬੱਚਾ ਪਹਿਲਾਂ ਹੀ ਕਮਿਊਨੀਕੇਸ਼ਨ ਡੈਫਿਸਿਟ ਹੈ ਜੀ ਉਹ ਪਹਿਲਾਂ ਹੀ ਉਹਦੇ ਅੰਦਰ ਬਹੁਤ ਸਾਰੇ ਬਿਹੇਵੀਅਰਸ ਨੇ ਅੱਜ ਤੁਸੀਂ ਔਰ ਮੈਂ ਇੱਥੇ ਬੈਠੇ ਆ ਮੈਨੂੰ ਗਰਮੀ ਲੱਗ ਰਹੀ ਹੋएगी ਤੇ ਕਿਆ ਮੈਂ ਕਨਸੈਂਟਰੇਸ਼ਨ ਕਰ ਪਾਵਾਂਗਾ ਨਹੀਂ ਮੇਰਾ ਤਾਂ ਗਰਮੀ ਵੱਲ ਰਹਿ ਰਿਹਾ 45 ਡਿਗਰੀ ਟੈਂਪਰੇਚਰ ਹੈ ਔਰ ਅੰਦਰ ਅਗਰ ਉਹਦੇ ਕੋਲ ਕੰਫਰਟੇਬਲ ਮਾਹੌਲ ਹੀ ਨਹੀਂ ਹੈ ਤਾਂ ਕਿਵੇਂ ਬੈਠ ਪਾਏਗਾ ਜੀ ਸੋ ਉਹਦੀ ਨੀਡ ਹੈ ਉਹ ਏਸੀ ਲਾਣਾ ਜੀ ਉਹਦੀ ਨੀਡ ਹੈ ਉਸ ਕੰਫਰਟੇਬਲ ਪਲੇਸ ਨੂੰ ਬਣਾਣਾ ਉਹਦੀ ਨੀਡ ਹੈ ਇੱਕ ਸੂ ਦੀngਸ ਆ ਪਲੇਸ ਹੋਵੇ ਜਿੱਥੇ ਉਹਦੇ ਨਾਲ ਕੰਮ ਕੀਤਾ ਜਾਵੇ ਮਦੇ ਨਾਲ ਜੀ ਉਹਦੇ ਲਈ ਵੱਡਾ ਇਨਫਰਾ ਚਾਹੀਦਾ ਹੈ ਜੇ ਮੈਂ ਇੱਕ ਹੀ ਕਮਰੇ ਚ ਸਾਰੇ ਸਕਿੱਲ ਦੇ ਬੱਚੇ ਵੜ ਦੇਵਾਂਗਾ ਤੇ ਉਹ ਮੇਰੇ ਲਈ ਪ੍ਰੋਬਲਮ ਹੈ ਕਿ ਉਸੇ ਕਮਰੇ ਚ ਬੱਚਾ ਬਾਰਡਰਲਾਈਨ ਵਾਲਾ ਹੈ ਉਸੇ ਚ ਮਾਈਲਡ ਹੈ ਉਸੇ ਚ ਮੋਡਰੇਟ ਹੈ ਉਸੇ ਚ ਸੀਵੀਅਰ ਹੈ ਉਸੇ ਚ ਪਰਫਾਰਮਡ ਹੈ ਬੱਚਾ ਹਮੇਸ਼ਾ ਨੇਗੇਟਿਵ ਚੀਜ਼ਾਂ ਨੂੰ ਜਲਦੀ ਐਡਾਪਟ ਕਰਦਾ ਹੈ ਸੋ ਇਹਦੇ ਲਈ ਵੱਡਾ ਇਨਫਰਾ ਚਾਹੀਦਾ ਹੈ ਜਿਆਦਾ ਤੋਂ ਜਿਆਦਾ ਰੂਮ ਚਾਹੀਦੇ ਨੇ ਜਿਆਦਾ ਤੋਂ ਜਿਆਦਾ ਲਗਜ਼ਰੀਅਸ ਸਰਵਿਸਿਜ਼ ਚਾਹੀਦੀਆਂ ਨੇ ਉਹ ਸਾਰੀਆਂ ਬਿਨਾਂ ਪੈਸੇ ਤੋਂ ਪੋਸੀਬਲ ਹੀ ਨਹੀਂ ਹੈ ਬੇਸਿਕਲੀ ਤੁਸੀਂ ਬੱਚੇ ਨੂੰ ਹਰ ਤਰ੍ਹਾਂ ਦਾ ਕੰਫਰਟ ਦੇਣਾ ਹੈ ਤਾਂਕਿ ਉਹ ਫੋਕਸ ਕਰ ਸਕੇ ਔਰ ਹਰ ਔਰ ਹਰ ਕੰਫਰਟ ਜਿਹੜਾ ਉਸ ਨੂੰ ਬਿਨਾਂ ਸਾਰੇ ਪੋਸੀਬਲ ਹੀ ਨਹੀਂ ਹੈ ਸਾਰੀਆਂ ਚੀਜ਼ਾਂ ਦੇ ਉੱਤੇ ਇੰਪਰੂਵ ਕਰ ਪਾਣਾ ਜੀ ਸੋ ਉਹ ਜੇ ਸਾਰੀਆਂ ਚੀਜ਼ਾਂ ਮੇਨਟੇਨਡ ਕਰਨੀਆਂ ਔਰ ਉਸਤੇ ਬਾਅਦ ਸਾਰੇ ਪ੍ਰੋਫੈਸ਼ਨਲ ਮੇਨਟੇਨਡ ਕਰਨੇ ਨਾ ਤੇ ਸਮਝਣਾ ਇਹਦੀ ਕਾਸਟ ਆਂਦੀ ਹੈ ਬਟ ਅਸੀਂ ਉੱਥੇ ਬਹੁਤ ਤਰ੍ਹਾਂ ਦੇ ਸਬਸਿਡਾਈਜ਼ ਮਾਡਲ ਵੀ ਰੈਡੀ ਕੀਤੇ ਹੋਏ ਨੇ ਉਹਦੇ ਵਿੱਚ ਕੀ ਹੁੰਦਾ ਕਿ ਅਸੀਂ ਬਹੁਤ ਸਾਰੇ ਇਦਾਂ ਦੇ ਕ੍ਰਾਈਟੇਰੀਆ ਨੇ ਕਿ ਕੁਝ ਜਿਹੜੇ ਪੇਰੈਂਟਸ ਅਫੋਰਡੇਬਲ ਨਹੀਂ ਨੇ ਅਗਰ ਉਹ ਉਹਨਾਂ ਦੇ ਅੰਦਰ ਫਾਲ ਕਰ ਦੇਣੇ ਤੇ ਉਹਨਾਂ ਦੀ ਫੀਸ ਦੇ ਵਿੱਚ ਕੰਸੈਸ਼ਨ ਕੀਤੀ ਜਾਂਦੀ ਹੈ ਬਸ ਉਹ ਮੈਂ ਕਵਾਂਗਾ ਕਿ ਅਗਰ ਕੋਈ ਪੇਰੈਂਟਸ ਇਦਾਂ ਦਾ ਤੇ ਅਪਰੋਚ ਕਰੇ ਡੈਫੀਨਿਟਲੀ ਵਿਲ ਟ੍ਰਾਈ ਜੀ ਅਸੀਂ ਉਹਦੇ ਲਈ ਜਿਸ ਹੱਦ ਤੱਕ ਵੀ ਮਦਦ ਕਰ ਪਾਵਾਂਗੇ ਡੈਫੀਨਿਟਲੀ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਐਂਡ ਬਾਈ ਸੋ ਮੈਂ ਪ੍ਰੋਮਿਸ ਮੈਂ ਤੁਹਾਨੂੰ ਇਹ ਦੱਸ ਰਿਹਾ ਜੀ ਇਹ ਇੱਕ ਅ ਪੂਰਾ ਪ੍ਰੋਫੈਸ਼ਨਲ ਮਾਡਲ ਹੈ ਪਰ ਇੱਕ ਪ੍ਰੋਫਿਟੇਬਲ ਨਹੀਂ ਹੈ ਜੀ ਇਹ ਕੋਈ ਬਿਜ਼ਨਸ ਨਹੀਂ ਹੈ ਮੇਰੇ ਖੁਦ ਦੇ ਆਪਣੇ ਅਲੱਗ-ਅਲੱਗ ਬਿਜ਼ਨਸ ਨੇ ਮੇਰੀ ਪ੍ਰਿੰਟਿੰਗ ਪੈਕੇਜਿੰਗ ਦੀ ਫੈਕਟਰੀ ਹੈ ਮੇਰੀ ਆਈਟੀ ਕੰਪਨੀ ਹੈ ਮੇਰਾ ਰੈਸਟੋਰੈਂਟ ਹੈ ਸੋ ਸਾਰੀਆਂ ਚੀਜ਼ਾਂ ਉਸਮੈਂ ਡੀਲ ਕਰਦਾ ਇਹ ਮੇਰਾ ਮੇਰੇ ਵਾਈਫ ਦਾ ਡ੍ਰੀਮ ਪ੍ਰੋਜੈਕਟ ਸੀ ਇਸ ਕਰਕੇ ਉਹਨੂੰ ਮੈਂ ਮੇਰਾ ਇੱਕ ਵਾਰੀ ਮਨ ਆਇਆ ਸੀ ਉਸ ਤੋਂ ਬਾਅਦ ਕਿ ਮੈਂ ਇਹਨੂੰ ਬੰਦ ਕਰਦਾ ਫਿਰ ਸੋਚਿਆ ਕਿ ਯਾਰ ਉਹਦਾ ਇੱਕ ਲਾਸਟ ਕਲਾਸ ਡ੍ਰੀਮ ਹੈ ਇਹਨੂੰ ਬੰਦ ਕਰਦਾ ਔਰ ਬਾਕੀ ਬੱਚੇ ਕਿੱਥੇ ਜਾਣ ਸੋ ਇਸ ਕਰਕੇ ਉਹਨੂੰ ਅੱਜ ਮੈਂ ਬਹੁਤ ਵੱਡਾ ਕਰ ਲਿਆ ਅੱਜ ਉਹਦਾ ਨਾਮ ਹੋ ਗਿਆ ਪਰ ਟ੍ਰੂਲੀ ਸਮਝਣਾ ਕਿ ਇਹ ਬਿਜ਼ਨਸ ਮਾਡਲ ਨਹੀਂ ਹੈ ਇਹ ਆਪਣਾ ਸਰ ਐਗਜ਼ੈਕਟਲੀ ਕਿਸ ਜਗ੍ਹਾ ਤੇ ਹੈ ਸਰ ਇਹ ਜਲੰਧਰ ਹੈ ਜਲੰਧਰ ਲਮਾਪਿੰਡ ਚੌਂਕ ਦੇ ਕੋਲ ਐਦੀ ਲੋਕੇਸ਼ਨ ਹੈ ਉਹ ਅਸੀਂ ਮੈਂ ਤੁਹਾਨੂੰ ਪੂਰਾ ਐਡਰੈਸ ਔਰ ਫੋਨ ਨੰਬਰ ਦਵਾਉਂਗਾ ਤੁਸੀਂ ਇਹਦੇ ਤੇ ਇਹਨੂੰ ਮੈਂਸ਼ਨ ਕਰ ਦਿਓ ਨਹੀਂ ਫੋਸ਼ਰ ਅਪਰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਅਸੀਂ ਇੱਕ ਸੈਂਟਰ ਹੁਣੇ ਜਸਟ ਲੁਧਿਆਣਾ ਵੀ ਓਪਨ ਕੀਤਾ ਹੈ ਸੋ ਉਹਦਾ ਵੀ ਮੈਂ ਐਡਰੈਸ ਤੁਹਾਨੂੰ ਦਵਾਂਗਾ ਤੁਸੀਂ ਉਹ ਵੀ ਪਾ ਦਿਓ ਤਾਂ ਕਿ ਜਿਹਨੂੰ ਜਿਹੜੇ ਪੇਰੈਂਟਸ ਨੂੰ ਜਿੱਥੇ ਕੰਫਰਟੇਬਲ ਹੈ ਉਹ ਉੱਥੇ ਆਪਣੇ ਆਪ ਨੂੰ ਅਪਰੋਚ ਕਰ ਸਕਦਾ ਹੈ ਅਗਰ ਉਹਨੂੰ ਕਿਸੇ ਤਰੀਕੇ ਦੀ ਵੀ ਸਰਵਿਸਿਸ ਦੀ ਲੋੜ ਹੈ ਤਾਂ ਜੀ ਐਂਡ ਅਗਰ ਮੈਨੂੰ ਲੱਗਦਾ ਕਿ ਹੋ ਸਕਦਾ ਹੈ ਅਗਰ ਕਿਸੇ ਨੂੰ ਕਿਉਂਕਿ ਮੈਨੂੰ ਜਿੱਥੇ ਤੱਕ ਪਤਾ ਹੈ ਪੇਰੈਂਟਸ ਘਰ ਆਏ ਹੁੰਦੇ ਨੇ ਜੀ ਤੇ ਜੇ ਅਗਰ ਮੈਨੂੰ ਕੋਈ ਕਵੇ ਕਿ ਡਾਇਰੈਕਟ ਗੱਲ ਕਰਾ ਦਿਓ ਕਿਉਂਕਿ ਉਹ ਪੋਡ ਵੀ ਸ਼ੇਅਰ ਕਰਾਂਗਾ ਸੈਂਟਰ ਦੇ ਸਾਰੇ ਨੰਬਰ ਵੀ ਸ਼ੇਅਰ ਕਰਾਂਗਾ ਜੀ ਕੋਈ ਵੀ ਪੇਰੈਂਟ ਗੱਲ ਕਰਨਾ ਚਾਹੁੰਦਾ ਹੈ ਤੇ ਅਸੀਂ ਡੈਫੀਨਿਟਲੀ ਉਹਦੇ ਲਈ ਆਲਵੇਜ਼ ਅਵੇਲੇਬਲ ਆ ਕੋਈ ਪ੍ਰੋਬਲਮ ਨਹੀਂ ਜੀ ਨਹੀਂ ਨਹੀਂ ਬਹੁਤ ਹੀ ਵਧੀਆ ਭਾਈ ਬਹੁਤ ਵਧੀਆ ਇਨੀਸ਼ੀਏਟਿਵ ਹੈ ਤੁਹਾਡਾ ਐਂਡ ਥਿਸ ਇਜ਼ ਸਮਥਿੰਗ ਇਧਿਚ ਮੈਂ ਇੱਕ ਚੀਜ਼ ਹੋਰ ਮੈਸੇਜ ਦੇਣਾ ਚਾਹਾਂਗਾ ਮੈਂ ਕੁਝ ਨੰਬਰ ਦਿਵੇਂ ਮੈਂ ਬੋਲ ਦੇਣਾ ਤਾਂ ਕਿ ਲੋਕਾਂ ਨੂੰ ਮੈਸੇਜ ਪਹੁੰਚ ਜਾਏ ਉਹਨਾਂ ਤੱਕ ਨਹੀਂ ਆਪਾਂ ਨਾ ਡਿਸਕ੍ਰਿਪਸ਼ਨ ਚ ਪਾ ਦਾਂਗੇ ਨਾ ਉਹ ਇਵੈਂਚੁਅਲੀ ਉਹ ਸੈਂਸ ਨਹੀਂ ਬੰਦਦੀ ਨਾ ਕਿਉਂਕਿ ਵੀਡੀਓ ਕੌਣ ਬੰਦਾ ਲਿਖੇਗਾ ਉਸ ਟਾਈਮ ਤੇ ਬਟ ਡਿਸਕ੍ਰਿਪਸ਼ਨ ਚ ਪਾ ਦਾਂਗੇ ਐਂਡ ਔਰ ਇਵਨ ਟੈਗ ਵੀ ਕਰ ਦਾਂਗੇ ਜਿਹੜੇ ਜਿਹੜੇ ਤੁਹਾਡੇ ਲੋਕੇਸ਼ਨਸ ਵੀ ਹੋਣ ਜੀ ਉਹ ਵੀ ਆਪਾਂ ਜ਼ਰੂਰ ਕਰ ਦਾਂਗੇ ਕਿਉਂਕਿ ਆਈ ਬਿਲੀਵ ਕਿ ਇੱਕ ਕਿਤਨਾ ਕਿਤੇ ਜਦੋਂ ਪੇਰੈਂਟਸ ਘਰ ਆਏ ਹੁੰਦੇ ਨੇ ਬਹੁਤ ਗਲਤ ਡਿਸੀਜਨ ਲੈ ਲੈਂਦੇ ਨੇ ਮੋਸਟਲੀ ਨਾ ਪੇਰੈਂਟਸ ਸੇ ਮੈਨੂੰ ਮੈਸੇਜ ਆਉਂਦੇ ਨੇ ਜਾਂ ਕਾਲਸ ਆਉਂਦੀਆਂ ਨੇ ਮੈਂ ਉਹਦੇ ਵਾਸਤੇ ਦੱਸ ਰਿਹਾ ਕਿ ਉਹ ਇਹੀ ਕਹਿੰਦੇ ਨੇ ਕਿ ਅਸੀਂ ਪੋਡਕਾਸਟ ਸੁਨੇ ਸਾਡੇ ਤੱਕ ਫਿਰ ਉਹ ਇੱਕ ਹੀ ਮਤਲਬ ਮੋਸਟਲੀ ਜਿਵੇਂ ਤੁਹਾਨੂੰ ਨੰਬਰ ਕਾਲਸ ਆਉਂਦੀਆਂ ਨੇ ਕਈ ਵਾਰੀ ਪਿਕ ਹੋ ਪਾਂਦੀਆਂ ਨੇ ਕਈ ਨਹੀਂ ਪਿਕੋ ਪਾਂਦੀਆਂ ਤੇ ਉਹ ਨੰਬਰ ਉਹਨਾਂ ਕੋਲ इजीली ਅਵੇਲੇਬਲ ਹੁੰਦਾ ਸੋ ਦੈਟਸ ਵਾਈ ਉਹ ਆਪਾਂ ਆਪਾਂ ਕਰਾਂਗੇ ਕਰਾਂਗੇ ਜੀ ਜੀ ਆਪਾਂ ਮੇਕ ਸ਼ੋਰ ਕਰਾਂਗੇ ਕਿ ਜਿਹੜਾ ਵੀ ਜ਼ਰੂਰਤਮੰਦ ਹੈ ਉਸ ਤੱਕ ਜਿਹੜੀ ਜ਼ਰੂਰੀ ਇਨਫੋਰਮੇਸ਼ਨ ਹੈ ਉਹ ਪਹੁੰ ਐਂਡ ਮੋਸਟ ਇੰਪੋਰਟੈਂਟਲੀ ਸੋਸਾਇਟੀ ਦਾ ਜਿਹੜਾ ਪਰਸੈਪਸ਼ਨ ਹੈ ਉਹ ਚੇਂਜ ਹੋਏ ਜੀ ਆਪਾਂ ਕਿਉਂ ਨਾਜਾਇਜ਼ ਹੀ ਇੱਕ ਟੈਲੈਂਟ ਨੂੰ ਆਪਾਂ ਖਿਲ ਕਰ ਰਹੇ ਹਾਂ ਫॉर ਨੋ ਰੀਜ਼ਨ ਕਿਉਂਕਿ ਸਾਡੇ ਚ ਇਨਸਿਕਿਉਰिटीज ਨੇ ਤਾਂ ਕਿਤਨਾ ਕਿਤੇ ਅਸੀਂ ਉਹ ਬੱਚਿਆਂ ਤੇ ਥੋਪ ਦਿੰਦੇ ਆ ਜੀ ਔਰ ਜਦ ਕਿ ਉਹ ਬੱਚਾ ਬਿਲਕੁਲ ਨਾਰਮਲ ਹੈ ਜੀ ਐਕਚੁਅਲ ਦੇਖਿਆ ਜੇ ਕੋਈ ਕੋਈ ਹੈ ਨਹੀਂ ਐ ਪ੍ਰੋਬਲਮ ਇਨਸਿਕਿਉਰਟੀ ਨਹੀਂ ਕੰਗਾ ਇਹ ਸਾਡੀਆਂ ਗਲਤੀਆਂ ਨੇ ਜਿਹੜੀਆਂ ਅਸੀਂ ਉਹਨਾਂ ਬੱਚਿਆਂ ਦੇ ਉੱਤੇ ਥੋਪ ਦਿੰਨੇ ਆ ਜੀ ਸੋ ਮੈਂ ਦੇਖਣ ਵਾਲਿਆਂ ਨੂੰ ਇਹ ਮੈਸੇਜ ਵੀ ਦੇਣਾ ਚਾਹਨਾ ਵਾਂ ਜਨਰਲੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਸ਼ੇਅਰ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਆ ਇਹ ਇੱਕ ਜੈਨੂਨਲੀ ਇਦਾਂ ਦੀ ਚੀਜ਼ ਹੈ ਜਿਹੜੀ ਕਿ ਹਰ ਪੇਰੈਂਟਸ ਤੱਕ ਪਹੁੰਚਣੀ ਚਾਹੀਦੀ ਹੈ ਸੋ ਮੈਂ ਸਾਰੇ ਵਿਊਰ ਨੂੰ ਰਿਕਵੈਸਟ ਕਰਨਾ ਚਾਹਾਂਗਾ ਕੀ ਪਲੀਜ਼ ਇਦਾਂ ਦੀ ਚੀਜ਼ਾਂ ਨੂੰ ਵੀ ਸ਼ੇਅਰ ਕਰਿਆ ਕਰੋ ਜੀ ਜਿਹੜੀਆਂ ਕਿ ਕਿਸੇ ਬੱਚੇ ਦੀ ਜ਼ਿੰਦਗੀ ਬਦਲ ਸਕਦੀਆਂ ਸੋ ਉਹਨੂੰ ਸਮੇਂ ਰਹਿੰਦੇ ਅਗਰ ਇਹ ਨੌਲੇਜ ਮਿਲ ਜਾਂਦੀ ਹੈ ਸੋ ਉਸ ਬੱਚੇ ਦੀ ਜ਼ਿੰਦਗੀ ਵਾਕਈ ਬਦਲ ਜਾਂਦੀ ਹੈ ਜੀ ਤੋ ਸਾਡੇ ਸ਼ੇਅਰ ਕਰਨ ਦੇ ਨਾਲ ਕੁਝ ਨਹੀਂ ਜਾਣਾ ਸੋ ਸਾਡੇ ਸ਼ੇਅਰ ਕਰਨ ਦੇ ਨਾਲ ਉਸ ਬੱਚੇ ਦੀ ਜ਼ਿੰਦਗੀ ਬਦਲ ਸਕਦੀ ਹੈ ਸੋ ਰਿਕਵੈਸਟ ਕਰਦਾ ਕਿ ਉਹਨਾਂ ਲੋਕਾਂ ਤੱਕ ਇਹ ਜ਼ਰੂਰ ਪਹੁੰਚਾਣ ਦੀ ਕੋਸ਼ਿਸ਼ ਕਰੋ ਜਾਂ ਆਪਣੇ ਆਲਾ ਦੁਆਲਾ ਕਿਤੇ ਦੇਖਦੇ ਹੋ ਤੇ ਉਹਨੂੰ ਜ਼ਰੂਰ ਗਾਈਡ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਉਸ ਬੱਚੇ ਦੀ ਜ਼ਿੰਦਗੀ ਬਦਲ ਸਕੇ ਠੀਕ ਅਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਐਂਡ ਆਪਾਂ ਵੀ ਤੁਹਾਨੂੰ ਸਾਡੇ ਵੱਲੋਂ ਪੂਰਾ ਸਪੋਰਟ ਹੈ ਜੀ ਜਿੱਥੇ ਵੀ ਸਬ ਮੌਕੇ ਮਿਲੇ ਸੋ ਤੁਹਾਡੀ ਸਨਾਰਟ ਸਾਨੂੰ ਮਿਲ ਗਈ ਤੁਸੀਂ ਸਾਨੂੰ ਇਹ ਪਲੇਟਫਾਰਮ ਦਿੱਤਾ ਅਜੇ ਹੁਣ ਤੱਕ ਰੂਬਰੂ ਹੋਣ ਦਾ ਮੌਕਾ ਦਿੱਤਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਅਲਿਤੇਸ਼ ਜੀ ਸੋ ਮੈਂ ਕੋਈ ਥੈਂਕ ਯੂ ਅਲਿਗਾਇਟੀ ਦੇ ਵਿੱਚ ਤੁਹਾਡੇ ਵਰਗੇ ਲੋਕ ਹੋਰ ਆਣੇ ਚਾਹੀਦੇ ਆ ਜਿਹੜੇ ਕਿ ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਲੋਕਾਂ ਤੱਕ ਸਹੀ ਇਨਫੋਰਮੇਸ਼ਨ ਪਹੁੰਚ ਪਾ ਜੀ ਜੀ ਉਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਅੱਜ ਦੇ ਟਾਈਮ ਚ ਖਾਸ ਕਰਕੇ ਜਦੋਂ ਐਨੀ ਮੇਸ ਇਨਫੋਰਮੇਸ਼ਨ ਹਰ ਪਾਸੇ ਘੁੰਮ ਰਹੀ ਹੈ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਐਂਡ ਆਈ ਰੀਲੀ ਹੋਪ ਕਿ ਆਪਾਂ ਐਜ਼ ਅ ਸੋਸਾਇਟੀ ਸਾਡਾ ਇੱਕੋ ਹੀ ਮੁੱਦਾ ਹੈ ਕਿ ਆਪਾਂ ਪੋਜ਼ਿਟਿਵ ਡਾਇਰੈਕਸ਼ਨ ਚ ਅੱਗੇ ਵਧੀਏ ਐਂਡ ਮੈਨੂੰ ਲੱਗ ਰਿਹਾ ਕਿ ਇਹ ਵੀ ਇੱਕ ਇਹੋ ਜਿਹਾ ਸੈਕਸ਼ਨ ਹੈ ਇੱਕ ਇਹੋ ਜਿਹਾ ਟੌਪਿਕ ਹੈ ਜਿੱਤੇ ਹੁਣ ਸਾਨੂੰ ਕੰਮ ਕਰਨ ਦੀ ਲੋੜ ਹੈ ਐਜ਼ ਅ ਸੋਸਾਇਟੀ ਵੀ ਸਰ ਉਹੀ ਹੈ ਐਂਡ ਤਾਂ ਹੀ ਆਪਾਂ ਇੱਕ ਇੱਕ ਬੈਟਰ ਕੰਟਰੀ ਬਣਾਂਗੇ ਇੱਕ ਬਣਨ ਲਈ ਤੇ ਸਾਰੇ ਸੋਚਦੇ ਨੇ ਪਰ ਬਣਨ ਲਈ ਐਫਰਟ ਕਰਨਾ ਪੈਂਦਾ ਹੈ ਜੀ ਸੋ ਉਸ ਐਫਰਟ ਲਈ ਸਾਨੂੰ ਜਦੋਂ ਅਸੀਂ ਕਹਿੰਨੇ ਆ ਨਾ ਮੈਂ ਵੀ ਦੱਸ ਰਿਹਾ ਕਿ ਜੇ ਇੱਕ ਚੰਗੀ ਇਨਫੋਰਮੇਸ਼ਨ ਹੈ ਨਾ ਉਹਨੂੰ ਸ਼ੇਅਰ ਕਰਨ ਲਈ ਕਿਹਾ ਜਾਵੇ ਨਾ ਤੇ ਸਭ ਲੋਕ ਇਗਨੋਰ ਕਰਦੇ ਨੇ ਅੱਛਾ ਸਰ ਇੱਕ ਨੈਕਸਟ ਟਾਈਮ ਲਈ ਜਿੱਦਾਂ ਅਗਰ ਮੈਂ ਨੈਕਸਟ ਟਾਈਮ ਅਗਰ ਕਿਸੇ ਆਉਟਿਸਟਿਕ ਚਾਈਲਡ ਨੂੰ ਮਿਲਾਂ ਮੈਂ ਜੀ ਕਿਹੜੀ ਚੀਜ਼ਾਂ ਨੇ ਮੈਨੂੰ ਧਿਆਨ ਰੱਖਣੀਆਂ ਚਾਹੀਦੀਆਂ ਕਿਉਂਕਿ ਜੋ ਮੈਂ ਦੇਖਿਆ ਨਾ ਥੋੜਾ ਉਹ ਘਬਰਾਇਆ ਹੁੰਦਾ ਹੈ ਜਾਂ ਡਰਿਆ ਹੁੰਦਾ ਹੈ ਜਾਂ ਮੈਨੂੰ ਲੱਗਦਾ ਕਿ ਇਹ ਮੈਨੂੰ ਤੋਂ ਡਰ ਰਿਹਾ ਹੈ ਜੀ ਜੀ ਨੈਕਸਟ ਟਾਈਮ ਅਗਰ ਮੈਂ ਕਿਸੇ ਆਟਿਸਟਿਕ ਚਾਈਲਡ ਨੂੰ ਰੈਦਰ than ਕਿ ਮੈਂ ਦਇਆ ਦੀ ਨਜ਼ਰ ਨਾਲ ਦੇਖਾਂ ਮੈਂ ਉਹਦੇ ਨਾਲ ਐਕਚੁਅਲ ਜੀ ਇੰਟਰੈਕਟ ਕਰਨਾ ਚਾਹੁੰਦਾ ਇੱਕ ਨਾਰਮਲ ਹਿਊਮਨ ਬੀਇੰਗ ਐਕਚੁਅਲੀ ਉਹ ਡਰ ਨਹੀਂ ਰਿਹਾ ਹੁੰਦਾ ਇਹ ਇੱਕ ਨਾ ਸਵਾਭਿਕ ਚੀਜ਼ਾਂ ਨੇ ਮੈਂ ਤੁਹਾਨੂੰ ਪੁੱਛਿਆ ਸੀ ਦੱਸਿਆ ਸੀ ਕਿ ਮੈਂ ਤੁਹਾਨੂੰ ਕੋਈ ਐਹੋ ਜੇ ਮਾਹੌਲ ਦੇ ਵਿੱਚ ਲੈ ਜਾ ਜਿਹੜਾ ਤੁਸੀਂ ਕਦੀ ਦੇਖਿਆ ਨਹੀਂ ਹੈ ਜਾਂ ਤੁਸੀਂ ਉਹਦੇ ਨਾਲ ਇੰਟਰਡਿਊਸ ਨਹੀਂ ਹੋ ਜਾਂ ਉੱਥੋਂ ਦੀ ਚੀਜ਼ਾਂ ਤੁਹਾਨੂੰ ਸਮਝ ਨਹੀਂ ਆ پا ਰਹੀਆਂ ਤੇ ਮੇਰਾ ਜਿਹੜਾ ਕੌਨਫੀਡੈਂਸ ਹੈ ਨਾ ਆਟੋਮੈਟਿਕਲੀ ਘਟਣਾ ਸ਼ੁਰੂ ਹੋ ਜਾਂਦਾ ਹੈ ਜੀ ਮੈਂ ਆਲਵੇਸ ਕਹਿੰਦਾ ਕਿ ਅਗਰ ਤੁਹਾਨੂੰ ਇਹੋ ਜਿਹਾ ਕਿਤੇ ਬੱਚਾ ਲੱਗਦਾ ਹੈ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਉਹਦੇ ਨਾਲ ਕੁੱਲਲ ਮਿਲਨ ਦੀ ਕੋਸ਼ਿਸ਼ ਕਰੋ ਜੀ ਮਤਲਬ ਕੀ ਕਰਨਾ ਚਾਹੀਦਾ ਮੈਨੂੰ ਜਦੋਂ ਨਾਰਮਲੀ ਗੱਲ ਕਰਾਂ ਜਾ ਕੇ ਹਾਂ ਨਾਰਮਲੀ ਗੱਲ ਉਹਦੇ ਨਾਲ ਗੱਲ ਜਦੋਂ ਅਸੀਂ ਕਰਦੇ ਹਾਂ ਪਰ ਇਹਦੇ ਵਿੱਚ ਵੀ ਨਾ ਬਹੁਤ ਤਰ੍ਹਾਂ ਦੇ ਬੱਚੇ ਨੇ ਆਰਟਿਜ਼ਮ ਦੇ ਵਿੱਚ ਨਾ ਲਤੇਸ਼ ਜੀ ਬਹੁਤ ਟਾਈਟ ਨੇ ਬਹੁਤ ਸਪੈਕਟਰਮ ਹੈ ਵੱਡਾ ਬਹੁਤ ਵੱਡਾ ਸਪੈਕਟਰਮ ਹੈ ਜਿਹਨੂੰ ਸਮਝਿਆ ਨਹੀਂ ਜਾ ਸਕਦਾ ਕਈ ਬੱਚੇ ਬਹੁਤ ਕੰਫਰਟੇਬਲ ਹੀ ਨਹੀਂ ਹੁੰਦੇ ਕਿਸੇ ਦੇ ਨਾਲ ਗੱਲ ਕਰਨ ਚ ਕੋਈ ਬੱਚਿਆਂ ਨੂੰ ਕਿਸੇ ਦਾ ਟੱਚ ਨਹੀਂ ਪਸੰਦ ਆ ਇਵਨ ਇਹਦੇ ਵਿੱਚ ਮੈਂ ਤੁਹਾਨੂੰ ਅਗਰ ਐਗਜ਼ਾਮਪਲਸ ਦਵਾਂ ਤੇ ਬਹੁਤ ਸਾਰੀ ਐਗਜ਼ਾਮਪਲਸ ਨੇ ਕਈ ਬੱਚੇ ਇਦਾਂ ਦੇ ਨੇ ਜਿਨ੍ਹਾਂ ਨੂੰ ਪੱਖੇ ਦੀ ਆਵਾਜ਼ ਤੋਂ ਵੀ ਪ੍ਰੋ ਕਿੰਨੀ ਹੁੰਦੀ ਆ ਪੱਖੇ ਦੀ ਆਵਾਜ਼ ਉਹਨਾਂ ਨੂੰ ਇੱਕ ਕਾਗਜ਼ ਦੀ ਕੜਕਰ ਤੋਂ ਵੀ ਪ੍ਰੋਬਲਮ ਹੈ ਉਹਨਾਂ ਨੂੰ ਚੱਪਲ ਦੇ ਕਿਸਨ ਤੋਂ ਵੀ ਪ੍ਰੋਬਲਮ ਹੈ ਉਹਨਾਂ ਨੂੰ ਕਿਸੇ ਅਲੱਗ ਸਾਊਂਡ ਤੋਂ ਪ੍ਰੋਬਲਮ ਹੈ ਅਸੀਂ ਸਾਰੇ ਬੱਚਿਆਂ ਨੂੰ ਨਹੀਂ ਸਮਝ ਸਕਦੇ ਬਸ ਅਸੀਂ ਇਹ ਕਰ ਸਕਦੇ ਹਾਂ ਕਿ ਉਸ ਪੇਰੈਂਟਸ ਦਾ ਹੌਸਲਾ ਵਧਾਈਏ ਉਹਨਾਂ ਨੂੰ ਇਹ ਫੀਲ ਕਰਾਈਏ ਕਿ ਤੁਸੀਂ ਇਸ ਸੋਸਾਇਟੀ ਦੇ ਵਿੱਚ ਸਾਡਾ ਬੱਚਾ ਕੋਈ ਅਲੱਗ ਨਹੀਂ ਹੈ ਜੀ ਸੋ ਉਹਦੇ ਹਰ ਬੰਦੇ ਦੀ ਕੁਝ ਨਾ ਕੁਝ ਆਪਣੇ ਪਲੱਸ ਉਸੇ ਕਹਿ ਰਹੇ ਹੋ ਕਿ ਮਾਈਨਸ ਪੁਆਇੰਟ ਹੁੰਦੇ ਨੇ ਜੀ ਰਦਰਦਨ ਕਿ ਅਸੀਂ ਸੋ ਅਗਰ ਉਹ ਬੱਚਾ ਤੁਹਾਨੂੰ ਇੱਕਦਮ ਸਟ੍ਰੇਂਜਰ ਨੂੰ ਇੱਕਦਮ ਐਕਸੈਪਟ ਨਹੀਂ ਕਰ ਪਾਉਂਦਾ ਤਾਂ ਕੋਈ ਚੱਕਰ ਨਹੀਂ ਹੈ ਸੋ ਤੁਸੀਂ ਉਹਨੂੰ ਬਲਕਿ ਕੰਫਰਟੇਬਲ ਕਰਨ ਲਈ ਉਹਦੇ ਅਕੋਰਡਿੰਗਲੀ ਚਲੋ ਜਿਵੇਂ ਕਿ ਬਹੁਤ ਸ ਪੈਰੈਂਟ ਨੂੰ ਦੱਸਣਾ ਸਾਡੇ ਬੱਚਿਆਂ ਦੀ ਨਾ ਕੁਝ ਫੈਸੀਨੇਸ਼ਨਸ ਹੁੰਦੀਆਂ ਨੇ ਜਿਵੇਂ ਜਰਨਲੀ ਪਾਰਕ ਦੇ ਵਿੱਚ ਦੇਖਦੇ ਆ ਬੱਚਾ ਅਗਰ ਇੱਕ ਐਸ ਗੇਟ ਤੋਂ ਅੰਦਰ ਆ ਰਿਹਾ ਤੇ ਉਹਨੇ ਇਸੇ ਗੇਟ ਤੋਂ ਹੀ ਅੰਦਰ ਆਣਾ ਹੈ ਉਹ ਦੂਸਰੇ ਗੇਟ ਤੋਂ ਨਹੀਂ ਆਂਦਾ ਕਿਉਂਕਿ ਉਹਨੇ ਇੱਕ ਸੈਟ ਕ੍ਰਾਈਟੇਰੀਆ ਆਪਣੇ ਦਿਮਾਗ ਦੇ ਵਿੱਚ ਬਿਠਾ ਲਿਆ ਹੈ ਉਹਨੇ ਫਸਟ ਐਸ ਚੂਲੇ ਤੋਂ ਸਟਾਰਟ ਕਰਨਾ ਹੈ ਤੇ ਉਸੇ ਚੂਲੇ ਤੋਂ ਸਟਾਰਟ ਕਰਨਾ ਹੈ ਉਹਨੇ ਕਿਸੇ ਹੋਰ ਚੂਲੇ ਤੋਂ ਸਟਾਰਟ ਨਹੀਂ ਕਰਨਾ ਪਰ ਉੱਥੇ ਕਈ ਪੈਰੈਂਟਸ ਇਦਾਂ ਦੇ ਹੁੰਦੇ ਨੇ ਕਈ ਬੱਚੇ ਇਦਾਂ ਦੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਅੰਡਰਸਟੈਂਡ ਨਹੀਂ ਕਰਦੇ ਉਹਨਾਂ ਨੂੰ ਜ਼ਿੱਦੀ ਮਤਲਬ ਲੜਾਕਾ ਇਦਾਂ ਦੇ ਵਰਡ ਦੇ ਕੇ ਅਸੀਂ ਉਹ ਛੱਡ ਦਿੰਨੇ ਆ ਜੀ ਸੋ ਉਸ ਵੇਲੇ ਸਾਨੂੰ ਉਹਨਾਂ ਨੂੰ ਸਮਝਾਣ ਦੀ ਜ਼ਰੂਰਤ ਹੈ ਉਸ ਪੇਰੈਂਟਸ ਨੂੰ ਸਮਝਾਣ ਦੀ ਜ਼ਰੂਰਤ ਹੈ ਕਿ ਉਹਦਾ ਇੱਕ ਫਿਕਸ ਕ੍ਰਾਈਟੇਰੀਆ ਉਹਦੇ ਬ੍ਰੇਨ ਦੇ ਵਿੱਚ ਬੈਠਾ ਹੋਇਆ ਹੈ ਅਗਰ ਅਸੀਂ ਉਹਨੂੰ ਫਸਟ ਅਧਾਰ ਤੇ ਉਹਨੂੰ ਮੌਕਾ ਦੇ ਦਈਏ ਤੇ ਸਾਨੂੰ ਕੋਈ ਫਰਕ ਨਹੀਂ ਪਏਗਾ ਅਸੀਂ 2 ਮਿੰਟ ਬਾਅਦ ਵੀ ਲੈ ਸਕਦੇ ਹਾਂ ਕਿਉਂਕਿ ਬੱਚਾ ਇੱਕਦਮ ਸਟ੍ਰੇਂਜਰ ਨੂੰ ਅਸੈਪਟ ਨਹੀਂ ਕਰਦੇ ਜਾਂ ਤਾਂ ਅਦਰ ਬੱਚੇ ਨਹੀਂ ਕਰਦੇ ਜੀ ਸੋ ਇਸ ਕਰਕੇ ਅਦਰ ਦਨ ਕਿ ਉਹਨੂੰ ਉਹਦੇ ਪੇਰੈਂਟਸ ਨੂੰ ਕੰਫਰਟੇਬਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਉਸ ਪੇਰੈਂਟਸ ਨੂੰ ਇੱਕ ਹੌਂਸਲਾ ਮਿਲੇ ਉਸਨੂੰ ਸੋਸਾਇਟੀ ਦੇ ਵਿੱਚ ਦੁਬਾਰਾ ਲਿਆਉਣ ਲਈ ਬਹੁਤ ਬਹੁ ਬਹੁਤ ਹੀ ਜ਼ਿਆਦਾ ਮਤਲਬ ਜਰਨਲੀ ਜ਼ਿਆਦਾਤਰ ਨਾ ਅਸੀਂ ਸੋਸਾਇਟੀ ਕਰਕੇ ਹੀ ਸਾਡੇ ਪੇਰੈਂਟਸ ਉਸ ਬੱਚੇ ਨੂੰ ਬਾਹਰ ਨਹੀਂ ਲਿਆ ਪਾਉਂਦੇ ਕਿ ਲੋਕ ਕੀ ਕਹਿਣਗੇ ਜੀ ਪਰ ਵੈਸੇ ਤੇ ਮੈਂ ਪੇਰੈਂਟਸ ਨੂੰ ਮੈਸੇਜ ਦੇਣਾ ਚਾਹਣਾ ਅੱਜ ਮੈਂ ਉਹ ਲੋਗਾ ਦੀ ਪਰਵਾਹ ਨਹੀਂ ਕਰਦਾ ਲੋਕ ਕੀ ਕਹਿਣਗੇ ਜੀ ਮੇਰਾ ਤੇ ਅਜੇ ਮੇਰੀ ਦੁਨੀਆ ਮੇਰਾ ਬੱਚਾ ਹੈ ਲੋਕ ਕੀ ਕਹਿਣਗੇ ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਸੋ ਇਹ ਹੀ ਹੈ ਮੈਂ ਹੀ ਮੈਸੇਜ ਦੇਣਾ ਚਾਹਾਂਗਾ ਕਿ ਤੁਸੀਂ ਉਸ ਪੇਰੈਂਟਸ ਨੂੰ ਹੋਰ ਕੰਫਰਟੇਬਲ ਕਰੋ ਤਾਂ ਕਿ ਉਹ ਅਗਲੀ ਵਾਰੀ ਹਰ ਜਗ੍ਹਾ ਉਸ ਬੱਚੇ ਨੂੰ ਲੈ ਜਾਣ ਲਈ ਰੈਡੀ ਹੋ ਜਾਏ ਜੀ ਬਹੁਤ ਹੀ ਮਤਲਬ ਬਹੁਤ ਹੀ ਥੌਟ ਪ੍ਰੋਵੋਕਿੰਗ ਪੋਡਕਾਸਟ ਸੀ ਗਏ ਐਂਡ ਮੈਨੂੰ ਲੱਗ ਰਿਹਾ ਕਿ ਹਰ ਬੰਦੇ ਨੂੰ ਅਹੀਂ ਕੁਝ ਨਵੋ ਸਿੱਖਣ ਨੂੰ ਮਿਲਿਆ ਐਂਡ ਮਤਲਬ ਬਹੁਤ ਹੀ ਮਤਲਬ ਬਹੁਤ ਇੱਕ ਇਹੋ ਜੀ ਇਨਫੋਰਮੇਸ਼ਨ ਹੈ ਜੋ ਹਰ ਕਿਸੇ ਨੂੰ ਨਹੀਂ ਹੈਗੀ ਐ ਤੁਹਾਡਾ ਇੱਕ ਬਹੁਤ ਰੇਅਰ ਐਕਸਪੀਰੀਅੰਸ ਹੈ ਜੋ ਮੈਨੂੰ ਲੱਗ ਰਿਹਾ ਕਿ ਕਿਉਂਕਿ ਹੁਣ ਕੇਸਸ ਤਾਂ ਹੁੰਦੇ ਇੰਟੂਟੈਲਿਟੀ ਕਿਉਂਕਿ ਸਾਡੀ ਆਬਾਦੀ ਆਣੀ ਹੈ ਕੇਸਸ ਨੰਬਰ ਆਫ ਕੇਸਸ ਦਾ ਬਹੁਤ ਹੈ ਬਹੁਤ ਹੈ ਹਾਂ ਜੀ ਤੇ ਮੈਨੂੰ ਲੱਗ ਰਿਹਾ ਕਿ ਉਹ ਨੰਬਰ ਕਿਉਂਕਿ ਇੱਕ ਸਿਗਨੀਫੀਕੈਂਟ ਨੰਬਰ ਹੈ ਉਹਨਾਂ ਲਈ ਇੱਕ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਹੈ ਅਮਰੀਕਨ ਸਰਵੇ ਹੈ ਸਰ ਜਿਨ੍ਹਾਂ ਨੇ ਆਪਣੀ ਆਫੀਸ਼ੀਅਲ ਵੈਬਸਾਈਟ ਤੇ ਅਪਲੋਡ ਕੀਤਾ ਹੈ ਜਿਹਦੇ ਚ ਕੀ ਉਹਨਾਂ ਨੇ ਡਾਟਾ ਦੱਸਿਆ ਐਵਰੀ 36 ਬੱਚਾ ਮਗਰ ਇੱਕ ਬੱਚਾ ਜਿਹੜਾ ਐਸਸੀ ਦਾ ਹੋ ਰਿਹਾ ਹੈ ਸੋ ਏਡੀ ਵੱਡੀ ਫਿਗਰ ਹੈ ਬਹੁਤ ਵੱਡੀ ਫਿਗਰ ਹੈ ਸੋਸਾਇਟੀ ਨੂੰ ਇਹਦੇ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ ਐਂਡ ਐਂਡ ਕੀ ਇਹ ਰੀਸੈਂਟ ਟਾਈਮ ਚ ਵਧ ਰਹੀ ਹੈ ਜਾਂ ਨਹੀਂ ਇਹ ਇੰਡੀਪੈਂਡੈਂਟ ਚੱਲ ਰਿਹਾ ਕਿ ਸਾਡੇ ਲਾਈਫਸਟਾਈਲ ਨਾਲ ਕੋਈ ਲੈਣਾ ਦੇਣਾ ਹੈ ਇਹਦਾ ਸਰ ਕੋਈ ਵੀ ਹਜੇ ਤੱਕ ਸਾਇੰਟਿਫਿਕ ਰੀਜ਼ਨ ਨਹੀਂ ਪਤਾ ਚੱਲ ਪਾਇਆ ਸਾਰੀ ਦੁਨੀਆ ਇਹਦੀ ਰਿਸਰਚ ਕਰ ਰਹੀ ਹੈ ਬਹੁਤ ਬਹੁਤ ਡਿਵ ਮਤਲਬ ਜਿਵੇਂ ਜਿਵੇਂ ਅਵੇਅਰਨੈਸ ਵਧਦੀ ਜਾ ਰਹੀ ਹੈ ਤੋਂਵੇਂ-ਤੋਂਵੇਂ ਵੀ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਹੈ ਕਿਤੇ ਨਾ ਕਿਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸ਼ਾਇਦ ਇੱਕ ਇਹ ਇਹੋ ਜੀ ਕੈਟੇਗਰੀ ਆਫ ਹਿਊਮਨਸ ਹੈ ਜਿਨ੍ਹਾਂ ਨੂੰ ਆਪਾਂ ਐਕਸਪਲੋਰ ਹੀ ਨਹੀਂ ਕਰ ਪਾਏ ਐਕਸਪਲੋਰ ਨਹੀਂ ਕਰ ਪਾਏ ਵੀਅਰ ਲਿमिटेड ਬਾਇ ਆਰ ਓਨ ਇਮੇਜੀਨੇਸ਼ਨ ਇਮੇਜੀਨੇਸ਼ਨ ਯੈਸ ਆਦਰਵਾਇਜ਼ ਅਗਰ ਸਾਡੇ ਕੋਲ ਉਹ ਇਕਵਿਪਮੈਂਟ ਹੁੰਦਾ ਜਾਂ ਸਾਡੇ ਕੋਲ ਸਾਡੇ ਕੋਲ ਜਿੱਦਾਂ ਕੋਈ ਇਕਵਿਪਮੈਂਟ ਦੀ ਆਪਾਂ ਮੈਜ਼ਰ ਕਰ ਸਕੀਏ ਕਿ ਇਹ ਬੱਚੇ ਦੀ ਸਟਰੈਂਥ ਕੀ ਹੈ ਪਰਟੀਕੂਲਰ ਫੀਲਡ ਵਿੱਚ ਜੀ ਤੇ ਇਹ ਮੈਨੂੰ ਲੱਗ ਰਿਹਾ ਕਿ ਸਾਨੂੰ ਇਹ ਐਕਸੈਪਟ ਕਰਨਾ ਚਾਹੀਦਾ ਹੈ ਐਂਡ ਰੈਦਰ ਦਨ ਅਗਰ ਆਪਾਂ ਇਸ ਡਾਇਰੈਕਸ਼ਨ ਚ ਕੰਮ ਕਰੀਏ ਕਿ ਲੈਟਸ ਐਕਸਪਲੋਰ ਦਿਸ ਫੀਲਡ ਇਨ ਅ ਪੋਜ਼ਿਟਿਵ ਡਾਇਰੈਕਸ਼ਨ ਤੇ ਮੈਨੂੰ ਲੱਗ ਰਿਹਾ ਹਾਲੇ ਵੀ ਦੇਰ ਇਜ਼ ਅ ਲਾਟ ਆਫ ਥਿੰਗਸ ਜੋ ਆਪਾਂ ਡਿਸਕਵਰ ਕਰ ਸਕਦੇ ਹਾਂ ਬਿਲਕੁਲ ਟਰੂ ਬਿਲਕੁਲ ਟਰੂ ਮੈਂ ਹਮੇਸ਼ਾ ਜਰਨਲੀ ਪੇਰੈਂਟਸ ਸੇ ਇੱਕ ਕੁਐਸਚਨ ਰੰਦਾ ਪੇਰੈਂਟਸ ਕਹਿੰਦਾ ਹੈ ਕਿ ਜੀ ਇਹ ਕਿੰਨੀ ਕੀ ਦੇਰ ਚ ਠੀਕ ਹੋ ਜਾਏਗਾ ਜੀ ਇਹ ਕਿੰਨੀ ਕੀ ਦੇਰ ਚ ਇਹ ਸਾਰੀਆਂ ਚੀਜ਼ਾਂ ਤੋਂ ਬਾਹਰ ਆ ਜਾਏਗਾ ਜੀ ਮੇਰਾ ਉਹਨਾਂ ਨੂੰ ਇੱਕੋ ਹੀ ਮੈਸੇਜ ਹੁੰਦਾ ਹੈ ਕਿ ਇਹ ਕੋਈ ਬਿਮਾਰੀ ਨਹੀਂ ਹੈ ਕੋਈ ਇਨਫੈਕਸ਼ਨ ਨਹੀਂ ਹੈ ਕਿ ਮੈਂ ਅੱਜ ਬਲੱਡ ਟੈਸਟ ਕੀਤਾ ਤੇ ਮੈਨੂੰ ਪਤਾ ਲੱਗਾ ਜੀ ਇਹ ਵਾ ਮੈਂ ਇਨੇ ਦਿਨ ਦਵਾਈ ਖਾਉਂਗਾ ਤੇ ਧੀਰੇ ਧੀਰੇ ਇਨਫੈਕਸ਼ਨ ਖਤਮ ਹੋ ਜਾਏਗੀ ਇੱਕ ਲਰਨਿੰਗ ਪ੍ਰੋਸੀਜਰ ਹੈ ਹਰ ਬੰਦੇ ਦੀ ਨੀਡ ਆਪਣੀ ਹੈ ਉਹਦੀ ਕਪੈਸਿਟੀ ਆਪਣੀ ਹੈ ਉਹਦੀ ਕੈਪੇਬਿਲਿਟੀ ਆਪਣੀ ਹੈ ਪਰਸਨੈਲਿਟੀ ਟਾਈਪ ਹੈ ਇਹ ਕਹ ਸਕਦੇ ਹੋ ਉਹਦੇ ਚ ਮੈਂ ਉਹਨਾਂ ਨੂੰ ਇਹ ਹੀ ਦੱਸਣਾ ਚਾਹੁੰਦਾ ਇਹ ਉਨੀ ਜਲਦੀ ਇੰਪਰੂਵ ਹੋ ਜਾਏਗਾ ਜਿੰਨਾ ਜ਼ਿਆਦਾ ਤੁਸੀਂ ਇਹਦੇ ਨਾਲ ਇਨਵੋਲਵ ਹੋ ਜੋਗੇ ਜੀ ਇੱਕ ਲਰਨਿੰਗ ਪ੍ਰੋਸੀਜਰ ਹੈ ਹੁਣ ਲਰਨਿੰਗ ਦੇ ਵਿੱਚ ਇੱਕ ਕਲਾਸ ਕਿੰਨੇ ਬੱਚੇ ਨੇ ਉਹਨਾਂ ਚੋਂ ਸਾਰੇ ਬੱਚੇ ਤੇ ਫਸ ਨਹੀਂ ਆ ਜਾਂਦੇ ਨਾ ਉਹ ਉਹੀ ਬੱਚੇ ਫਸ ਜਾਂਦੇ ਨੇ ਜਿਨ੍ਹਾਂ ਦੀ ਫੈਮਲੀ ਉਹਨਾਂ ਨੂੰ ਫੁੱਲ ਸਪੋਰਟ ਕਰਦੀ ਹੈ ਪੂਰਾ ਮਾਹੌਲ ਦਿੰਦੀ ਹੈ ਸੋ ਜਦੋਂ ਅਸੀਂ ਬੱਚੇ ਨੂੰ ਦਿੰਦੇ ਕੁਝ ਨਹੀਂ ਆ ਉਹਦੇ ਲਈ ਸਪੋਰਟ ਕਰ ਨਹੀਂ ਰਹੇ ਆ ਤੇ ਅਕਸੈਪਟ ਅਸੀਂ ਸਾਰਾ ਕੁਝ ਕਰ ਰਹੇ ਆ ਹਾਊ ਕੈਨ ਪੋਸੀਬਲ ਐਗਜੈਕਟਲੀ ਮਨ ਲਓ ਮਤਲਬ ਬਹੁਤ ਹੀ ਵਧੀਆ ਨੋਟ ਤੇ ਇਹ ਪੋਡਕਾਸਟ ਸ਼ੁਰੂ ਹੋਇਆ ਐ ਬਹੁਤ ਹੀ ਵਧੀਆ ਨੋਟ ਤੇ ਖਤਮ ਹੋਇਆ ਹੈ ਮਤਲਬ ਮੈਂ ਇਹਨੂੰ ਬਹੁਤ ਹੀ ਮੋਟੀਵੇਸ਼ਨਲ ਪੋਡਕਾਸਟ ਬਣੂਗਾ ਟੂ ਬੀ ਵੈਰੀ ਓਨੈਸਟ ਕਿ ਇੱਕ ਬਿਲਕੁਲ ਡਿਫਰੈਂਟ ਪਰਸਪੈਕਟਿਵ ਮਿਲਿਆ ਮੈਨੂੰ ਵੀ ਆਪਣੇ ਆਪ ਨੂੰ ਵੀ ਐਂਡ ਆਈ ਰੀਲੀ ਹੋਪ ਕਿ ਜਿਨ੍ਹਾਂ ਨੇ ਵੀ ਇਹ ਪੋਡਕਾਸਟ ਸੁਨੇ ਆ ਉਹਨਾਂ ਨੂੰ ਸੇਮ ਹੀ ਫੀਲ ਹੋਏਗਾ ਮੈਂ ਡੈਫੀਨਿਟਲੀ ਸਮੰਗਲੀ ਇਹ ਮੋਟੀਵੇਸ਼ਨਲ ਤਾਂ ਹੋਏਗਾ ਜਦੋਂ ਦੁਨੀਆ ਇਹਨਾਂ ਨੂੰ ਉੱਤੱਕ ਪਹੁੰਚਾਏਗੀ ਜੀ ਸੋ ਡੈਫੀਨਿਟਲੀ ਇਹ ਇੱਕ ਬਹੁਤ ਅੱਛਾ ਮੈਸੇਜ ਹੈ ਔਰ ਵਾਕਈ ਇਹ ਬਹੁਤ ਸਾਰੇ ਪੇਰੈਂਟਸ ਨੂੰ ਮੋਟੀਵੇਟ ਕਰੇਗਾ ਜੇ ਅਸੀਂ ਰਾਈਟ ਪਰਸਨ ਤੱਕ ਇਸ ਨੂੰ ਪਹੁੰਚਾ ਦਿਆਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਰਗੋ ਜੀ ਬਹੁਤ ਬਹੁਤ ਧੰਨਵਾਦ ਬਹੁਤ ਮਜ਼ਾ ਆਇਆ ਥੈਂਕ ਯੂ ਥੈਂਕ ਯੂ so much ਸਰ ਉਮੀਦ ਕਰਦੇ ਹਾਂ ਤੁਹਾਨੂੰ ਇਹ ਪੋਡਕਾਸਟ ਪਸੰਦ ਆਇਆ ਹੋਵੇਗਾ ਐਂਡ ਕੁਝ ਅੱਛੀ ਇਨਫੋਰਮੇਸ਼ਨ ਮਿਲੀ ਹੋਏਗੀ ਤੁਹਾਨੂੰ ਇਹ ਮੇਰੇ ਲਈ ਤਾਂ ਇਹ ਬਹੁਤ ਹੀ ਜ਼ਿਆਦਾ ਇੱਕ ਮੋਟੀਵੇਟਿੰਗ ਐਂਡ ਇੱਕ ਇਹੋ ਜਿਹਾ ਪੋਡਕਾਸਟ ਹੈ ਕਿ ਮੈਂ ਅੱਛਾ ਫੀਲ ਕਰ ਰਿਹਾ ਹਾਂ ਇਹ ਸਾਰੀ ਗੱਲਾਂ ਸੁਣਨ ਤੋਂ ਬਾਅਦ ਮੈਨੂੰ ਕੁ ਐਂਡ ਇੱਕ ਇਹੋ ਜਿਹਾ ਪੋਡਕਾਸਟ ਸੀਗਾ ਜਿਹੜਾ ਮੈਨੂੰ ਲੱਗਦਾ ਹਰ ਕਿਸੇ ਨੂੰ ਹੀ ਇੱਕ ਬਿਹਤਰ ਇਨਸਾਨ ਬਣਾਏਗਾ ਤਾਂ ਬਾਕੀ ਜਿਹੜੀ ਗੱਲਾਂ ਕਹੀਆਂ ਗਈਆਂ ਨੇ ਤਾਂ ਮੈਨੂੰ ਸ਼ੋਰ ਹੈ ਕਿ ਕਿਸੇ ਨਾ ਕਿਸੇ ਦਿਨ ਨੂੰ ਕਦੀ ਨਾ ਕਦੀ ਕੋਈ ਨਾ ਕੋਈ ਆਏਗਾ ਹੀ ਆਏਗਾ ਜਿਸ ਨੂੰ ਇਹਨਾਂ ਦੀ ਕੋਈ ਨਾ ਕੋਈ ਗਾਡਵਾਈਸ ਜਿਹੜੀ ਉਹ ਕੰਮ ਆਈ ਗਈਗੀ ਤਾਂ ਪਲੀਜ਼ ਮੇਕ ਸ਼ੋਰ ਕਰੋ ਕਿ ਇਹ ਪੋਡਕਾਸਟ ਸਾਰੇ ਲੋਕਾਂ ਤੱਕ ਹੀ ਪਹੁੰਚੇ ਬਟ ਐਟ ਦ ਸੇਮ ਟਾਈਮ ਜਿਹੜੇ ਲੋਕ ਹੈਗੇ ਨੇ ਉਹਨਾਂ ਤੱਕ ਤਾਂ ਪੱਕਾ ਪਹੁੰਚੇ ਪਹੁੰਚੇ ਜਿਨ੍ਹਾਂ ਦੇ ਘਰੇ ਜਾਂ ਜਿਨ੍ਹਾਂ ਦੀ ਫੈਮਿਲੀ ਵਿੱਚ ਕੋਈ ਵੀ ਇਹੋ ਜਿਹਾ ਕੇਸ ਹੋਏ ਸੋ ਦੈਟ ਕਿ ਪਹਿਲੇ ਤਾਂ ਉਹਨਾਂ ਨੂੰ ਇਹ ਸਮਝ ਆਏ ਕਿ ਸ਼ਾਂਤੋਂ ਦੀ ਲੋੜ ਹੈ ਕੋਈ ਡਰਨ ਦੀ ਗੱਲ ਨਹੀਂ ਕੋਈ ਇੰਨੀ ਵੱਡੀ ਗੱਲ ਵੀ ਨਹੀਂ ਹੋਈ ਸਭ ਠੀਕ ਹੋ ਜਾਏਗਾ ਇਹ ਇੱਕ ਕੰਡੀਸ਼ਨ ਹੈ ਜਿੰਨੂੰ ਆਪਾਂ ਓਵਰ ਦ ਟਾਈਮ ਸਹੀ ਕਰ ਸਕਦੇ ਹਾਂ ਇੱਕ ਕਾਫੀ ਹੱਦ ਤੱਕ ਚੇਂਜਸ ਲੈ ਕੇ ਆ ਸਕਦੇ ਹਾਂ ਜਿਹਦੇ ਨਾਲ ਬੱਚੇ ਦੀ ਜਿਹੜੀ ਲਾਈਫ ਹੈ ਉਹ ਜਿੱਦਾਂ ਤੁਸੀਂ ਚਾਹੁੰਦੇ ਹੋ ਉਦਾਂ ਹੀ ਨਿਕਲ ਜਾਏਗੀ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਪੋਡਕਾਸਟ ਪਸੰਦ ਆਇਆ ਪਲੀਜ਼ ਮੇਕ ਸ਼ਰਕ ਕਰੋ ਕਿ ਇਹਨੂੰ ਤੁਸੀਂ ਸ਼ੇਅਰ ਕਰੋ ਇਹਨੂੰ ਲਾਈਕ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਇਹੋ ਜਿਹੀ ਸਬਜੈਕਟਸ ਤੇ ਹੋਰ ਆਪਾਂ ਪੋਡਕਾਸਟ ਲੈ ਕੇ ਆਉਂਦੇ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ